ਜਿਸ ਕਰਕੇ ਤੁਸੀਂ ਸਾਹਮਣੇ ਵੀ ਦੇਖ ਰਹੇ ਹੋ ਟਾਈਟਲ ਬੂਟਾ ਮੰਡੀ ਦਾ ਨਵ ਸੈਂਟਰ ਆਫ ਦਲਿਤ ਚੀਜ਼। ਸੋ ਇੱਕ ਵਾਰ ਫਿਰ ਤੋਂ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਹਾਰਦਿਕ ਸਵਾਗਤ। ਮੈਂ ਬੇਨਤੀ ਕਰਾਂ IAS ਰਿਟਾਇਰ ਅੰਬੈਸਡਰ ਮੇਰ ਚੰਦਰ ਜੀ, ਲੇਖਕ ਔਰ ਰੀਡਰ ਦੇ ਔਥਰ ਵੀ ਨੇ ਬੁੱਕ ਦੇ, ਉਹ ਕਿਰਪਿਆ ਸੈਂਟਰ ਸਟੇਜ ਆ ਜਾਣ ਅਤੇ ਆਪਣੀ ਰਿਕੁਐਸਟ ਕਰਾਂ। ਬਹੁਤ ਹੀ ਰਿਸਪੈਕਟਿਡ ਮੈਡਮ ਅਨੁਪਮ ਪਲੇਵ ਜੀ, ਕਮਿਸ਼ਨਰ ਆਫ ਮਿਊਂਸੀਪਲ ਕਾਰਪੋਰੇਸ਼ਨ ਆਫ ਕਪੂਰਥਲਾ ਐਂਡ ਫਗਵਾੜਾ, ਕਿ ਉਹ ਵੀ ਆਪਣੀ ਪਲੇਸ ਰਿਕੁਐਸਟ ਕਰਾਂ। ਮੈਡਮ ਕਵਿਤਾ ਪਲੇਵ ਜੀ, IAS ਚੀਫ ਐਗਜ਼ੀਕਿਟਿਵ ਆਫਿਸਰ ਆਫ ਪੰਜਾਬ ਸਟੇਟ ਹੈਲਥ ਏਜੰਸੀ ਫਾਈਨਲੀ ਸਟੇਟ ਹਸਪਤਾਲ। ਸ਼੍ਰੀ ਓਮਕਾਰ ਨਾਥ ਜੀ, ਰਿਟਾਇਰਡ ਡਿਪਟੀ CA ਜੀ, ਉਹ ਕਿਰਪਿਆ ਮੰਚ 'ਤੇ ਆਪਣਾ ਸਥਾਨ ਲੈਣ। ਬਹੁਤ ਹੀ ਸਤਿਕਾਰਯੋਗ ਸ਼ਖਸੀਅਤ, ਗਿਆਨ ਦਾ ਭੰਡਾਰ, ਨਾਮ ਵੀ ਸ਼੍ਰੀ ਗਿਆਨ ਚੰਦਰ ਜੀ ਪ੍ਰੋਫੈਸਰ ਸਾਹਿਬ, ਉਹ ਸਾਡੇ ਵਿਚਕਾਰ ਮੌਜੂਦ ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਉਹ ਵੀ ਆਪਣਾ ਸਥਾਨ ਲੈਣ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਰਣਜੀਤ ਚੰਦਰ ਜੀ ਵਾਈਸ ਚੇਅਰਮੈਨ ਅੰਬੇਡਕਰ ਮਿਸ਼ਨ ਸੁਸਾਇਟੀ ਉਹ ਵੀ ਸਾਡੇ ਵਿਚਾਰ ਮੌਜੂਦ ਨੇ ਉਹ ਵੀ ਆਪਣਾ ਸਥਾਨ ਲੈਣ ਸ਼੍ਰੀ ਕ੍ਰਿਸ਼ਨ ਲਾਲ ਜੀ ਉਹ ਮੰਚ ਤੋਂ ਅੱਗੇ ਸਾਈਡ 'ਤੇ ਆਪਣਾ
ਥੋੜ੍ਹਾ ਅੱਗੇ ਆ ਜਾਣ।
ਸ਼੍ਰੀਮਤੀ ਬਖਸ਼ੋ ਕੁਮਾਰੀ ਜੀ, ਅਮਲਜੀਤ ਆਰਿਆਂ, ਅਤੇ ਪ੍ਰੋਫੈਸਰ ਗਿਆਨ ਚੰਦਰ ਕੌਰ ਜੀ ਨੂੰ ਬੂਟੇ ਦੇ ਕੇ ਉਹਨਾਂ ਨੂੰ ਵੈਲਕਮ ਕਰਨ। ਸ਼੍ਰੀਮਤੀ ਸਪਤਮ ਗੀਤ ਜੀ, ਉਹ ਵੀ ਮੰਚ ਦੇ ਦਿੱਲੀ ਕਾਲਜ, ਪ੍ਰੋਫੈਸਰ ਦਲਵੀਰ ਚੰਦਰ ਜੀ ਜੋ ਕਿ ਪੋਲੀਟੀਕਲ ਸਾਇੰਸ ਡਿਪਾਰਟਮੈਂਟ ਦੇ ਐਚਓਡੀ ਦੇ ਨਾਲ ਨੇ ਦੁਆਬਾ ਕਾਲਜ ਤੋਂ, ਉਹਨਾਂ ਨੂੰ ਮੁੰਡੇ ਦੀ ਹੋਈ ਵੈਲਕਮ। ਇੱਕ ਵਾਰ ਫਿਰ ਤੋਂ ਮੋਦੀ ਹਸਤੀਆਂ ਉੱਪਰ ਦੇ ਸੱਜੇ ਪਹੁੰਚੇ ਨੇ ਅੱਜ ਦੇ ਸਕੂਲ ਰਿਲੀਜ਼ ਫੰਕਸ਼ਨ ਦੇ ਵਿੱਚ, ਉਹਨਾਂ ਦਾ ਦੁਆਰਾ ਫਿਰ ਪਹੁੰਚਣ ਲਈ ਬਹੁਤ ਬਹੁਤ ਸਵਾਗਤ। ਹੁਣ ਮੈਂ ਬੇਨਤੀ ਕਰਾਂ ਤੁਹਾਡੇ ਦਰਮਿਆਨ ਜ਼ਿਆਦਾ ਨਾ ਖੜਾ ਹੋਵਾਂ, ਸ਼੍ਰੀ ਰਮੇਸ਼ ਚੰਦਰ ਜੀ ਉਹ ਆਏ ਹੋਏ ਸਾਰੇ ਮੈਂਬਰ ਇੱਕੋ ਸ਼ੇਰ ਦੇ ਵਿੱਚ ਗੱਲ ਕਰਨ ਕਰਕੇ ਮੈਂ ਅੱਗੇ ਵਧਣਾ ਚਾਹੁੰਦਾ।
ਬੜਾ ਸ਼ੋਰ ਸੁਣ ਕੇ ਤੇ ਪਹਿਲ ਨੂੰ ਦਿਲ ਦਾ ਬੜਾ ਸ਼ੋਰ ਸੁਣ ਕੇ ਤੇ ਪਹਿਲ ਨੂੰ ਦਿਲ ਦਾ ਮਨ ਜਲਸੀਰਾ ਦਿਲ ਕਤਰਾ ਖੂਨ ਨਾ ਮਿਲ ਗਿਆ ਮੇਰੇ ਮਿੱਤਰ ਯਾਰ ਸਾਰੇ ਸੁਣਨ ਦੇ ਚੰਗੇ ਬੜਾ ਸ਼ੋਰ ਸੁਣਦੇ ਤੇ ਪਹਿਲ ਨੂੰ ਦਿਲ ਦਾ ਮਗਰ ਜਲਸੀਰਾ ਦਿਲ ਕਤਰਾ ਖੂਨ ਨਾ ਮਿਲ ਗਿਆ ਇਸ ਕਰਕੇ ਇਹ ਗੱਲ ਖਤਮ ਕਰਨਾ ਜਦ ਚਲ ਜਾਂਦੀ ਕਿਤਾਬ ਜਿਹੜੇ ਵੀ ਲੋਕ ਪੜ੍ਹ ਸਕਣ ਪੜ੍ਹ ਅਤੇ ਜੇ ਕਿਸੇ ਉੱਚ ਕੰਮ ਦੀ ਗੱਲ ਹੋਵੇ ਤਾਂ ਸਮਝ ਲੈਣਾ ਵੀ ਮਨ ਲੋਕੀ ਹੈ ਜੇ ਨਹੀਂ ਹੈ ਤਾਂ ਕਮਜ਼ੋਰੀ ਦੇਣੀ ਹੈ ਮੈਨੂੰ ਨਹੀਂ ਆਉਂਦਾ ਕੁਛ ਜਾਂ ਮੈਂ ਗਿਆਨ ਨਾ ਸਮਝਾ ਸਕਦਾ ਤਾਂ ਕਿ ਉਹੀ ਕਿਤਾਬ ਦੇ ਬਾਰੇ ਦੱਸ ਸਕਦਾ ਟੋਪਿਕ ਜੀ ਤਕਸੀਮ ਦੀ ਕੋਈ ਪਾਬੰਦੀ ਨਹੀਂ ਮੈਂ ਲਾਈ ਮੈਂ ਕਿ ਜੋ ਕੁਛ ਵੀ ਤੁਸੀਂ ਵੱਡੇ ਮੋਟੇ ਬਾਰੇ ਲਿਖਣਾ ਚਾਹੁੰਦੇ ਹੋ ਕਲਚਰ ਦੀ ਸੋਸ਼ਲ ਦੀ ਰਿਲੀਜੀਅਸ ਦੀ ਕਮਿਊਨਿਟੀ ਡਿਵੈਲਪਮੈਂਟ ਬਿਜ਼ਨਸ ਜੋ ਮਰਜ਼ੀ ਅਤੇ ਬਾਹਰੀ ਰਿਸਪੋਂਸ ਇਹ ਮੈਂ ਉਹੀ ਗੱਲ ਬੜਾ ਕਿਆ ਬੱਚਿਆ ਮਹੇਸ਼ ਚੰਦਰ ਮਨ ਮਲੇਨਾ ਖੁਸ਼ਵਿੰਦਰ ਬਿਰਲਾ ਵਗੈਰਾ ਇਹਨਾਂ ਦੇ ਸਿਨੇਮਾ ਉਹਦੇ ਵਿੱਚ ਹੈਗਾ ਪਹਿਲੇ ਪਾਰਟ ਦੂਸਰੇ ਪਾਰਟ ਦੇ ਵਿੱਚ ਹੈਗਾ ਆ ਦ ਬਿਟਸ ਐਂਡ ਪੀਸਿਸ ਉਹ ਮੇਰਾ ਆਪਣਾ ਹੈ ਉਹਦੇ ਵਿੱਚ ਫਿਫਟੀ ਵਨ ਆਰਟੀਕਲ ਹੈ ਉਹਦੇ ਵਿੱਚ ਫਿਫਟੀ ਵਨ ਆਰਟੀਕਲ ਇੱਕ ਕਲੈਕਸ਼ਨ ਹੀ ਅਸਲਾਂ 'ਚ ਮੈਂ ਪਿਛਲੇ ਦਸਾਂ ਸਾਲਾਂ ਤੋਂ ਬੂਟਾ ਮੰਡੀ ਬਾਰੇ ਬੂਟਾ ਮੰਡੀਅਮ ਇੱਕ ਨਵੀਂ ਪੁਆਇੰਟ ਮੈਂ ਹੀ ਬੂਟਾ ਮੰਡੀਅਮ 10 ਸਾਲ ਸਾਡੇ ਨਹੀਂ ਕੀਤਾ 10 ਸਾਲ ਤੋਂ ਜਦੋਂ ਵੀ ਰੈਫਰ ਕਰਦਾ ਆਪਣੇ ਮਿੱਤਰਾਂ ਦੋਸਤਾਂ ਮਿੱਤਰਾਂ ਨੂੰ ਬੋਲਿਆ ਮੈਂ ਆਪਣੇ ਮਾਈਂਡ ਦਾ ਬੂਟਾ ਮੰਡੀਅਮ ਤਾਂ ਉਹਦੇ ਬਹੁਤ ਸਾਰੇ ਆਏ ਨੇ ਇਸ ਕਿਤਾਬ ਦੇ ਵਿੱਚ ਹੈ ਤੀਸਰਾ ਪਾਠ ਹੈਗਾ ਐਡੀਟਰ ਸਪੀਕ ਕਿ ਮੈਂ ਵੀ ਸਮਾਜ ਦਾ ਹਿੱਸਾ ਹਾਂ ਆਪਣਾ ਇੱਕ ਹੋ ਰਿਹਾ ਉਹ ਦੇਖ ਰਿਹਾ ਉਹ ਚੀਜ਼ਾਂ ਮੈਨੂੰ ਚੰਗੀਆਂ ਲੱਗਦੀਆਂ ਹਨ ਜਿਹੜੀ ਭਾਵਨਾ ਸ਼ੇਅਰ ਕਰਨਾ ਕਰਨ ਜਾਂ ਉਹਨੂੰ ਵਰਲਡ ਸਰਟੀਫਿਕੇਸ਼ਨ ਲਈ ਪ੍ਰੈਜੈਂਟ ਕਰਾਂ ਕੁਝ ਕਾਫੀਆਂ ਪਾਈਆਂ ਉਹਦੇ ਵਿੱਚ ਹਾਂ ਜਿਹੜੇ ਇੰਥੂਜ਼ੀਆਜ਼ਮ ਦੇ ਕਬੂਤਰ ਹੁੰਦੇ ਆ ਇੱਕ ਵਾਰ ਮੈਨੂੰ ਚਾਹਿਆ ਕਿ ਇਹ ਕਵਿਤਾ ਮਿਲ ਗਈ ਮੈਂ ਤਾਂ ਉਹ 10 ਮਿੰਟ ਜਾਂਦਾ ਪ੍ਰੋਤਕ ਪ੍ਰਸ਼ੋਤਕ ਸਰੋਏ ਚੈਲੇਂਜ ਵਿਅਕਤੀ ਆਈ ਸੀ ਜਿਹੜੇ ਉਹਨਾਂ ਨੇ ਮੈਨੂੰ ਕਵਿਤਾ ਭੇਜ ਦਿੱਤੀ ਬੂਟਾ ਮੰਡੀ ਦਾ ਅਮੀਰ ਇਤਿਹਾਸ ਮੈਂ ਵੀ ਜਾਣਾ ਉਹਨੂੰ ਟੈਲੀਫੋਨ ਕੀਤਾ ਲਿਖਿਆ ਬਹੁਤ ਸੋਹਣਾ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਕੋਈ ਕਿਤਾਬ ਲਿਖ ਰਹੇ ਹਾਂ ਅਤੇ ਮੈਂ ਇਹ ਕਵਿਤਾ ਲਿਖੀ ਉਹ ਕਵਿਤਾ ਮੈਂ ਕਿ ਇਹਦੇ ਇੰਕਲੂਡ ਕੀਤੀ ਆ ਬੂਟਾ ਮੰਡੀ ਦਾ ਅਮੀਰ ਇਤਿਹਾਸ ਦੂਸਰਾ ਉਸ ਪਾਰਟ ਵਿੱਚ ਪ੍ਰੀਤਮ ਰਾਮਦਾਸਪੁਰੀ ਤੁਸੀਂ ਸਾਰੇ ਵਾਤਾਵਰਨ ਬੂਟਾ ਮੰਡੀ ਦੇ ਵਿੱਚ ਗਵਰਨਰ ਪਹਿਲੇ ਇੰਟਲੈਕਚੁਅਲ ਬੰਦੇ ਔਰ ਡੈਡੀਕੇਟਡ ਅੰਬੇਦਕਰ ਉਹਨਾਂ ਦੀ ਕਵਿਤਾ ਕਿ ਚੰਦਾ ਚੱਕ ਬਦਾਮ ਦਾ ਤੋਂ ਬਾਅਦ ਵੀ ਉਹਨਾਂ ਦਾ ਦੱਸਦਾ ਉਹ ਅਭੀ ਮੁਕਤੀ ਦਾ ਹਿੱਸਾ ਹੈ ਇਸ ਦੇ ਦੇਖੋ ਮੋਟੀਵੇਟ ਹੁੰਦੀ ਮੋਟੀਵੇਸ਼ਨ ਕਿ ਦੇਰ ਨੂੰ ਵੀ ਲੱਗ ਸੀਗੀ ਉਹ ਰਿਸਰਚ ਕਰਦੀ ਸੀ ਤਾਂ ਮੇਰੇ ਬਲੌਗ ਪੜ੍ਹੇ ਚੰਦ ਅਸੀਂ ਘਰ ਦਿੱਤੇ ਉਦੋਂ ਬਾਅਦ ਉਹ ਇਹਦੇ ਵਿੱਚ ਇੰਕਲੂਡ ਹੈ ਅਤੇ ਬਾਬਾ ਸਾਹਿਬ ਅੰਬੇਦਕਰ ਜੋ ਸਿੱਖਾਂ ਦੀ ਸਪੀਚ ਦਿੱਤੀ ਸੀ 1955 'ਚ ਬੂਟਾ ਮੰਡੀ ਉਹ ਇਹਦਾ ਹਿੱਸਾ ਹੈ ਇਸ ਕੇਸ ਪਾਰ ਦਾ ਇਹ ਕਿਤਾਬ ਤਾਂ ਬਣਦਾ ਗਿਆ ਇਸ ਕਿਤਾਬ ਨੂੰ ਬਣਾਉਣ ਮੇਰਾ ਬੇਟਾ ਰੁਪੇਸ਼ ਇਹਨੇ ਸਾਰਾ ਮੇਰੇ ਜਿਹੜੇ ਥੋੜ੍ਹੇ ਬਹੁਤ ਕੰਮ ਸੀ ਉਹ ਠੀਕ ਕੀਤੇ ਪੰਜਾਬੀ ਦੇ ਪਾਰ ਦੇ ਸਮੇਂ ਦੇ ਸਮੇਂ ਚੰਦਰ ਡੈਮੇਜ ਕੀਤੇ ਛਾਪਣ ਦੇ ਵਿੱਚ ਮੈਂ ਪਹਿਲਾਂ ਬਾਹਰੋਂ ਕਿਤੇ ਸਿਖਾਉਣਾ ਕਿਤਾਬਾਂ ਬਾਹਰੋਂ ਦਿੱਲੀ ਹੋਰ ਵਿੱਚ
ਪਰ ਇਸ ਵਾਰ ਮੈਨੂੰ ਸੇਵ ਕੋ ਸ਼੍ਰੀ ਰਾਮ, ਸੇਵ ਕੋ ਸ਼੍ਰੀ ਰਾਮ, ਸਵਾਮੀ ਲਾਲ ਜੀ ਦਾਸ ਐਂਡ ਬੀਬੀ ਦਾ, ਇਹਨਾਂ ਨੂੰ ਇਹ ਡੈਡੀਕੇਟਡ ਹੈ ਮਾਈ ਹੋਰ ਬਰਦਰ ਅਤੇ ਮੈਂ ਬਹੁਤ ਵਧੀਆ ਤੁਹਾਨੂੰ ਸ਼ਰਨਾ ਕਰਨਾ ਚਾਹੁੰਦਾ ਕਰਾਂ, ਪਰ ਮੈਂ ਦੋ ਸ਼ੇਅਰ ਸੁਣਾ ਕੇ ਜੋ ਤੁਹਾਨੂੰ ਵੱਜ ਸੀਗਾ, ਉਹ ਕੈਸਾ ਹੀ ਸਾਹਿਬ ਪਹਿਲ ਹੋ ਜਾਂਦਾ ਜਬਰ ਆਦਮੀ ਉਸਕੋ ਨਾ ਜਾਣੇਗਾ, ਉਹ ਕੈਸਾ ਹੀ ਸਾਹਿਬ ਪਹਿਲ ਹੋ ਜਾਂਦਾ ਕਿਸੇ ਐਸ਼ ਨਿਗਾਹ ਨੇ ਖੁਦਾ ਨਾ ਜਬਰ ਆਦਮੀ ਉਸੇ ਨਾ ਜਾਣੀਏਗਾ ਕਿਸੇ ਐਸ਼ ਪੰਜਾਬ ਦੇ ਖੁਦਾ ਨਾ ਰਹਾ ਜਬਰ ਆਦਮੀ ਉਸੇ ਨਾ ਜਾਣੀਏਗਾ ਜਿਸ ਐਸ਼ ਮੈਂ ਕੋਕੇ ਖੁਦਾ ਰਹਾ ਇਹ ਗੱਲ ਕਰਦੀ ਮੈਂ ਤੁਹਾਨੂੰ ਜਾਂ ਕਿਸੇ ਪ੍ਰੋਫੈਸ਼ਨਲ ਜਾਂ ਸਰਵਿਸ ਦੀ ਕੰਸਟੇਂਸ ਵਜੋਂ ਨਹੀਂ ਆ ਸਕੇ ਪਹਿਲੀ ਆ ਜੀ ਇਸ ਬੰਦੀ ਕਰਕੇ ਅਨਕੰਪਲੀਅਰ ਚੌਥੇ ਬੰਦੇ ਨੂੰ ਬੁਲਾਇਆ ਸੀਗਾ ਜਸਵਿੰਦਰ ਸ਼੍ਰੀਮਾਨ ਅਤੇ ਤੀਸਰੇ ਚੌਥੇ ਬੰਦੇ ਨੂੰ ਕੁਛ ਕਰ ਲਿਆ ਉਹ ਜਸਵਿੰਦਰ ਸ਼੍ਰੀਮਾਨ ਸੈਸ਼ਨ ਸੀ ਏ ਜੀ ਆ ਬਹੁਤ ਬੁਲਾਇਆ ਹੋਇਆ ਨਾਲ ਗਿਆਨ ਕੌਲ ਜੀ ਨੇ ਇਸ ਤੋਂ ਇਲਾਵਾ ਪੋਰਵਾਲ ਲਿਖਿਆ ਅੱਛਾ ਪੋਰਵਾਲ ਲਿਖਦੇ ਵੀ ਮੈਂ ਬਾਹਲੀ ਮੈਂ ਪੈਸੇ ਇੰਨੀ ਉਸ ਤੁਸੀਂ ਨਕਲ ਕੀਤੀ ਇਸ ਤੋਂ ਇਲਾਵਾ ਤੁਹਾਡੀ ਨਕਲ ਜੋ ਕਰਨੀ ਪਈ ਉਹਦੀ ਗਰਮੀਆਂ ਵੀ ਆਈਆਂ ਘੱਟੀ ਹੋਏ ਸਭ ਤੋਂ ਵੱਡਾ ਆਰਟੀਕਲ ਹੈ ਉਹ ਸਭ ਤੋਂ ਜ਼ਿਆਦਾ ਰਿਸਰਚ ਕਰਦੀ ਉਹਨਾਂ ਨੇ ਥੈਂਕ ਯੂ ਵੈਰੀ ਮੱਚ ਮੈਂ ਗਿਆ ਸਮਝਾ ਲੈ ਕੇ ਫਿਰ ਤੋਂ ਬਾਨਨਾਥ ਜੀ ਬਬੀਤਾ ਜੀ ਅਨੁਪਮ ਜੀ ਗਿਆਨ ਕੌਰ ਪ੍ਰੋਫੈਸਰ ਮਨਜੀਤ ਚੰਦਰ ਸਭ ਤੋਂ ਬਹੁਤ ਮਸ਼ਹੂਰ ਆ ਔਰ ਖਾਸ ਕਰਕੇ ਗੁੱਟਾਵਾਨੀ ਦੇ ਜਿਹੜੇ ਉਹਨਾਂ ਨੇ ਕਾਫੀ ਵੱਡੀ ਗੈਰ ਲੀਗ ਦੇ ਵਿੱਚ ਇਨਵੀਟੇਸ਼ਨ ਦਿੱਤਾ ਹੋਇਆ ਸੀ ਪਰ ਮੈਂ ਸਮਝਦਾ ਕਿ ਜਦੋਂ ਕੋਈ ਕਦੀ ਇਸ ਤਰ੍ਹਾਂ ਦੇ ਬੁੱਕ ਲਾਂਚ ਦੇ ਪ੍ਰੋਗਰਾਮ ਹੁੰਦੇ ਆ ਜਾਂ ਕੁਝ ਅਤੇ ਉਸਦੇ ਵਿੱਚ ਪਬਲਿਕ ਦਾ ਸ਼ਾਇਦ ਇੰਨਾ ਅੱਛਾ ਰਿਸਪੋਂਸ ਨਹੀਂ ਆਉਂਦਾ ਪਰ ਕਿਉਂਕਿ ਮੈਂ ਮੈਨੂੰ ਇਹ ਪਤਾ ਕਿ ਇਹ ਜਿਹੜਾ ਮਟੀਰੀਅਲ ਹੈ ਇਹ ਡਿਜੀਟਲ ਪਲੇਟਫਾਰਮਸ 'ਤੇ ਉਪਲਬਧ ਹੈ ਔਰ ਅਗਰ ਅਸੀਂ ਬੂਟਾ ਮੰਡੀ ਅਸੀਂ ਮੰਨਦੇ ਹਾਂ ਔਰ ਮੈਂ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝਦਾ ਹਾਂ ਕਿ ਇਹਨਾਂ ਦੀ ਤੀਸਰੀ ਜਿਹੜੀ ਬੁੱਕ ਹੈ ਉਸਦੇ ਵਿੱਚ ਮੈਨੂੰ ਬਤੌਰ ਮੰਚ ਸੰਚਾਲਨ ਜਿਹੜਾ ਇਹ ਮੌਕਾ ਮਿਲਿਆ ਹੈ ਸਾਡੇ ਵਿੱਚ ਬਹੁਤ ਹੀ ਬੂਟਾ ਮੰਡੀ ਦੀਆਂ ਵੱਡੀ ਹਸਤੀਆਂ ਜਿਹਨਾਂ ਵਿੱਚ ਕਿ ਸ਼੍ਰੀ ਮਨੋਹਰ ਲਾਲ ਮੁਖੇਲ ਜੀ, ਸ਼੍ਰੀ ਅਮਰਨਾਥ ਰਾਮ ਜੀ, ਸ਼੍ਰੀ ਹਰਦੇਵ ਜੱਸਲ ਜੀ, ਅੰਬੇਡਕਰ ਭਵਨ ਤੋਂ ਜੀ, ਸ਼੍ਰੀ ਪ੍ਰੋਫੈਸਰ ਦੇਵ ਰਾਜ ਭਾਰਦਵਾਜ ਜੀ, ਸ਼੍ਰੀ ਸਾਹਿਲ ਜੀ, ਹੋਰ ਵੀ ਗੁਰਦੇਵ ਜਿੰਮੀ ਜੀ, ਹਨੀਸ਼, ਪ੍ਰਵੇਸ਼, ਮਹੇਸ਼ ਪਰਿਵਾਰ ਤੋਂ ਬਹੁਤ ਸਾਰੇ ਸਦੱਸਿਆ ਬੈਠੇ ਨੇ ਅਤੇ ਉਹਨਾਂ ਦਾ ਫਿਰ ਤੋਂ ਇੱਕ ਵਾਰ ਬਹੁਤ ਬਹੁਤ ਸਵਾਗਤ ਹੈ ਅਤੇ ਮੈਂ ਹੁਣ ਆਪਣੇ ਬ੍ਰਦਰ ਗੁਰਦੇਵ ਜੀ ਨੂੰ ਬੇਨਤੀ ਕਰਾਂ ਕਿ ਜਿਹਦੀ ਵੱਲ ਤਰੀਕੇ ਦੇ ਨਾਲ ਕਿਤਾਬ ਨੂੰ ਰਿਲੀਜ਼ ਕੀਤਾ ਕਰਾਇਆ ਜਾਵੇ ਅਤੇ ਸਾਰੇ ਗੈਸਟ ਜੋ ਸਾਡੇ ਮੰਚ 'ਤੇ ਮੌਜੂਦ ਨੇ ਉਹਨਾਂ ਨੂੰ ਇੱਕ ਇੱਕ ਬੁੱਕ ਪ੍ਰਜੈਂਟ ਕੀਤੀ ਜਾਵੇ ਤਾਂ ਕਿ ਅੱਜ ਦਾ ਜਿਹੜਾ ਬੁੱਕ ਲਾਂਚ ਦਾ ਪ੍ਰੋਗਰਾਮ ਹੈ ਉਸਨੂੰ ਰਿਲੀਜ਼ਲ ਤਰੀਕੇ ਦੇ ਨਾਲ ਜਿਹੜਾ ਹੈ ਉਹ ਸਪਨ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਕੁਝ ਵਿਚਾਰਾਂ ਅਸੀਂ ਮੰਚ 'ਤੇ ਮੌਜੂਦ ਆਪਣੇ ਮੁੱਖ ਮਹਿਮਾਨ ਦੇ ਲਈ ਉਹਨਾਂ ਤੋਂ ਸੁਣੀਆਂ ਨੇ ਬੁੱਕ ਨੂੰ ਜਿਹੜਾ ਹੈ ਜੋ ਅੱਜ ਦਾ ਖਾਸ ਪ੍ਰੋਗਰਾਮ ਹੈ ਔਰ ਬੁੱਕ ਦਾ ਨਾਮ ਹੈ ਬੂਟਾ ਮੰਡੀ ਨਰਵ ਸੈਂਟਰ ਆਫ ਦਲਿਤ ਚੇਤਨਾ
ਉਸ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਸਾਰਿਆਂ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੁੱਕ ਜਿਹੜੀ ਹੈ ਉਹ ਹੁਣ ਡਿਲੀਵਰ ਤਰੀਕੇ ਦੇ ਨਾਲ ਲਾਂਚ ਹੋ ਚੁੱਕੀ ਹੈ। ਜਿਹੜੇ ਵੀ ਸੱਜਣ ਇਸ ਬੁੱਕ ਨੂੰ ਲੈਣਾ ਚਾਹੁੰਦੇ ਨੇ, ਪੜ੍ਹਨਾ ਚਾਹੁੰਦੇ ਨੇ, ਉਹ ਪ੍ਰੋਗਰਾਮ ਤੋਂ ਬਾਅਦ ਇੱਕ ਬਾਹਰ ਸਟੋਲ ਲੱਗਾ ਹੋਇਆ ਹੈ ਅਤੇ ਬੁੱਕ ਨੂੰ ਜਿਹੜੇ ਹੈ ਉਹ ਲੈ ਸਕਦੇ ਨੇ ਅਤੇ ਜ਼ਰੂਰ ਪੜ੍ਹਨੀ ਚਾਹੀਦੀ ਹੈ। ਐਟਲੀਸਟ ਲੈ ਕੇ ਘਰ ਵਿੱਚ ਰੱਖਣੀ ਜ਼ਰੂਰ ਚਾਹੀਦੀ ਹੈ ਤਾਂ ਕਿ ਕਦੇ ਨਾ ਕਦੇ ਜਿਹੜੇ ਪਰਿਵਾਰ ਦੇ ਬੱਚੇ ਨੇ ਉਹ ਇਸ ਬੁੱਕ ਨੂੰ ਪੜ੍ਹਨਗੇ। ਇਸ ਬੁੱਕ ਦੇ ਵਿੱਚ ਖਾਸ ਤੌਰ 'ਤੇ ਬੂਟਾ ਮੰਡੀ ਦੀਆਂ ਜੋ ਖਾਸ ਸ਼ਖਸੀਅਤਾਂ ਉਹਨਾਂ ਬਾਰੇ, ਉਹਨਾਂ ਦੇ ਕੰਟਰੀਬਿਊਸ਼ਨ ਬਾਰੇ ਜਿਹੜਾ ਹੈ ਉਹ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਉਲੇਖ ਕੀਤਾ ਗਿਆ ਹੈ। ਸੋ ਹੁਣ ਮੈਂ ਬੇਨਤੀ ਕਰਾਂ ਪ੍ਰੋਫੈਸਰ ਗਿਆਨ ਚੰਦਰ ਕੌਲ ਜੀ, ਜਿਨ੍ਹਾਂ ਨੇ ਕਿ ਇਸ ਕਿਤਾਬ ਦਾ ਮੁੱਖ ਮੰਤ ਲਿਖਿਆ ਹੈ, ਅਤੇ ਉਹ ਬੂਟਾ ਮੰਡੀ ਬਾਰੇ ਔਰ ਇਸ ਕਿਤਾਬ ਬਾਰੇ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਦੱਸਣਗੇ। ਗਿਆਨ ਚੰਦਰ ਕੌਲ ਸਟੇਜ ਉੱਪਰ ਮੰਚ 'ਤੇ ਵਿਰਾਜਮਾਨ ਸਾਡੀਆਂ ਬਹੁਤ ਹੀ ਮਹੱਤਵਪੂਰਨ ਪ੍ਰਮੁੱਖ ਸ਼ਖਸੀਅਤਾਂ ਮੈਡਮ ਕਵਿੰਦਰ ਦੇਵ ਜੀ, ਅਨੁਪਮ ਕਲੇਰ, ਮਨੋਜ ਲਾਲ, ਸਰਕਾਰ ਨਾਥ ਜੀ, ਪ੍ਰੋਫੈਸਰ ਬਲਜੀਤ ਜੀ, ਪਰਮਜੀਤ ਦੇਵ ਜੀ ਅਤੇ ਸਾਡੇ ਬਹੁਤ ਹੀ ਸਤਿਕਾਰ ਅੱਜ ਦੇ ਇਸ ਸਮਾਗਮ ਦੇ ਕੇਂਦਰੀ ਵਿਦੋ ਅੰਬੈਸਡਰ ਸ਼੍ਰੀ ਜਗਚੰਦਰ ਜੀ ਅਤੇ ਮੰਚ ਦੇ ਸਾਹਮਣੇ ਕੀਤੇ ਹੋਏ ਮੌਜੂਦ ਮਹਿਮਾਨ, ਸਾਡੇ ਲਈ ਅੱਜ ਬਹੁਤ ਹੀ ਮਹੱਤਵਪੂਰਨ ਦਿਨ ਹੈ ਕਿ ਬੂਟਾ ਮੰਡੀ ਜਿਹਨਾਂ ਸਬੰਧ ਦੇ ਵਿੱਚ 100 ਸਾਲ ਪੂਰੇ ਹੋਣ ਤੋਂ ਬਾਅਦ ਬੜੀ ਮਿਹਨਤ ਦੇ ਨਾਲ ਇਹ ਤਿਆਰ ਕੀਤੀ ਹੋਈ ਜਿਹੜੀ ਪੁਸਤਕ ਹੈ ਸ਼੍ਰੀ ਰਮੇਸ਼ ਚੰਦਰ ਜੀ ਵੱਲੋਂ ਬੜੀ ਮਿਹਨਤ ਕੀਤੀ ਹੋਈ ਹੈ, ਉਹ ਅੱਜ ਲੋਕ ਅਰਪਣ ਕੀਤੀ ਜਾ ਰਹੀ ਹੈ। ਇਸ ਲਈ ਮੈਂ ਅੰਬੈਸਡਰ ਸਾਹਿਬ ਨੂੰ ਇਹ ਵਿਸ਼ੇਸ਼ ਕਰਕੇ ਬੂਟਾ ਮੰਡੀ ਦੇ ਸਾਰੇ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਾ। ਇੱਕ ਨਵੀਂ ਫਿਰਤ ਜਿਹੜੀ ਸ਼ੁਰੂ ਕੀਤੀ ਗਈ ਹੈ, ਨਵੀਂ ਰਵਾਇਤ, ਦੋ ਇਤਿਹਾਸ ਤਾਂ ਆਮ ਤੌਰ 'ਤੇ ਬਹੁਤ ਸਾਰੇ ਹਿਸਟੋਰੀਕਲ ਜਿਹੜੇ ਪਲੇਸਿਸ ਹਨ ਸਾਡੇ ਉਹਨਾਂ ਬਾਰੇ ਲਿਖਿਆ ਹੋਇਆ ਮਿਲਦਾ, ਪਰ ਸਾਡੇ ਆਪਣੇ ਸਮਾਜ ਦੇ ਨਾਲ ਸੰਬੰਧਿਤ ਬੂਟਾ ਮੰਡੀ ਜਿਸ ਤਰ੍ਹਾਂ ਸਾਡੇ ਰਾਜਨੀਤਿਕ, ਸਮਾਜਿਕ, ਧਾਰਮਿਕ, ਵਿੱਦਿਅਕ ਅਤੇ ਸੱਭਿਆਚਾਰਕ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ, ਉਸੇ ਸੰਬੰਧ ਵਿੱਚ ਅੱਜ ਜਿਹੜੀ ਪੁਸਤਕ ਰਿਲੀਜ਼ ਕੀਤੀ ਗਈ ਹੈ। ਮੈਂ ਇਸ ਲਈ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਵਿਸ਼ੇਸ਼ ਕਰਕੇ ਜਿਹੜੇ ਸਾਡੇ ਐਡੀਟਰ ਇਸ ਪੁਸਤਕ ਦੇ ਰਮੇਸ਼ ਚੰਦਰ ਜੀ ਹਨ, ਉਹਨਾਂ ਨੂੰ ਇੱਕ ਵਾਰੀ ਫਿਰ ਮੁਬਾਰਕਬਾਦ ਦੇਣਾ। ਬੂਟਾ ਮੰਡੀ ਦਾ ਬਹੁਤ ਵੱਡਾ ਯੋਗਦਾਨ ਹੈ, ਹੌਲੀ ਹੌਲੀ ਬਹੁਤ ਸਾਰੀਆਂ ਜਿਹੜੀਆਂ ਮੌਜੂਦ ਸ਼ਖਸੀਅਤਾਂ ਸਨ ਸਮਾਜ ਦੀਆਂ ਉਹਨਾਂ ਬਾਰੇ ਚਰਚਾ ਤਾਂ ਸੁਣਦੇ ਹੁੰਦੇ ਸਨ, ਪਰ ਫਿਰ ਉਹਨਾਂ ਦੇ ਨਾਲ ਕਈ ਵਾਰੀ ਮੇਲ ਮਿਲਾਪ ਵੀ ਹੋਇਆ ਅਤੇ ਉਸ ਦੇ ਵਿੱਚ ਆ ਧਰਮ ਜਿਹੜੀ ਮੂਵਮੈਂਟ ਹੈ ਆਪਾਂ ਨੂੰ ਪਤਾ, ਜਿਹਦੇ ਕਰਕੇ ਆਪਾਂ ਪੰਜਾਬ ਦੇ ਵਿਸ਼ੇਸ਼ ਕਰਕੇ ਦੁਆਬੇ ਦੇ ਲੋਕ ਆਪਣੇ ਆਪ ਨੂੰ ਆਦਿ ਧਰਮੀ ਪਾਉਂਦੇ ਹਨ ਜਦੋਂ ਆਪਾਂ ਆਪਣੀ ਸਭ ਕਾਸਟ ਲਗਵਾਉਂਦੇ ਹਾਂ, ਅਤੇ ਉਸ ਦੇ ਜਿਹੜੇ ਪਾਂਧੀ ਸਨ ਫੋਂਡਰ ਆ ਧਰਮ ਮੰਦਰ ਦੇ ਬਾਬੂ ਕਪੂਰ ਹੁਕੋਵਾਲ ਤੋਂ ਹੁਸ਼ਿਆਰਪੁਰ ਦੇ ਵਿੱਚ ਹੈ, ਹੁਣ ਤਾਂ ਬੜੀ ਚਰਚਾ ਹੈ ਉਹਨਾਂ ਦੀ ਅਤੇ ਉਹਨਾਂ ਦੀ ਮਤਲਬ ਮੂਵਮੈਂਟ ਦੀ, ਅਤੇ ਉਹਨਾਂ ਦੇ ਨਾਲ ਜਿਹੜਾ ਜਦੋਂ ਮੇਲ ਹੁੰਦਾ ਅਕਤੂਬਰ 1970 ਯਾਦ ਆਉਂਦਾ ਸਮਾਂ
ਤੇ ਮੈਨੂੰ ਜਦੋਂ ਯਾਦ ਆਉਂਦਾ ਮੇਰਾ ਉਹਨਾਂ ਦੇ ਨਾਲ ਪਹਿਲਾਂ ਮਿਲਾਪ ਹੋਇਆ ਅਕਤੂਬਰ 1970 ਵਿੱਚ, ਮੇਰੇ ਲਈ ਬਹੁਤ ਹੈਰਾਨੀ ਵਾਲੀ ਗੱਲ ਸੀ ਇਹ, ਕਿਉਂਕਿ ਘਰ ਦੇ ਫਿਕਰ ਦਾ ਹੁੰਦਾ ਸੀ, ਮੇਰਾ ਪਰਿਵਾਰ ਪੜ੍ਹਿਆ ਲਿਖਿਆ ਸੀ 48 ਦੇ ਵਿੱਚ, ਮੇਰੇ ਬ੍ਰਦਰ ਨੇ ਕਿਤੇ ਕਿਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਨਾਈਟ ਸਟੇਅ ਕੀਤਾ ਸੀ ਉੱਥੇ। 1948 'ਚ ਉਹਨਾਂ ਨੇ ਮੁਕਤਸਰ ਜੰਗ ਜਿੱਤਿਆ ਹੈ ਪੀ ਡਬਲਿਊ ਡੀ ਦੇ ਵਿੱਚ, ਅਤੇ ਬਾਅਦ ਤੌਰ 'ਤੇ ਹੋਏ ਜਦੋਂ ਬਾਬਾ ਸਾਹਿਬ ਇੱਥੇ ਆਏ ਸਨ, ਉਹ ਬੜੇ ਫਖਰ ਨਾਲ ਦੱਸ ਦਿੰਦੇ ਸਨ ਕਿ ਅਸੀਂ ਬਾਬਾ ਸਾਹਿਬ ਦਾ ਜਿਹੜਾ ਕਮਰਾ ਬੁੱਕ ਕਰਨਾ ਸੀ ਪੀ ਡਬਲਿਊ ਡੀ ਰਜਿਸਟ ਹੋ ਜਿਹੜਾ ਅਸੀਂ ਕੀਤਾ ਸੀ। ਤੋ ਗੱਲਾਂ ਤਾਂ ਹੁੰਦੀਆਂ ਸਨ, ਪਰ ਬਾਬੂ ਮੰਗੂਰਾਮ ਜਿਉਂਦੇ ਹਨ ਜਾਂ ਚੜ੍ਹਾਈ ਕਰਕੇ ਇਹਦੇ ਬਾਰੇ ਪਤਾ ਨਹੀਂ ਸੀਗਾ। ਅਤੇ ਮੇਰੇ ਲਈ ਇੰਨੀ ਹੈਰਾਨੀ ਹੋਈ ਜਦੋਂ ਮੈਂ ਉਹਨੂੰ ਦੇਖਿਆ ਅਕਤੂਬਰ 1970 ਦੇ ਵਿੱਚ। ਅਤੇ ਉਸ ਤੋਂ ਬਾਅਦ ਜਿਹੜੀ ਇਤਿਹਾਸਿਕ ਕਾਨਫਰੰਸ ਹੁੰਦੀ ਹੈ ਡੇਰਾ ਬੱਲਾ ਵਿਖੇ 13 ਦਸੰਬਰ 1970 ਨੂੰ, ਮੈਂ ਹੁਣ ਵੀ ਸੋਚਦਾ ਮੈਂ ਉਹਦੇ ਵਿੱਚ ਐਜ ਏ ਸਟੂਡੈਂਟ ਰਾਈਟਰ ਵੀ, ਮੈਂ ਕਿਉਂਕਿ ਰਾਸ਼ਟਰਪਤੀ ਨੂੰ ਮੈਂ ਐਡਿਟ ਵੀ ਕੀਤਾ, ਲਭਾਸ ਐਡਿਟ ਕੀਤਾ ਮੈਂ। ਅਤੇ ਉਹ ਜਿਹੜੀ ਇਤਿਹਾਸਿਕ ਕਾਨਫਰੰਸ ਸੀ ਉਹਦੇ ਵਿੱਚ ਮੋਗਾ ਮੰਡੀ ਦੇ ਬਹੁਤ ਸਾਰੇ ਸੇਠ ਵੱਡੇ ਲੋਕ ਜਿਹੜੇ ਸਨ ਉਹ ਸ਼ਾਮਿਲ ਸਨ, ਅਤੇ ਸੇਠ ਖੁਸ਼ੀ ਰਾਮ ਵੀ ਉਸ ਦੇ ਵਿੱਚ ਸਨ, ਬੜੇ ਐਕਟਿਵ ਸਨ, ਮਿਊਜ਼ਿਕ ਕਮੇਟੀ ਦੇ ਉਹ ਐਮ ਸੀ ਵੀ ਸਨ, ਵਾਈਸ ਪ੍ਰੈਜੀਡੈਂਟ ਵੀ ਰਹੇ ਉਹ, ਅਤੇ ਉਹ ਵੀ ਸ਼ਾਮਿਲ ਸਨ। ਅਤੇ ਉਹਦੇ ਬਾਰੇ ਮੈਂ ਜ਼ਿਆਦਾ ਨਹੀਂ ਦੱਸਣਾ, ਸਿਰਫ ਨੈਟ ਪੱਕ ਨੂੰ ਝਾਤ ਹੀ ਪਾਉਂਦੇ ਆ। ਉਹਦੇ ਵਿੱਚ ਫੈਸਲਾ ਇਹ ਹੋਇਆ ਸੀ ਬਾਬੂ ਮੰਗੂ ਰਾਮ ਮੁਕੋਵਾਲ, ਜਿਨ੍ਹਾਂ ਨੇ ਆਪਾਂ ਨੂੰ ਪਤਾ ਸਾਰਿਆਂ ਨੂੰ ਇੱਕ ਧਰਮ ਰਜਿਸਟਰਡ ਹੋ ਗਿਆ ਸੀ 1930 ਦੇ ਵਿੱਚ, ਆਪ ਧਰਮ ਵੱਖਰਾ ਖਾਨਾ ਜਦੋਂ ਆਪਣੀ ਮਰਦਮਸ਼ੁਮਾਰੀ ਹੋਈ ਨਾ ਉਸ ਦਿਨ ਸਿੱਧ ਹੋਈ ਨਾ, ਅਤੇ ਉਹਦੇ ਵਿੱਚ ਆਪ ਧਰਮ ਇੱਕ ਵੱਖਰਾ ਖਾਨਾ ਅੰਗਰੇਜ਼ਾਂ ਨੇ ਉਹ ਰਜਿਸਟਰ ਕਰਤਾ ਸੀ। ਅਤੇ ਉਹ ਤੋਂ ਬਾਅਦ ਚਲੋ ਇਹ ਹੌਲੀ ਹੌਲੀ ਕਿਉਂਕਿ ਕਈ ਮਸਲੇ ਸਨ ਟੈਕਨੀਕਲ, ਉਹ ਖਤਮ ਹੋ ਗਿਆ ਖਾਨਾ। ਅਤੇ 1970 ਜਿਹੜੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਬਾਊ ਜੀ ਨੇ 24,000 ਰਾਮ ਜਿਹੜੇ ਟਿੱਪਣਾ ਵਾਲੇ ਤੋਂ ਸਨ, ਹੁਸ਼ਿਆਰਪੁਰ ਦੇ ਨਾਲ ਜਨਮ ਸ਼ਕਤੀ 1930 ਦੇ ਵਿੱਚ ਸਨ ਆਪ ਧਰਮ ਮੰਡਲ ਦੇ, ਅਤੇ ਬਾਊ ਜੀ ਨੇ ਭਾਸ਼ਣ ਦਾ ਉਹਦੇ ਵਿੱਚ ਉਹਨਾਂ ਨੇ ਫਿਰ ਦੁਬਾਰਾ ਰਿਵਾਈਵ ਕਰਨਾ ਚਾਹੁੰਦੇ ਸਨ, ਉਹ ਚਾਹੁੰਦੇ ਸਨ ਕਿ ਸਾਡੀ ਆਪਣੀ ਆਈਡੈਂਟੀ ਵੱਖਰੀ ਆਈਡੈਂਟੀ ਜਿਹੜੀ ਹੈ, ਜੇ ਉਹ ਕਿਉਂਕਿ ਆਪਣੀ ਲੜਾਈ ਸ਼ੁਰੂ ਤੋਂ ਲੈ ਕੇ ਆਈਡੈਂਟੀ ਦੀ ਹੈ, ਆਪਣੀ ਲੜਾਈ ਆਪਣੀ ਵੱਖਰੀ ਪਹਿਚਾਣ ਦੀ ਲੜਾਈ ਹੈ, ਅਤੇ ਜਦੋਂ ਆਪਾਂ ਰਵਿਦਾਸੀਆਂ ਧਰਦੇ ਉਹ ਵੀ ਸਾਡੀ ਵੱਖਰੀ ਆਈਡੈਂਟੀ ਦੀ ਲੜਾਈ ਹੈ। ਮੈਂ ਸੋਚਦਾ ਕਈ ਵਾਰੀ ਜੇ 1970 ਦੇ ਵਿੱਚ ਸਾਰੇ ਸੰਤ ਮਹਾਤਮਾ ਸਾਧੂ ਸੰਪਰਦਾਇ ਸੁਸਾਇਟੀ ਰਜਿਸਟਰਡ ਬੋਡੀ ਸੀ, ਲਗਭਗ 250 ਤੋਂ ਲੈ ਕੇ 300 ਦੇ ਕਰੀਬ ਉਹਦੇ ਮੈਂਬਰ ਸਨ ਆਏ ਹੋਏ ਸਨ, ਉਹ ਸੈਂਕੜੇ ਦੀ ਗਿਣਤੀ ਵਿੱਚ, ਹਿਮਾਚਲ ਦੇ ਲੋਕ ਵੀ ਸਨ, ਹਰਿਆਣਾ ਉਸ ਵੇਲੇ ਬਣ ਚੁੱਕਾ, ਹਰਿਆਣੇ ਤੋਂ ਵੀ ਸਨ, ਜੰਮੂ ਕਸ਼ਮੀਰ ਤੋਂ ਵੀ ਆਏ ਹੋਏ ਸਨ ਲੋਕ। ਅਤੇ ਉਹਦੇ ਵਿੱਚ ਬਾਬੂ ਜੀ ਨੇ ਜ਼ੋਰ ਦੇ ਕੇ ਕਿਹਾ ਬਾਬੂ ਮੰਗੂਰਾਮ ਮੁੱਖੋ ਵਾੜ ਲਏ ਕਿ ਦੇਖੋ ਵੀ ਅੱਜ ਕਰ ਰਹੇ ਹੋ 10 ਸਾਲਾਂ ਨੂੰ ਕਰ ਰਹੇ ਹੋ, 20 ਸਾਲਾਂ ਨੂੰ ਕਰ ਰਹੇ ਹੋ, 50 ਸਾਲਾਂ ਨੂੰ ਕਰ ਰਹੇ ਹੋ, ਤੁਹਾਨੂੰ ਆਪਣੀ ਵੱਖਰੀ ਆਈਡੈਂਟੀ ਬਣਾਉਣੀ ਪੈਣੀ ਆ, ਕਿਉਂਕਿ ਤੁਹਾਡੀ ਪੁੱਛ ਗਿੱਛ ਨਹੀਂ ਕਿਸੇ ਧਰਮ ਦੇ ਵਿੱਚ ਹੁੰਦੀ, ਪਰ ਉੱਥੇ ਸਾਧੂ ਸੰਪਰਦਾਇ ਸੁਸਾਇਟੀ ਦੇ ਬਹੁਤ ਜਿਹੜੇ ਸੰਤ ਮਹਾਤਮਾ ਸੀ ਸ਼ਾਇਦ ਸਮਝ ਨਹੀਂ ਸਕੇ ਹੋਣਗੇ ਇਸ ਗੱਲ ਨੂੰ ਵੀ ਸਾਡੀ ਵੱਖਰੀ ਆਈਡੈਂਟੀ ਦੀ ਗੱਲ ਹੈ, ਉਹਨਾਂ ਨੇ ਵਿਰੋਧ ਕੀਤਾ ਇਸ ਗੱਲ ਦਾ, ਉਹ ਕੋਈ ਨਹੀਂ ਨਹੀਂ, ਪਰ ਉਹੀ ਗੱਲ ਜਿਹਨਾਂ ਲੋਕਾਂ ਨੇ ਵਿਰੋਧ ਕੀਤਾ ਸੀ ਉਹਨਾਂ ਨੇ ਬਾਅਦ ਵਿੱਚ ਦੱਸਿਆ ਧਰਮ, ਆਪਾਂ ਨੂੰ ਪਤਾ ਕਾਂਗਰਸ ਆ ਗਿਆ। ਮਤਲਬ ਜਿਹੜੀ ਵੱਖਰੀ ਆਈਡੈਂਟੀ ਦੀ ਗੱਲ ਜਿਹੜੀ ਆ ਧਰਮ ਮੰਡਲ ਨੇ ਕੀਤੀ ਸੀ, ਮੈਨੂੰ ਪਤਾ ਲੱਗਾ 1970 ਵਿੱਚ ਆ ਕੇ, ਉਸ ਤੋਂ ਬਾਅਦ ਬਹੁਤ ਸਾਰੇ ਸਿੱਖ ਜਦੋਂ ਫਿਰ ਮੈਂ ਬਾਜੀ ਸਾਹਿਬ ਨੇ ਜਦੋਂ 1967 ਦੇ ਵਿੱਚ ਗਿਆ ਜਦੋਂ ਉਹਨਾਂ ਨੇ ਇਲੈਕਸ਼ਨ ਲੜੀ ਸੀ 1967 ਮੈਂਬਰ ਪਾਰਲੀਮੈਂਟ ਦੀ ਸਰਦਾਰ ਸਵਰਨ ਸਿੰਘ ਦੇ ਮੁਕਾਬਲੇ ਦੇ ਉੱਪਰ, ਅਤੇ ਉਦੋਂ ਹੀ ਮੈਨੂੰ ਪਤਾ ਲੱਗਾ ਕਿ 27 ਅਕਤੂਬਰ 1955 ਨੂੰ, ਪਤਾ ਤਾਂ ਮੈਨੂੰ ਸੀਗਾ ਪਰ ਉਦੋਂ ਇਹ ਪਤਾ ਲੱਗਾ ਕਿ ਬਹੁਤਾ ਜਿਹੜਾ ਰੋਲ ਸੀ ਬਹੁਤਾ ਯੋਗਦਾਨ ਸੀ ਉਹ ਬੂਟਾ ਮੰਡੀ ਵਾਲਿਆਂ ਦਾ ਸੀਗਾ, ਸ਼ੇਖ ਕਿਸ਼ਨ ਦਾਸ ਉਹਨਾਂ ਦੀ ਅਗਵਾਈ ਹੇਠ ਜਿਹੜੇ ਜਿਸ ਵੇਲੇ ਤੁਹਾਨੂੰ ਪਤਾ ਕਿ ਉਹਨਾਂ ਅਵਾਰਡ ਜਾਰੀ ਹੁੰਦਾ ਰਾਊਂਡ ਟੇਬਲ ਕਾਨਫਰੰਸ ਤੋਂ ਬਾਅਦ, 3 ਰਾਊਂਡ ਟੇਬਲ ਕਾਨਫਰੰਸ ਹੋਈਆਂ, ਉਸ ਤੋਂ ਬਾਅਦ ਕਿਉਂ ਅਵਾਰਡ ਜਾਰੀ ਹੁੰਦਾ ਰੈਪਜੇ ਮੈਕਡੋਨਲਡ ਵੱਲੋਂ, ਅਤੇ ਉਸ ਅਵਾਰਡ ਦੇ ਵਿੱਚ ਆਪਾਂ ਨੂੰ ਪੰਜਾਬ ਨੂੰ ਜਿਹੜੀ ਪੋਲੀਟੀਕਲ ਰੈਜ਼ਰਵੇਸ਼ਨ ਸੀ ਮਿਲੀ,
ਉਹ ਚਲੋ ਬਾਬਾ ਸਾਹਿਬ ਨੇ ਪੂਰਾ ਪੈਕ ਦੇ ਤਹਿਤ ਲੈ ਕੇ ਦਿੱਤੀ 8 ਸੀਟਾਂ ਤਰ੍ਹਾਂ ਹੋਈਆਂ ਅਤੇ ਉਹਨਾਂ 8 ਸੀਟਾਂ ਦੇ ਉੱਪਰ ਆਹ ਧਰਮ ਮੰਡਲ ਨੇ ਜਿਹੜੇ ਜਿਹੜੀ ਪਾਰਟੀ ਜਿਹੜੀ ਸੀ ਨਾ ਜਿਹੜੀ ਪਾਰਟੀ ਸਿਕੰਦਰ ਹਯਾਤਾਂ ਦੀ ਪਾਰਟੀ ਸੀ ਉਹ ਥੋੜ੍ਹੀ ਮੋਡਰੇਟ ਪਾਰਟੀ ਸੀ ਅਤੇ ਉਹਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਸਾਰੇ ਸਨ ਅਤੇ ਉਹਦੀ ਅਗਵਾਈ ਹੇਠ ਆਹ ਧਰਮ ਮੰਡਲ ਨੇ ਉਹਨਾਂ ਨੂੰ ਸਮਝੌਤਾ ਕਰਕੇ ਜਦੋਂ ਇਲੈਕਸ਼ਨ ਲੜੀ 1937 ਦੇ ਵਿੱਚ ਅਤੇ 8 ਸੀਟਾਂ ਸੀ 8 ਸੀਟਾਂ ਦੇ ਵਿੱਚੋਂ 7 ਸੀਟਾਂ ਦੇ ਉੱਪਰ ਆਹ ਧਰਮ ਮੰਡਲ ਦੇ ਨੁਮਾਇੰਦੇ ਜਿੱਤੇ ਗਏ ਅਤੇ ਉਹਨਾਂ ਵਿੱਚੋਂ ਸਾਡੇ ਲਈ ਬੜੀ ਫਖਰ ਵਾਲੀ ਮਾਣ ਬੜੀ ਗੱਲ ਸੀ ਕਿ ਸੇਠ ਕਿਸ਼ਨ ਦਾਸ ਨੇ ਜਲੰਧਰ ਜਿਹੜੀ ਸੀਟ ਸੀ ਜਿਹੜੀ ਰਿਜ਼ਰਵ ਸੀਟ ਸੀ ਉਹ ਡਬਲ ਸੀ ਉਹ ਰਿਜ਼ਰਵ ਵੀ ਸੀ ਜਲੰਧਰ ਅਤੇ ਉਹਦੇ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕਰਕੇ ਲਾਹੌਰ ਅਸੈਂਬਲੀ ਦੇ ਵਿੱਚ ਮਤਲਬ ਉਹਨਾਂ ਸਮੇਤ 7 MLA ਸਾਡੇ ਪਹੁੰਚੇ ਅਤੇ ਮੈਨੂੰ ਉਸ ਵੇਲੇ ਤੱਕ ਮੈਨੂੰ ਇਹ ਵੀ ਨਹੀਂ ਸੀ ਪਤਾ ਮੈਂ ਬਿਲਕੁਲ ਸ਼ਾਇਦ BA ਦੇ ਵਿੱਚ ਪੜ੍ਹਦਾ ਸੀਗਾ ਮੈਨੂੰ ਪਤਾ ਨਹੀਂ ਸੀ ਮੂਵਮੈਂਟ ਬਾਰੇ ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਸੇਠ ਜੀ ਹਾਲੇ ਹੈ ਅਤੇ ਬਾਅਦ 'ਚ ਹੌਲੀ ਹੌਲੀ ਜਿਸ ਵੇਲੇ ਸੋਸ਼ਲ ਗੈਦਰਿੰਗ ਸ਼ੁਰੂ ਹੋਈ ਫੰਕਸ਼ਨ ਸ਼ੁਰੂ ਹੋਏ ਅਤੇ ਉਹ ਹੌਲੀ ਹੌਲੀ ਮੈਨੂੰ ਪਤਾ ਲੱਗਾ ਅਤੇ ਬੂਟਾ ਮੰਡੀ ਦਾ ਏਡਾ ਵੱਡਾ ਯੋਗਦਾਨ ਹੈ ਮੈਨੂੰ ਯਾਦ ਆਉਂਦਾ ਮੈਂ 4-5 ਸਾਲ ਦਾ ਹੋਵਾਂਗਾ ਉਸ ਵੇਲੇ 1970 ਤੱਕ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਗੁਰੂ ਅਰਦਾਸ ਜੀ ਦੇ ਨਾਂ ਦੇ ਉੱਪਰ ਨਾ ਜਿਹੜੇ ਹੁਣ ਗੁਰਦੁਆਰੇ ਬਣੇ ਉਸ ਵੇਲੇ ਨਹੀਂ ਹੁੰਦੇ ਸਨ ਕਿਤੇ ਕਿਤੇ ਸਨ ਵੱਡੇ ਪਿੰਡਾਂ 'ਚ ਮੇਰੇ ਪਿੰਡ ਵਿੱਚ ਵੀ ਗੁਰਦੁਆਰਾ ਸਿਆ ਬਣਿਆ ਹੋਇਆ ਅਤੇ ਉਹਦੇ ਉੱਪਰ ਇੰਗਰੇਵ ਕੀਤਾ ਹੋਇਆ ਸੀ ਜਿਹੜਾ ਮੇਨ ਦਰਵਾਜ਼ਾ ਸੀ ਨਾ ਉਹਦੇ ਉੱਪਰ ਇੰਗਰੇਵ ਕਰਕੇ ਜਿਹਨਾਂ ਲੋਕਾਂ ਦੇ 5-6 ਸੇਠਾਂ ਦੇ ਨਾਂ ਸਨ ਬੂਟਾ ਮੰਡੀ ਦੇ ਜਿਹਨਾਂ ਨੇ ਉਸ ਵੇਲੇ ਜਦੋਂ ਬਣਿਆ ਹੋਏਗਾ ਕੋਈ 1958-56 ਦੇ ਲਾਗੇ ਕੀਤਾ ਕੇ ਬਣਿਆ ਸੀਗਾ ਉਹ ਤਾਂ ਅੱਗੇ ਫਿਰ ਦੁਬਾਰਾ ਵੱਡਾ ਬਣ ਗਿਆ ਬਣਾ ਲਿਆ ਹੁਣ ਅਤੇ ਉਹਦੇ ਵਿੱਚ 5-6 ਸੇਠਾਂ ਦੇ ਨਾਂ ਜਿਹੜੇ ਲਿਖੇ ਹੋਏ ਸਨ ਉਹਦੇ ਵਿੱਚ ਸੇਠ ਮੋਸ਼ੀ ਰਾਮ ਸਾਹਿਬ ਦਾ ਵੀ ਨਾਂ ਸੀਗਾ 2-3 ਸੇਠਾਂ ਦਾ ਮੈਨੂੰ ਨਾਂ ਯਾਦ ਹੈ ਅਤੇ ਸੇਠ ਇੱਕ ਬੇਲੀ ਗ੍ਰਾਮ ਸਿੰਘ ਉਹਨਾਂ ਦਾ ਨਾਂ ਸੀਗਾ ਉਹ ਸੇਠਾਂ ਮੈਂ ਮਤਲਬ ਬਾਕੀ ਭੁੱਲ ਵੀ ਗਿਆ ਹੋਵਾਂ ਅਤੇ ਮੈਨੂੰ ਇੱਕ ਬਾਅਦ 'ਚ ਪਤਾ ਲੱਗਾ ਜਦੋਂ 1970 ਦੇ ਵਿੱਚ ਮੈਂ ਸੋਸ਼ਲ ਫੀਲਡ ਵਿੱਚ ਆਇਆ ਜਾਂ ਲਿਖਣ ਅਰਦਾਸ ਪਤਰਾ ਸ਼ੁਰੂ ਹੋਈ ਕਿ ਬੂਟਾ ਮੰਡੀ ਦਾ ਏਡਾ ਵੱਡਾ ਯੋਗਦਾਨ ਰਿਹਾ ਜਿੱਥੇ ਵੀ ਪਿੰਡਾਂ ਦੇ ਵਿੱਚ ਕੋਈ ਸਾਡੇ ਨਾਲ ਡਿਸਟਿੰਗੁਇਸ਼ਨ ਹੁੰਦੀ ਸੀ ਅਤੇ ਉਹਦੇ ਵਿੱਚ ਜਿਹੜੇ ਇਹ ਸਾਰੇ ਬੂਟਾ ਮੰਡੀ ਦੇ ਸੇਠ ਜਿਹੜੇ ਸਨ ਉਹ ਸਾਹਮਣੇ ਆ ਕੇ ਉਹ ਉਹਨਾਂ ਲੋਕਾਂ ਦੀ ਮਦਦ ਕਰਦੇ ਸਨ ਅਤੇ ਜੇ ਕਿਸੇ ਪਿੰਡ ਦੇ ਵਿੱਚ ਕੋਈ ਗੁਰਦੁਆਰਾ ਬਣਾਉਣਾ ਸੀ ਗੁਰੂ ਸਾਹਿਬ ਦੇ ਨਾਂ ਦੇ ਉੱਪਰ ਅਤੇ ਉਹਦੇ ਵਿੱਚ ਮਦਦ ਵੀ ਕਰਦੇ ਸਨ ਅਤੇ ਮੈਨੂੰ ਯਾਦ ਹੈ 5500 ਦੀ ਮਦਦ ਜਿਹੜੀ ਸੀ ਉਹਦੇ ਉੱਪਰ ਉਸ ਵੇਲੇ 55-56 ਦੀ ਗੱਲ ਦੱਸਿਆ ਮੈਂ ਉਸ ਵੇਲੇ ਮਤਲਬ ਜੱਗੂ ਸਿੰਘਾ ਮੇਰਾ ਪਿੰਡ ਹੈ ਜੱਗੂ ਸਿੰਘ ਮਦਦ ਕੀਤੀ ਗਈ ਸੀ ਯਾਨੀ ਜਿਹੜਾ ਬੂਟਾ ਮੰਡੀ ਨੇ ਇੱਕ ਤਾਂ ਤੁਹਾਨੂੰ ਦੱਸਿਆ ਬਾਬਾ ਸਾਹਿਬ ਦੀ ਮੂਵਮੈਂਟ ਦੇ ਨਾਲ ਆਪਣੇ ਜੁੜੇ ਉਹ ਤੋਂ ਇਲਾਵਾ ਜਿਹੜੀ ਆਹ ਧਰਮ ਦੇ ਮੂਵਮੈਂਟ ਸੀ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਬੂਟਾ ਮੰਡੀ ਦਾ ਬਾਬੂ ਜੀ ਤਾਂ ਆ ਗਿਆ ਉੱਥੋਂ ਸ਼ਿਫਟ ਹੋ ਗਿਆ 1926 ਦੇ ਵਿੱਚ ਆਪਣਾ ਪਿੰਡ ਛੱਡ ਕੇ ਜਲੰਧਰ ਆ ਗਿਆ ਉਹਨਾਂ ਨੇ ਜਿੱਥੋਂ ਸ਼੍ਰੀ ਗੁਰੂ ਅਰਦਾਸ ਸੀਨੀਅਰ ਸੈਕੰਡਰੀ ਸਕੂਲ ਬਣਿਆ ਕਿਸ਼ਨਪੁਰੇ ਅਤੇ ਉੱਥੇ ਉਹਨਾਂ ਨੇ ਆ ਕੇ ਉਹ ਹੈੱਡਕੁਆਟਰ ਸੀ ਆਹ ਧਰਮ ਦਾ ਉਹ ਆਹ ਧਰਮ ਦਾ ਹੀ ਜਗ੍ਹਾ ਸੀ ਉਹ ਜਿਹੜੀ ਪਲੇਸ ਹੈ ਸਕੂਲ ਬਾਅਦ 'ਚ ਬਣਿਆ ਅਤੇ ਉੱਥੇ ਆ ਗਿਆ ਅਤੇ ਉੱਥੇ ਮੈਨੂੰ ਯਾਦ ਹੈ ਘਟਨਾ ਮੈਂ ਉਹਦੇ ਵਿੱਚ ਵੀ ਉਹਦਾ ਜ਼ਿਕਰ ਕੀਤਾ ਜੀ ਜਿਹੜੀ ਆਪਣਾ ਫੋਰਮੈਟਿੰਗ ਲਿਖਿਆ ਉਹਦੇ ਵਿੱਚ ਮੇਰੇ ਬ੍ਰਦਰ ਦੱਸਦੇ ਹੁੰਦੇ ਸਨ ਜਿਹੜੇ ਇੱਥੇ ਪੀ ਡੋਡੀ ਦੇ ਵਿੱਚ ਜਿਹੜੇ ਸਭ ਤੋਂ ਵੱਡੇ ਮੇਰੇ ਜੋਬ ਕਰਦੇ ਸਨ ਉਹ ਕਹਿੰਦੇ ਸੀ ਉਹ ਮਾਸਟਰ ਗੁਰਬਾਂਦਾ ਸਿੰਘ ਦੇ ਸਟੂਡੈਂਟ ਸਨ ਸਾਈਕਲ ਸਟੂਡੈਂਟ ਬਣੇ ਸਨ ਉਹ ਮਾਸਟਰ ਗੁਰਬਾਂਦਾ ਸਿੰਘ ਦੇ ਬਹੁਤ ਭਗਤ ਸਨ ਮਾਸਟਰ ਗੁਰਬਾਂਦਾ ਸਿੰਘ 1946 'ਚ MLA ਹੋਏ ਨਾ ਅਤੇ ਉਸ ਤੋਂ ਬਾਅਦ ਜਦੋਂ ਵੀ ਕੋਈ ਮੀਟਿੰਗ ਹੁੰਦੀ ਸੀ ਇਲੈਕਸ਼ਨ ਦੇ ਦੌਰਾਨ ਜਾ ਕੇ ਜਦੋਂ ਵਰਕਰਸ ਨੂੰ ਬੁਲਾਉਂਦੇ ਆ ਅਤੇ ਉਹਦੇ ਵਿੱਚ ਮੇਰੇ ਬ੍ਰਦਰ ਵੀ ਜਾਂਦੇ ਸਨ ਅਤੇ ਉਹਨਾਂ ਨੇ ਮੈਨੂੰ ਇੱਕ ਵਾਰੀ ਦੱਸਿਆ ਕਿ ਜਿਸ ਵੇਲੇ ਸ਼ਾਇਦ 52 ਦੀ ਇਲੈਕਸ਼ਨ ਦੀ ਗੱਲ ਹੈ 1952 ਪਹਿਲੀ ਇਲੈਕਸ਼ਨ ਹੋਈ ਹੈ ਅਤੇ ਉਹਦੇ ਵਿੱਚ ਕਹਿੰਦੇ ਜਦੋਂ ਮਾਸਟਰ ਗੁਰਨਾਦਾ ਸਿੰਘ ਨੇ ਕਿਹਾ ਕਿ ਮੇਰੀ ਆਰਥਿਕ ਜਿਹੜੀ ਸਥਿਤੀ ਉਹ ਸਾਰਾ ਹੀ ਇੱਦਾਂ ਹੁੰਦੀ ਸੀ ਉਦਾਂ ਇੰਨੀ ਵਧੀਆ ਨਹੀਂ ਹੈ ਮੈਂ ਇਲੈਕਸ਼ਨ ਜਿਹੜੀ ਹੈ ਨਾ ਇਲੈਕਸ਼ਨ ਵਿੱਚ ਪੈਸਾ ਚਾਹੀਦਾ ਅਤੇ ਸੇਠ ਸੁੰਦਰ ਦਾਸ ਸੇਠ ਸੁੰਦਰ ਦਾਸ ਮਹੇਰ ਪਰਿਵਾਰ ਦੇ ਨਾਲ ਮਹੇਰ ਪਰਿਵਾਰ ਦੇ ਵੱਡੇ ਰਹਿਨੁਮਾ ਸਨ ਉਹਨਾਂ ਨੇ ਕਹਿੰਦੇ ਆਪਣੀ ਪੱਗ ਖੋਲ੍ਹੀ ਬ੍ਰਦਰ ਨੇ ਜਿਹੜਾ ਦੱਸਿਆ ਮੈਂ ਤਾਂ ਚਲੋ ਉਹਦੇ ਵਿੱਚ ਦੱਸਦਾ ਵੀ ਉਹਨਾਂ ਨੇ ਆਪਣੀ ਜਿਹੜੀ ਝੱਗੀ ਪਾਉਂਦੇ ਹੁੰਦੇ ਕਹਿੰਦੇ ਉਹਦੇ ਕਹਿੰਦੇ ਆਪਣੀ ਪੱਗੜੀ ਖੋਲ੍ਹੀ ਉਹਦੇ ਵਿੱਚੋਂ ਨਾ
ਹਜ਼ਾਰਾਂ ਰੁਪਏ ਦੇ ਨੋਟ ਪਤਾ ਨਹੀਂ 4 ਹਜ਼ਾਰ ਬਣ ਗਿਆ 5 ਹਜ਼ਾਰ ਹੋ ਗਏ, ਉਹ ਮਾਸਟਰ ਗੁਰਬੰਦਰ ਸਿੰਘ ਉਹ ਦਿੱਤੀ ਫਰਾਈ ਬਣ ਗਿਆ ਅੱਜ ਤੋਂ ਲੈ ਕੇ, ਤੂੰ ਇਹ ਨਹੀਂ ਕਹਿਣਾ ਕਿ ਮੇਰੀ ਆਦਤ ਹੱਥ ਮਾਰ ਗਿਆ, ਇਲੈਕਸ਼ਨ ਲੜ ਗਿਆ ਤਗੜੇ ਹੋ ਕੇ ਲੜਨੀ, ਯਾਨੀ ਮੇਰੇ ਲਈ ਇਹ ਗੱਲਾਂ, ਕਿਉਂਕਿ ਮੈਂ ਤਾਂ ਉਸ ਵੇਲੇ ਸਟੂਡੈਂਟ ਲੈਂਗੁਏਜ, ਮੇਰੇ ਲਈ ਇਹ ਗੱਲਾਂ ਬੁੱਢਾ ਮੰਡੀ ਦੇ ਪ੍ਰਤੀ ਜਿਹੜਾ ਮੇਰੇ ਮਨ ਦੇ ਵਿੱਚ ਡੈਡੀਕੇਸ਼ਨ ਦੀ ਜਾਂ ਇੱਕ ਜਿਹੜੀ ਸ਼ਰਧਾ ਦੀ ਭਾਵਨਾ ਹੈ ਉਹ ਸ਼ੁਰੂ ਤੋਂ ਨਹੀਂ ਹੈ। ਅਤੇ ਅੱਜ ਜਿੱਥੇ ਅੱਜ ਆਪਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਯਾਦ ਦੇ ਵਿੱਚ ਬਣਿਆ ਹੋਇਆ ਇਤਿਹਾਸਿਕ ਸਥਾਨ ਹੈ, ਬਾਬਾ ਸਾਹਿਬ ਉਹ ਕਈ ਵਾਰੀ ਕਹਿੰਦੇ ਉੱਥੇ ਆਏ ਇੱਥੇ ਆਏ ਲੱਗੇ ਆਏ, ਇਹ ਤਾਂ ਸਾਰੇ ਖੇਤ ਸਨ ਬਹੁਤ ਵੱਡੀ, ਜਦੋਂ ਬਾਬਾ ਸਾਹਿਬ 27 ਅਕਤੂਬਰ 1952 ਨੂੰ ਆਏ ਆ ਨਾ, ਤਾਂ ਮੇਰੇ ਬ੍ਰਦਰ ਦੱਸ ਦਿੰਦੇ ਸਨ ਕਿ ਇੱਡੀ ਵੱਡਾ ਪੰਡਾਲ ਸਜਿਆ ਹੋਇਆ ਸੀਗਾ ਕਿ ਜਿਹੜੇ ਕੇ ਸੀ ਸੁਰੇਖ ਸਾਹਿਬ ਹੁਣ ਵੀ ਹਾਲੇ ਜਿੰਦਾ ਹਨ, ਕੇ ਸੀ ਜਿਹੜਾ ਸੀ ਪੰਡਾਲੀ ਦੇ ਹਨ, ਮੈਂ ਉਹਨਾਂ ਦੇ ਨਾਲ ਵੀ ਕਈ ਵਾਰੀ ਇੰਟਰਵਿਊ ਕੀਤੇ ਹਨ, ਅਤੇ ਉਹ ਕਹਿੰਦੇ ਸਨ ਕਿ ਜਦੋਂ ਆਪਾਂ ਸਟੇਜ ਤੋਂ ਲੈ ਕੇ ਅਪੀਲ ਤੱਕ ਮਤਲਬ ਲੋਕ ਜਿਹੜੇ ਸਨ ਉਹ ਛੋਟੇ ਛੋਟੇ ਦਿਖਾਈ ਦਿੰਦੇ ਸਨ, ਇੱਡੀ ਵੱਡੀ ਸਟੇਜ ਲੱਗੀ ਹੋਈ ਸੀ, ਯਾਨੀ ਲੱਖਾਂ ਲੋਕ ਇੱਕ ਦਿਨ ਪਹਿਲੇ ਰਾਤ ਨੂੰ ਚੱਲ ਕੇ ਇੱਥੇ ਪਹੁੰਚੇ ਹੋਏ ਸਨ ਬਾਬਾ ਸਾਹਿਬ ਭਾਸ਼ਣ ਸੁਣ ਲਈ। ਅਤੇ ਤੁਹਾਨੂੰ ਪਤਾ ਉਹ ਤੋਂ ਬਾਅਦ ਬਾਬਾ ਸਾਹਿਬ ਡੀ ਏ ਵੀ ਕਾਲਜ ਜਲੰਧਰ ਵੀ ਗਏ, ਮੈਨੂੰ ਫਖਰ ਇਸ ਗੱਲ ਦਾ ਕਿ ਮੈਨੂੰ ਡੀ ਏ ਵੀ ਕਾਲਜ ਲਗਭਗ 40-45 ਸਾਲ ਮੈਂ ਡੀ ਏ ਵੀ ਕਾਲਜ ਜਲੰਧਰ ਰਿਹਾ ਐਜ਼ ਏ ਸਟੂਡੈਂਟ ਵੀ ਅਤੇ ਐਜ਼ ਏ ਟੀਚਰ ਵੀ, ਲੋਅਰ ਜਿਹੜੇ ਕਲਾਸਰੂਮ ਵੀ ਹਨ ਕੈਗ ਦੇ ਜਿਹੜੇ ਸਾਡੇ ਵੱਡੇ ਮਾਣ ਵਾਲੀ ਗੱਲ ਹੈ, ਦੇਖੋ ਟੀਚਰ ਦਾ ਸਭ ਤੋਂ ਵੱਡਾ ਸਰਮਾਇਆ ਜਿਹੜਾ ਹੁੰਦਾ ਉਹ ਸਟੂਡੈਂਟ ਹੁੰਦੇ ਆ, ਸਾਡੇ ਸਾਹਮਣੇ ਉਹ ਕਾਰਨਾ ਤੋਂ ਹੀ ਬੈਠੇ ਹਨ ਕੈਗ ਦੇ ਸਟੂਡੈਂਟ ਵੀ ਮੇਰੇ ਸਟੂਡੈਂਟ ਨੇ, ਬੜੇ ਪਤਾ ਮੈਨੂੰ ਹੁੰਦਾ ਪ੍ਰੋਫੈਸਰ ਗੁਰਵੀਰ ਸਿੰਘ ਜਿਹੜੇ ਐਚ ਓ ਡੀ ਤਿਆਰ ਹੋਏ ਉੱਥੋਂ ਬਾਬਾ ਕਾਲਜ, ਉਹ ਅਨੇਕਾਂ ਮਦੇ ਸਟੂਡੈਂਟ, ਬਹੁਤ ਮਾਣ ਹੁੰਦਾ ਫਖਰ ਹੁੰਦਾ। ਅਤੇ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਪ੍ਰੋਫੈਸਰ ਸਾਹਿਬ ਨੇ ਬੁੱਕ ਲਿਖ ਕੇ ਇੱਕ ਤਰ੍ਹਾਂ ਜਿਹੜਾ ਸਾਡਾ ਨਰਵ ਸਿਸਟਮ ਹੈ ਸੈਂਟਰ ਹੈ ਨਾ ਇੱਕ ਤਰ੍ਹਾਂ ਦਾ, ਸਾਡੇ ਦਲਿਤ ਹਰ ਪੱਖ ਤੋਂ ਬਹੁ ਪੱਖੀ ਜਿਹੜਾ ਵਿਕਾਸ ਹੋਇਆ ਸਾਡੇ, ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਉਹ ਬੁੱਢਾ ਮੰਡੀ ਦਾ ਰਿਹਾ ਹੈ। ਅਤੇ ਚਾਹੇ ਇਲੈਕਸ਼ਨ ਦੇ ਖੇਤਰ ਵਿੱਚ, ਚਾਹੇ ਵਿੱਦਿਅਕ ਖੇਤਰ ਦੇ ਵਿੱਚ, ਚਾਹੇ ਧਾਰਮਿਕ ਖੇਤਰ ਦੇ ਵਿੱਚ, ਚਾਹੇ ਰਾਜਨੀਤਿਕ ਖੇਤਰ ਵਿੱਚ, ਆਪਾਂ ਰਾਜਨੀਤਿਕ ਵੀ ਜਿਹੜਾ ਕਰ ਹੀ ਗਏ ਹਾਂ, ਇਹ ਵੀ ਜਿਹੜਾ ਆ ਜਿਹੜਾ ਅੰਬੇਦਕਰ ਭਵਨ ਜਿਹੜਾ ਜਗ੍ਹਾ ਇਹਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਰਿਹਾ, ਸ਼੍ਰੀ ਲੋਹੜੀਆ ਮਾਲੀ ਜੀ ਦੀ ਅਗਵਾਈ ਹੇਠ ਇਹ ਜਗ੍ਹਾ ਜਿਹੜੀ ਪਰਚੇਜ ਕੀਤੀ ਗਈ, ਸਟੇਟ ਕਲੈਕਟਰ ਮਾਠਾਂ ਤੋਂ ਲੈ ਸਰਪੰਚ ਵੀ ਸਨ ਇੱਥੇ ਵੀ ਆਲੇ ਦਾ ਕੰਮ ਕਰਦੇ ਸਨ ਬੂਟਾ ਮੰਡੀ, ਅਤੇ ਉਹਨਾਂ ਸਾਰੇ ਸਾਥੀਆਂ ਦਾ ਸਹਿਯੋਗ ਸਨ ਕਿ ਅੱਜ ਜਿਹੜਾ ਇੱਕ ਇਤਿਹਾਸਿਕ ਸਥਾਨ ਜਿਹੜਾ ਬਣਿਆ ਹੈ ਬਾਬਾ ਸਾਹਿਬ ਦੀ ਯਾਦ ਦੇ ਨਾਲ ਜੁੜਿਆ ਹੋਇਆ, ਅੱਜ ਇਹ ਵੀ ਜਿਹੜਾ ਇਤਿਹਾਸਿਕ ਕੰਮ ਕੀਤਾ ਬੂਟਾ ਮੰਡੀ ਦਾ ਸ਼ਤਾਬਦੀ ਵੇਲੇ ਜੋ ਬਣੇ ਗਏ, ਤਾਂ ਅੱਜ ਤੁਸੀਂ ਉਸ ਵੇਲੇ ਵੀ ਕਰ ਰਹੇ ਹੋ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਮੈਂ ਬੂਟਾ ਮੰਡੀ ਬਾਰੇ ਬਹੁਤ ਕੁਛ ਕਿਹਾ ਜਾ ਸਕਦਾ, ਬਹੁਤ ਮੈਂ ਮਤਲਬ ਘੰਟਾ ਡੇਢ ਘੰਟਾ ਗੱਲਬਾਤ ਕਰ ਸਕਦਾ, ਇੰਨਾ ਵੱਡਾ ਰੋਲ ਰਿਹਾ ਹੈ ਬੂਟਾ ਮੰਡੀ ਦਾ। ਅਤੇ ਪਰ ਕਿਉਂਕਿ ਸਮੇਂ ਨੂੰ ਸਾਹਮਣੇ ਰੱਖਦੇ ਹੋਏ ਮੈਂ ਆਪਣੇ ਵਿਚਾਰ ਇੱਥੇ ਸਮਾਪਤ ਕਰਦਾ, ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਅੰਬੇਡਕਰ ਭਵਨ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਉੱਥੇ ਸ਼੍ਰੀ ਗੁਰਦਾਸ ਧਾਮ ਵਿੱਚ ਵੀ ਹੋ ਸਕਦੀ ਸੀ ਰਿਲੀਜ ਬੁੱਕ, ਪਰ ਤੁਸੀਂ ਅੰਬੇਡਕਰ ਭਵਨ ਚੁਣਿਆ, ਇਹ ਬੁੱਕ ਰਿਲੀਜ਼ ਕਰਦੇ ਇੱਕ ਇਤਿਹਾਸਿਕ ਕੰਮ ਹੈ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਮਣੇ ਹੋਵੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਜੈ ਭੀਮ ਜੈ ਗੁਰੂ। ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਗਿਆਨਚੰਦ ਕੌਰ ਜੀ, ਜਿਹਨਾਂ ਨੇ ਕਿ ਬਹੁਤ ਹੀ ਤਰੀਕੇ ਦੇ ਵਿੱਚ ਬਹੁਤ ਹੀ ਇਤਿਹਾਸ ਤੋਂ ਬੂਟਾ ਮੰਡੀ ਬਾਰੇ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ, ਅਤੇ ਨਾਲੇ ਕਿਤਾਬ ਦਾ ਮੁੱਖ ਵੰਸ਼ ਵੀ ਬਹੁਤ ਭਰਪੂਰੀ ਲਿਖਿਆ ਹੈ ਜਿਸ ਦੀ ਵੀ ਬਹੁਤ ਭਰਪੂਰ ਜਾਣਕਾਰੀ ਹੈ, ਸਾਨੂੰ ਪੜ੍ਹਨਾ ਚਾਹੀਦਾ ਹੈ। ਅਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਸਾਡੇ ਵਿਚਕਾਰ ਸ਼੍ਰੀ ਪੀ ਡੀ ਸ਼ਾਂਤ ਜੀ, ਸ਼੍ਰੀ ਜਗਰੋਹ ਕੌਰ ਜੀ, ਸ਼੍ਰੀ ਦੇਸ਼ ਰਾਜ ਸ਼ਾਂਤ ਜੀ, ਸ਼੍ਰੀ ਗੁਰਦਿਆਲ ਮੇਰ ਜੀ, ਸ਼੍ਰੀ ਸੁਨੀਲ ਮੇਰ ਜੀ, ਅਤੇ ਬਹੁਤ ਹੀ ਖਾਸ ਤੌਰ 'ਤੇ ਮਿਸਟਰ ਐਚ ਐਲ ਵਿਰਕੀ ਜੀ, ਰਿਨਾਊਡ ਅੰਬੇਡਕਰ ਰਾਈਟ ਐਂਡ ਬੁੱਧਿਸਟ ਇੰਟਰਨੈਸ਼ਨਲ ਕੋਆਰਡੀਨੇਟਰ ਫੈਡਰੇਸ਼ਨ ਆਫ ਅੰਬੇਡਕਰ ਐਂਡ ਬੁੱਧਿਸਟ ਔਰਗਨਾਈਜੇਸ਼ਨ UK ਤੋਂ, ਉਹ ਵੀ ਖਾਸ ਤੌਰ 'ਤੇ ਪਹੁੰਚੇ ਨੇ, ਉਹਨਾਂ ਦਾ ਵੀ ਇੱਥੇ ਪਹੁੰਚਣ 'ਤੇ ਬਹੁਤ ਸਵਾਗਤ। ਮੈਡਮ
ਸੁਦੇਸ਼ ਕਲਿਆਣ ਜੀ, ਫੋਰਮਰ ਪ੍ਰੈਜੀਡੈਂਟ ਅੰਬੇਡਕਰ ਮਿਸ਼ਨ ਸੁਸਾਇਟੀ, ਉਹ ਵੀ ਪਹੁੰਚੇ ਨੇ। ਸਵਤੰਤਰਤਾ ਸੈਨਿਕ ਦਲ ਤੋਂ ਸੰਧੂ ਜੀ ਅਤੇ ਪੁਰਸ਼ੋਤਮ ਸਰੋਵਾ ਜੀ, ਉਹ ਵੀ ਸਾਡੇ ਵਿਚਕਾਰ ਨੇ, ਉਹਨਾਂ ਦਾ ਵੀ ਇੱਥੇ ਪਹੁੰਚ ਸਕਦੇ ਹਾਂ ਸਵਾਗਤ। ਅਤੇ ਹੁਣ ਮੈਂ ਬੇਨਤੀ ਕਰਾਂ ਮੈਡਮ ਬਬੀਤਾ ਕਲੇਰ ਜੀ IAS ਕਿ ਉਹ ਮੰਚ 'ਤੇ ਆਉਣ ਮਾਈਕ 'ਤੇ ਅਤੇ ਅੱਜ ਦੇ ਇਸ ਫੰਕਸ਼ਨ ਨੂੰ ਸੰਬੋਧਿਤ ਕਰਨ। ਮੈਡਮ ਮੈਡਮ ਬਬੀਤਾ ਕਲੇਰ ਬਦਲਾ ਜਾਂਦਾ ਪਰ ਅੱਜ ਦੇ ਦਿਨ ਦੇ ਵਿੱਚ ਮੈਨੂੰ ਇਹ ਜ਼ਰੂਰ ਮਹਿਸੂਸ ਹੁੰਦਾ ਹੈ ਕਿ
ਪੜ੍ਹ ਸਕਦੇ ਹਾਂ ਸਾਰੇ ਜਿਹੜੇ ਇਹ ਤੁਹਾਡੇ ਵਰਗੇ ਸਾਡੀ ਪੀੜ੍ਹੀ ਹੈ ਜਿਹੜੀ ਉਹਨਾਂ ਦੀ ਸੋਚ ਨੂੰ ਹਾਲੇ ਅੱਗੇ ਲੈ ਕੇ ਜਾ ਪਾ ਰਹੀ ਹੈ ਸਾਡੇ ਥਰੂ ਵੀ ਅਸੀਂ ਸਾਰੇ ਜਾਣ ਪਾ ਰਹੇ ਹਾਂ ਜਾਂ ਥੋੜ੍ਹਾ ਜਿਹਾ ਉਹਨਾਂ ਨੂੰ ਸਮਝਦੇ ਹਾਂ ਉਹਨਾਂ ਦੇ ਬੱਚੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਸਰਵਿਸ ਜਾਂ ਹੁਣ ਦੀ ਸੋਚ ਜਿਹੜੀ ਹੈਗੀ ਸਾਡੇ ਆਫਿਸਰ ਦੀ ਵੀ ਜਾਂ ਸਾਡੀ ਵੀ ਜਾਂ ਸਾਡੇ ਬੱਚਿਆਂ ਦੇ ਵਿੱਚ ਮੈਨੂੰ ਲੱਗਦਾ ਕਿ ਇਹਨੂੰ ਦੁਬਾਰਾ ਹੀ ਜਾਗਰਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਬਾਬਾ ਸਾਹਿਬ ਨੇ ਮੂਵਮੈਂਟ ਸ਼ੁਰੂ ਕੀਤੀ ਸੀ ਉਦੋਂ ਸੀਗੀ ਸਾਰੀ ਸੁਸਾਇਟੀ ਅੱਗੇ ਵਧੇਗਾ ਹੁਣ ਹੌਲੀ ਹੌਲੀ ਕਰਕੇ ਸਾਨੂੰ ਉਸ ਸਮੇਂ ਦੇ ਵਿੱਚ ਆ ਗਏ ਕਿ ਮੈਂ ਅੱਗੇ ਵਧਾਂ ਮੇਰਾ ਪਰਿਵਾਰ ਅੱਗੇ ਵਧੇ ਅਤੇ ਹੁਣ ਹੌਲੀ ਹੌਲੀ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਇੱਦਾਂ ਲੱਗਦਾ ਕਿ ਜਿਹੜੇ ਸਾਡੇ ਬੱਚੇ ਨੇ ਜਾਂ ਸਾਡਾ ਸਮਾਜ ਹੈਗਾ ਉਹਦੇ ਵਿੱਚ ਇਹ ਕੁਝ ਭਾਵਨਾ ਆਉਣ ਵਾਲੀ ਹੈ ਕਿ ਮੈਂ ਅੱਗੇ ਵਧਾਂ ਉਹਦੇ ਵਾਸਤੇ ਅਸੀਂ ਦਰਬਾਰ ਨੂੰ ਵੀ ਪਿੱਛੇ ਪਿੱਛੇ ਵਾਲੇ ਪਾਸੇ ਵੀ ਜਾ ਰਹੇ ਹਾਂ ਇਹ ਸਭ ਅਸੀਂ ਮਿਲ ਜੁਲ ਕੇ ਕੰਮ ਕਰੀਏ ਤੁਸੀਂ ਅਸੀਂ ਸਾਰੇ ਦੁਬਾਰਾ ਵੀ ਸੀਰੀਅਸਲੀ ਸਮਝੀਏ ਤਾਂ ਕੁਛ ਸੁਧਾਰ ਹੋਵੇਗਾ ਨਹੀਂ ਤਾਂ ਨਹੀਂ ਸਾਨੂੰ ਆਪਣੀ ਹਿਸਟਰੀ ਯਾਦ ਰੱਖਣੀ ਚਾਹੀਦੀ ਹੈ ਬਟ ਆਪਣੇ ਪ੍ਰੈਜੈਂਟ ਨੂੰ ਵੀ ਸਮਝ ਦੀ ਲੋੜ ਹੈ ਜਿਹੜੀ ਬੂਟਾ ਮੰਡੀ ਹੈ ਉਹ ਸਾਡੀ ਸਭ ਦੀ ਤਰੱਕੀ ਦੀ ਜੜ੍ਹ ਹੈ ਮੈਂ ਜਿਵੇਂ ਪਹਿਲੇ ਦੱਸਿਆ ਕਿ ਬੂਟਾ ਮੰਡੀ ਵਿੱਚ ਆਸ਼ੀ ਨੂੰ ਮੈਨੂੰ ਪਤਾ ਲੱਗਿਆ ਕਿ ਅਸੀਂ ਇੱਕ ਅੱਛੀ ਸਾਡੀ ਆਸ ਜੋ ਵੀ ਹੋਵੇ ਸਾਨੂੰ ਉੱਥੇ ਮਾਣ ਹੋਣਾ ਚਾਹੀਦਾ ਹੈ ਸਾਡੇ ਫੋਰ ਫਾਦਰ ਦੇ ਵਿੱਚ ਅਸੀਂ ਸਭ ਨੂੰ ਜਾਣਦੇ ਹਾਂ ਅਤੇ ਮੋਹਨ ਰਾਮ ਜੀ ਅਸੀਂ ਜਿੱਦਾਂ ਜਾਂਦੇ ਹਾਂ ਸ਼੍ਰੀ ਰਾਮ ਜੀ ਸੀ ਸਾਡੇ ਸਾਡੇ ਸੇਵ ਕ੍ਰਿਸ਼ਨ ਦਾਸ ਜੀ ਉਹਨਾਂ ਨੇ ਸਾਰਿਆਂ ਨੇ ਬਹੁਤ ਯੋਗਦਾਨ ਪਾਇਆ ਸਾਡੀ ਸੁਸਾਇਟੀ ਵਾਸਤੇ ਉਹ ਹੌਲੀ ਹੌਲੀ ਕਰਦੇ ਕਰਦੇ ਮੈਨੂੰ ਮੇਰੇ ਪਰਿਵਾਰ ਤੱਕ ਮੇਰੇ ਪਰਿਵਾਰ ਤੋਂ ਬਾਅਦ ਹੁਣ ਮੇਰੇ ਤੱਕ ਪਹੁੰਚਿਆ ਇਹਨੂੰ ਸਮਝਣ ਦੀ ਮੈਂ ਤੁਹਾਨੂੰ ਰਿਕੁਐਸਟ ਕਰੂੰਗੀ ਕਿ ਇਸ ਮੁੱਦੇ ਦੇ ਉੱਤੇ ਤੁਸੀਂ ਪੁੱਛੀਏ ਰਮੇਸ਼ ਚੰਦਰ ਜੀ ਦੇ ਨਾਲ ਮੈਨੂੰ ਇਸ ਇਮੋਸ਼ਨਲ ਅਟੈਚਮੈਂਟ ਦੀ ਬਣੀ ਹੈ ਮੈਂ ਇਹਨਾਂ ਦੇ ਬਲੌਗ ਪੜ੍ਹਦੀ ਹਾਂ ਉੱਥੋਂ ਮੈਨੂੰ ਬੜੀ ਨੌਲੇਜ ਮਿਲਦੀ ਹੈ ਸਾਡੇ ਬਹੁਤ ਰਿਸਪੈਕਟਿਡ ਨੇ ਜਿਹੜੇ ਆਈ ਐਸ ਐਸ ਆਫਿਸਰ ਹੁੰਦੇ ਜਦੋਂ ਦੂਸਰੇ ਦੇਸ਼ਾਂ 'ਚ ਜਾਂਦੇ ਨੇ ਬਹੁਤ ਹੀ ਬੱਚਿਆਂ ਨੂੰ ਸਮਝਾਉਣ ਦੇ ਸਮਰਥਾ ਰੱਖਦੇ ਬਹੁਤ ਸੋਚ ਸਮਝ ਕੇ ਬੋਲਦੇ ਨੇ ਉੱਥੇ ਇਹਨਾਂ ਨੂੰ ਪਤਾ ਹੁੰਦਾ ਕਿ ਇਸ ਬੰਦੇ ਨੂੰ ਕਿਸ ਬੰਦੇ ਕਿਸ ਟਾਈਮ ਦੇ ਉੱਤੇ ਕੀ ਬੋਲਣਾ ਹੈ ਸੋ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਕਦੇ ਫ੍ਰੀ ਟਾਈਮ ਹੋਵੇ ਤਾਂ ਅਸੀਂ ਸਾਡੇ ਕੋਲ ਬੈਠੀਏ ਔਰ ਤੁਹਾਡੇ ਤੋਂ ਅਸੀਂ ਇਨਫੋਰਮੇਸ਼ਨ ਲਈਏ ਤੁਹਾਡੇ ਤੋਂ ਸਿੱਖੀਏ ਬਾਕੀ ਵੀ ਜਿਹੜੇ ਮੇਰੇ ਸਾਥੀ ਹੋਰ ਬੈਠੇ ਨੇ ਸਾਡੇ ਬਹੁਤ ਪ੍ਰਾਰਥਨਾ ਜੀ ਮੈਂ ਅੱਜ ਹੀ ਮਿਲੀ ਹੈ ਇਹ ਬਹੁਤ ਚੰਗੀ ਗੱਲ ਹੈ ਕਿ ਅਸੀਂ ਹੁਣ ਇੱਕ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੇ ਮੰਚ ਬਣਾਇਆ ਹੋਇਆ ਕਿ ਜਦੋਂ ਅਸੀਂ ਦੂਜੇ ਦੇ ਟੱਚ ਵਿੱਚ ਰਹੀਏ ਨਹੀਂ ਤਾਂ ਅੱਜ ਕੱਲ੍ਹ ਜ਼ਮਾਨੇ ਦੇ ਵਿੱਚ ਇਹ ਵੀ ਹੁਣ ਔਖਾ ਹੋ ਗਿਆ ਕਿ ਇੱਕ ਦੂਜੇ ਨੂੰ ਮਿਲਣਾ ਵੀ ਇੱਕ ਦੂਜੇ ਦੇ ਨਾਲ ਮਿਲਣਾ ਵਰਤਣਾ ਵੀ ਘੱਟਦਾ ਜਾ ਰਿਹਾ ਬੂਟਾ ਮੰਡੀ ਦੇ ਵਿੱਚ ਸਾਡੇ ਹੁਣ ਬਹੁਤ ਸਾਰੇ ਆਫਿਸਰ ਬਣੇ ਹੈਗੇ ਹੈ ਪੀਪੀਓ ਵੀ ਬਣੇ ਹੈ ਜੱਜ ਵੀ ਬਣੇ ਨੇ ਇੱਕ ਭਾਗਾਂ ਵਾਲੀ ਧਰਤੀ ਹੈ ਮੈਨੂੰ ਫੀਲ ਹੁੰਦਾ ਹੈ ਕਿ ਬੂਟਾ ਮੰਡੀ ਵਾਸਤੇ ਇੱਕ ਭਾਗਾਂ ਵਾਲੀ ਧਰਤੀ ਹੈ ਜਦੋਂ ਮੈਂ ਡਿਪਟੀ ਕਮਿਸ਼ਨਰ ਫਾਦਰ ਤੱਕ ਸੀ ਅਤੇ ਮੈਨੂੰ ਬੜੀ ਹੈਰਾਨੀ ਹੋਈ ਉੱਥੇ ਦੇ ਮੇਰੇ ਕੁਛ ਸਟਾਫ ਨੇ ਆ ਕੇ ਮੈਨੂੰ ਇੱਥੇ ਦੇ ਕੁਛ ਜਿਹੜੇ ਸਾਡੇ ਫੋਰ ਫਾਦਰ ਸੀ ਉਹਨਾਂ ਦਾ ਨਾਮ ਲੈ ਕੇ ਗੱਲ ਕੀਤੀ ਕਿ ਤੁਹਾਡੇ ਉਹ ਉੱਥੇ ਸੇਵ ਸੀਗੇ ਉਹਨਾਂ ਸਭ ਦਾ ਨਾਮ ਪੁੱਛੀ ਜਿਹੜੇ ਪਾਸ਼ੇ ਸੀ ਉਹਨਾਂ ਨੇ ਕਿਹਾ ਕਿ ਸਾਡੇ ਸੇਵ ਕ੍ਰਿਸ਼ਨ ਦਾਸ ਜੀ ਸੀ ਸੇਵ ਤੁਸੀਂ ਰਾਮ ਜੀ ਦਾ ਵੀ ਉਹਨਾਂ ਨੇ ਨਾਮ ਲਿਆ ਐਂਡ ਬੂਟਾ ਮੰਡੀ ਦਾ ਨਾਮ ਲਿਆ ਜਦੋਂ ਇੱਥੇ ਪਿੱਛੇ ਕੁਛ ਮਸਲਾ ਹੋਏ ਸੀਗੇ ਗੰਦਾ ਜਾਣ ਹੋਇਆ ਜਾਂ ਕੁਛ ਵੀ ਤੁਸੀਂ ਕਦੇ ਬੰਦੇ ਨੂੰ ਕਿ ਇੱਥੋਂ ਹੀ ਸਾਰਾ ਸਾਂਭਿਆ ਜਾਂਦਾ ਹੈ ਖਰਾਬ ਵੀ ਇੱਥੋਂ ਹੁੰਦਾ ਅਤੇ ਮੈਂ ਚਾਹੂੰਗੀ ਕਿ ਬੂਟਾ ਮੰਡੀ ਦੇ ਨਾਮ ਜਿਹੜਾ ਹੈਗਾ ਆ ਸੰਭਾਲਣ ਵਾਲੇ ਦੇ ਵਿੱਚ ਵੀ ਉਹਨਾਂ ਹੀ ਪੁੱਛਦੇ ਹੋਵੇ ਤੁਸੀਂ ਸਾਰੇ ਮੈਨੂੰ ਬਹੁਤ ਵੱਡੇ ਵਧੇਰੇ ਹੋ ਸਾਰੇ ਹੀ ਰਿਸਪੈਕਟਿਡ ਹੋ ਆਪਣੀ ਆਪਣੀ ਜਗ੍ਹਾ ਦੇ ਉੱਤੇ ਬਹੁਤ ਤਰੱਕੀ ਕੀਤੀ ਹੈ ਬੂਟਾ ਮੰਡੀ ਨੇ ਬੂਟਾ ਮੰਡੀ ਸਾਡੇ ਪੰਜਾਬ ਦੇ ਵਿੱਚ ਸਾਡੇ ਸੁਸਾਇਟੀ ਦੇ ਵਿੱਚ ਸ਼ਾਨ ਦੇ ਨਾਲ ਨਾਮ ਲਿਆ ਜਾਂਦਾ ਬਾਕੀ ਇਹੀ ਇੱਥੇ ਦੇ ਸਿਵੇ ਹੋਏ ਨੇ ਬਾਕੀ ਸਾਡੇ ਪੰਜਾਬ ਦੇ ਵਿੱਚ ਤਾਂ
ਹਾਲੇ ਵੀ ਉਸ ਲੈਵਲ 'ਤੇ ਨਹੀਂ ਪਹੁੰਚ ਸਕੇ, ਕੁਛ ਕੁਛ ਇੱਕ ਇੱਕ ਬੰਦਾ ਪਹੁੰਚਣਾ, ਲੇਕਿਨ ਬੂਟਾ ਮੰਡੀਆ ਜੁਆਇੰਟਲੀ ਮਸ਼ਹੂਰ ਹੈਗੀ ਹੈ ਕਿ ਇੱਥੇ ਸਾਡੇ ਤਕੜੇ ਬੰਦੇ ਰਹਿੰਦੇ ਕਹਿ ਲਓ ਜਾਂ ਬਹੁਤ ਜੀਨੀਅਸ ਬੰਦੇ ਰਹਿੰਦੇ ਹੈ, ਸਟਰੈਂਥ ਹੈ ਸਾਡੀ, ਰਹਿੰਦੀ ਹੋਊਗੀ ਕਿ ਉਹ ਸਟਰੈਂਥ ਹੋ ਕਿਤੇ ਘੱਟਦੀ ਜਾਂਦੀ ਹੈ ਕਿਉਂਕਿ ਅਸੀਂ ਮੈਂ ਵਾਲੇ ਪਾਸੇ ਹਾਂ, ਬਾਕੀ ਸਾਰੀਆਂ ਚੀਜ਼ਾਂ ਸੜਕੇ ਪੋਲੀਟੀਕਲ ਸੜਕੇ ਜਾਂ ਬਾਕੀ ਚੀਜ਼ਾਂ ਨੂੰ ਅਸੀਂ ਬੂਟਾ ਮੰਡੀ ਦਾ ਨਾਮ ਉਸ ਤਰ੍ਹਾਂ ਕਿ ਦੁਬਾਰਾ ਜੀ ਮਸ਼ਹੂਰ ਕਰੀਏ ਕਿ ਬੂਟਾ ਮੰਡੀ ਦੇ ਵਿੱਚ ਸਾਰੇ ਇਕੱਠੇ ਨੇ, ਬੂਟਾ ਮੰਡੀ ਹੈ ਸਾਡਾ ਸੈਂਟਰ ਜਿਵੇਂ ਪਹਿਲਾਂ ਅਤੇ ਇੱਦਾਂ ਹੀ ਅੱਗੇ ਵੀ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਰਹੇਗਾ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਤੁਹਾਡੀ ਬੁੱਕਸ ਅੱਗੇ ਵੀ ਤੁਸੀਂ ਲਿਖੀਆਂ ਹੈ ਤੁਹਾਡੀ ਇੱਕ ਬੁੱਕ ਹੈਗੀ ਤੁਸੀਂ ਉਹ ਪਹਿਲਾਂ ਮਿਲਦੀਆਂ ਅਤੇ ਅੱਗੇ ਵੀ ਇਸ ਤਰ੍ਹਾਂ ਲਿਖਦੇ ਰਹੋਗੇ ਜੇ ਸਾਨੂੰ ਇਸ ਤਰ੍ਹਾਂ ਹੀ ਸਾਡੇ ਇਤਿਹਾਸ ਬਾਰੇ ਜਾਣਕਾਰੀ ਦਿਓਗੇ ਅਸੀਂ ਉਹਦੇ ਤੋਂ ਫਾਇਦਾ ਉਠਾਵਾਂਗੇ। ਮੈਂ ਵੈਸੇ ਅੱਜ ਕੱਲ੍ਹ ਸਟੋਰੀਆਂ ਸੁਣਾਉਣ ਦਾ ਥੋੜ੍ਹਾ ਚੇਂਜ ਹੋ ਗਿਆ ਸਿਸਟਮ, ਇੰਟਰਪ੍ਰੀਟੇਸ਼ਨ ਪਹਿਲਾਂ ਲੰਬੀ ਸਟੋਰੀ ਸੁਣਾਉਣੀ ਸੀ, ਮੈਂ ਸਿਰਫ ਮੈਨੂੰ ਇੱਕ ਇਗਜ਼ਾਮਪਲ ਦੇ ਸਕਦੀ ਹੈ ਕਿ ਜਦੋਂ ਕੋਈ ਪੇੜ ਵੱਡਾ ਹੁੰਦਾ ਪਹਿਲਾਂ ਜੜ੍ਹ ਲੱਗਦੀ ਹੈ ਉਹਦੀ, ਕੋਈ ਵੀ ਫਰੂਟ ਲੈ ਲਓ, ਅੰਬ ਦਾ ਪੌਦਾ ਹੋਵੇ, ਲੀਚੀ ਦਾ ਪੌਦਾ ਹੋਵੇ, ਕੋਈ ਵੀ ਏ ਬੀ ਸੀ ਡੀ ਸੰਤਰਿਆਂ ਦਾ ਪੌਦਾ ਹੋਵੇ, ਜਦੋਂ ਵੱਡਾ ਹੋ ਜਾਂਦਾ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ, ਅੰਬ ਦੇ ਦੁਆਲੇ ਲੋਕ ਤੋੜਦੇ ਨੇ, ਅੰਬ ਦਾ ਪੱਲਾ ਕਰਦੇ ਆ, ਠੀਕ ਹੈ, ਉਹਦੀਆਂ ਜਿਹੜਾ ਨੀਚੇ ਥੱਲੇ ਧਰਤੀ ਦੇ ਵਿੱਚ ਹੁੰਦੀਆਂ, ਪਰ ਜੇ ਕਿਤੇ ਹਨੇਰੀ ਆ ਗਈ ਅਤੇ ਜੇ ਜੜ੍ਹ ਉੱਖੜ ਜਾਵੇ ਅਤੇ ਪੌਦਾ ਵੀ ਡਿੱਗ ਜਾਂਦਾ ਅਤੇ ਫਿਰ ਉਹ ਨਾ ਅੰਬ ਖਾਣ ਵਾਲੇ ਨੇੜੇ ਆਉਂਦੇ ਨੇ ਅਤੇ ਨਾ। ਸੋ ਸਾਡੀਆਂ ਜੜ੍ਹਾਂ ਸਾਡੇ ਜਿੱਥੇ ਪੈਦਾ ਹੋਏ ਹੈ ਉੱਥੇ ਹੁੰਦੀਆਂ ਨੇ, ਜਾਂ ਜਿਸ ਜਗ੍ਹਾ ਉੱਥੇ ਰਹਿ ਕੇ ਸਾਨੂੰ ਫੈਸਿਲਿਟੀ ਮਿਲੀ ਹੈ, ਜਾਂ ਜੜ੍ਹਾਂ ਸਾਡੀਆਂ ਸਾਡੇ ਉੱਥੇ ਨਹੀਂ ਸੀ ਜਿਨ੍ਹਾਂ ਨੇ ਸਾਨੂੰ ਇੱਕ ਜਗ੍ਹਾ ਤੱਕ ਲੈ ਕੇ ਆਉਂਦਾ। ਮੈਂ ਹੈਰਾਨ ਹੁੰਦੀ ਹੈ ਕਿ ਡਾਕਟਰ ਸਾਹਿਬ ਬਾਬਾ ਸਾਹਿਬ ਅੰਬੇਦਕਰ ਸਾਹਿਬ ਜਦੋਂ ਸਾਡੇ ਲਈ ਲੜਦੇ ਸੀ ਤਾਂ ਉਹਨਾਂ ਨੇ ਕਿਵੇਂ ਲੜਾਈ ਕੀਤੀ ਹੋਵੇ, ਉਹਨਾਂ ਨੇ ਸਾਨੂੰ ਲੜਾਈ ਹੈ ਕਿ ਇੱਕ ਜਗ੍ਹਾ ਤਾਂ ਦੇ ਦਿੱਤੀ, ਬਹੁਤ ਹੋਰ ਸਾਰੇ ਉਹਨਾਂ ਦੇ ਸਾਥੀ ਸੀ ਜਿਨ੍ਹਾਂ ਨੇ ਉਸ ਮੂਵਮੈਂਟ ਵਿੱਚ ਯੋਗਦਾਨ ਦਿੱਤਾ ਸੀ ਇੱਥੇ ਤੱਕ ਪਹੁੰਚਿਆ, ਪਰ ਹੁਣ ਜਦੋਂ ਅਸੀਂ ਉਸ ਜਗ੍ਹਾ ਕਿਤੇ ਪਹੁੰਚ ਵੀ ਗਏ ਹੈ ਤਾਂ ਉਸ ਦਿੱਤੀ ਹੋਈ ਜਗ੍ਹਾ ਨੂੰ ਬੁਲਾਉਣ ਵਾਸਤੇ ਵੀ ਸਾਨੂੰ ਬਹੁਤ ਸਾਲੇ ਤੱਕ ਸੰਘਰਸ਼ ਕਰਨਾ ਪੈਂਦਾ, ਸਾਲੇ ਵੀ ਸਾਡੀ ਜਿਹੜੀ ਰਾਹ ਹੈਗੀ ਹੈ ਜਿਹੜੀ ਸਾਡੀ ਯਾਤਰਾ ਸੀ ਖਤਮ ਨਹੀਂ ਹੋਈ, ਉਸ ਜਿਹੜੀ ਸਾਨੂੰ ਉਹਨਾਂ ਨੇ ਬਹੁਤ ਯੋਗਦਾਨ ਪਾਇਆ ਆਪਣੀ ਮੂਵਮੈਂਟ ਦੇ ਵਿੱਚ ਸਾਨੂੰ ਇੱਥੇ ਤੱਕ ਪਹੁੰਚਾਇਆ, ਪਰ ਜਿਹਦੇ ਵਿੱਚ ਸਾਨੂੰ ਉਹਨਾਂ ਨੇ ਵਿਚਾਰ ਰੱਖਣਾ ਹੈ ਉਸ ਚੀਜ਼ ਨੂੰ ਬਚਾਉਣ ਵਾਸਤੇ, ਉਸ ਚੀਜ਼ ਨੂੰ ਸਟੇਬਲ ਰੱਖਣ ਵਾਸਤੇ ਸਾਨੂੰ ਵੇਟ ਕਰਨੀ ਚਾਹੀਦੀ। ਸੋ ਥੈਂਕ ਯੂ ਵੈਰੀ ਮਚ ਕਿ ਤੁਸੀਂ ਮੈਨੂੰ ਅੱਜ ਮੌਕਾ ਦਿੱਤਾ, ਮੈਂ ਸਮਝਦੀ ਹਾਂ ਕਿ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਤੁਹਾਡੀ ਬੁੱਕ ਰਿਲੀਜ਼ ਕਰਨਾ, ਮੈਂ ਬਹੁਤ ਸੋਚਦੀ ਹਾਂ ਤੁਹਾਡੇ ਨੂੰ ਤੁਹਾਡੇ ਐਕਸਪੀਰੀਅੰਸ ਦੇ ਕੇ, ਸੋ ਥੈਂਕ ਯੂ ਵੈਰੀ ਮਚ ਤੁਸੀਂ ਮੈਨੂੰ ਇਹ ਮੌਕਾ ਦਿੱਤਾ, ਮੈਨੂੰ ਇੱਕ ਯੋਗ ਸਮਝਿਆ ਕਿ ਮੈਂ ਜਿੱਦਾਂ ਮੈਂ ਇੰਨਾ ਮਹਾਨ ਇਤਿਹਾਸ ਜਿਹੜਾ ਹੈਗਾ ਉਹਦੇ ਬਾਰੇ ਚਾਹੇ ਕਿ ਮੈਂ ਬੁੱਕਾ ਮੰਡੀ ਦੀ ਹੈ ਜਿਹੜੀ ਆਊਟਸਾਈਡਰ ਨਹੀਂ ਹੈਗੀ ਹੁਣ ਤਾਂ ਤੁਹਾਡੀ ਹੀ ਥੈਂਕ ਯੂ ਮੈਡਮ ਸੁਨੀਤਾ ਸੇਠ ਜੀ, ਤੁਹਾਡੇ ਨੇ ਇਹਨਾਂ ਚੰਗੇ ਸ਼ਬਦਾਂ ਦੇ ਲਈ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਮੈਡਮ ਜੀ ਦੱਸ ਰਹੇ ਸੀ ਕਿ ਬੂਟਾ ਮੰਡੀ ਦੇ ਵਿੱਚ ਬੂਟਾ ਮੰਡੀ ਦਾ ਜਸਪਲ ਹੋਣਾ, ਬੂਟਾ ਮੰਡੀ ਦੇ ਵਿੱਚ ਅੱਗੇ ਵਧਣਾ ਹਰੇਕ ਨੂੰ ਬੜੇ ਮਾਣ ਦੇ ਨਾਲ ਮਹਿਸੂਸ ਹੁੰਦਾ ਹੈ, ਪਰ ਵਾਕਈ ਇਹ ਗੱਲ ਠੀਕ ਹੈ ਕਿ ਬੂਟਾ ਮੰਡੀ ਦਾ ਹਰ ਇੱਕ ਇਨਸਾਨ ਜਿਹੜਾ ਹੈ ਉਹ ਮਾਣ ਮਹਿਸੂਸ ਕਰਦਾ ਹੈ ਬੂਟਾ ਮੰਡੀ ਦੇ ਵਿੱਚ, ਔਰ ਇਹ ਕਾਰਵਾ ਜਿਹੜਾ ਹੈ ਉਹ ਅੱਗੇ ਵੀ ਕਰ ਰਿਹਾ ਹੈ। ਸਾਡੇ ਵਿੱਚ ਸ਼੍ਰੀ ਵਿਨੋਦ ਕੌਲ ਜੀ ਵੀ ਮੌਜੂਦ ਨੇ, ਉਹਨਾਂ ਦਾ ਬੇਟਾ ਮੋਹਿਤ ਕੌਲ ਵੀ TCS ਜੁਡੀਸ਼ਰੀ ਉਸਦੇ ਵਿੱਚ ਬਤੌਰ ਜੱਜ ਉਹ ਵੀ ਅਪੁਆਇੰਟ ਹੋਇਆ ਹੈ, ਅਤੇ ਇਹ ਜਿਹੜਾ ਕਾਰਵਾ ਇਸੇ ਤਰ੍ਹਾਂ ਅੱਗੇ ਵੱਧ ਰਿਹਾ ਹੈ, ਔਰ ਇਸੇ ਤਰ੍ਹਾਂ
ਬਿਜ਼ਨਸ ਦੇ ਫੀਲਡ ਦੇ ਵਿੱਚ ਵੀ ਅਸੀਂ ਅਗਰ ਦੇਖ ਰਹੇ ਹਾਂ ਕਿ ਗੁਰਦਾਸ ਟੌਂਕ ਦੇ ਨਜ਼ਦੀਕ ਜੰਮੀ ਜੋ ਇੱਕ ਰੈਸਟੋਰੈਂਟ ਚੱਲ ਰਿਹਾ ਹੈ, ਉਹ ਤੋਂ ਬਿਜ਼ਨਸ ਦੇ ਤੌਰ 'ਤੇ, ਸਰਕਾਰੀ ਨੌਕਰੀਆਂ ਦੇ ਤੌਰ 'ਤੇ ਔਰ ਹਰੇਕ ਫੀਲਡ ਦੇ ਵਿੱਚ ਜਿਹੜਾ ਹੈ, ਅਗਰ ਅਸੀਂ ਤਾਲਮੇਲ ਬਣਾ ਕੇ ਰੱਖਣਾ ਹੈ ਤਾਂ ਸਾਰੀ ਫੀਲਡ ਦੇ ਵਿੱਚ ਸਾਨੂੰ ਅੱਗੇ ਵਧਣਾ ਪਏਗਾ। ਔਰ ਜਿਸ ਤਰ੍ਹਾਂ ਮੈਡਮ ਜੀ ਅਖੀਰ ਵਿੱਚ ਦੱਸ ਰਹੇ ਸੀ ਕਿ ਜਿਹੜਾ ਕਾਰੋਬਾਰ ਜਿੱਥੋਂ ਛੱਡਿਆ ਹੁੰਦਾ ਹੈ ਉਸਨੂੰ ਉਸੇ ਹੀ ਲਹਿਰ ਦੇ ਵਿੱਚ ਅੱਗੇ ਵਧਾਉਣ ਦੀ ਜਿਹੜੀ ਹੈ ਉਹ ਜ਼ਰੂਰਤ ਹੁੰਦੀ ਹੈ। ਅਤੇ ਹੁਣ ਨਾਲ ਦੀ ਨਾਲ ਮੈਂ ਬੇਨਤੀ ਕਰਾਂ ਮੈਡਮ ਅਨੁਭਵ ਕਲੇਰ ਜੀ, ਕਮਿਸ਼ਨਰ ਆਫ ਮਿਊਂਸੀਪਲ ਕਾਰਪੋਰੇਸ਼ਨ ਕਪੂਰਥਲਾ ਐਂਡ ਫਗਵਾੜਾ, ਕਿ ਉਹ ਕਿਰਪਿਆ ਮੰਚ 'ਤੇ ਆਉਣ ਅਤੇ ਅੱਜ ਦੇਖ ਪਾਉਣ ਸੰਬੋਧਨ। Respected Shri Ramesh Chaturji, IFS, Madam Mamata Kher, and all dignitaries present here, मैं अपना बड़ा मान महसूस करती हाँ कि मैं बूटा मंडी तो हाँ बूटा फाफी कह रहे हैं कि मैं शायद जरा तो नहीं हैगी, बट मैं इंश्योर करती सारे दसती हाँ कि बबीता फाफी भी बूटा मंडी से ही हाँ क्या कि साढ़े जरा बच्चे भी गया है। ਠੀਕ ਹੈ, ਤੁਸੀਂ ਬਹੁਤ ਲੰਬਾ ਟਾਈਮ ਬੂਟਾ ਮੰਡੀ ਔਰ ਬੂਟਾ ਮੰਡੀਅਨਸ ਦੇ ਨਾਲ ਰਹੇ ਹਾਂ। ਬੂਟਾ ਮੰਡੀ ਬਾਰੇ ਸ਼੍ਰੀ ਰਮੇਸ਼ ਚੰਦਰ ਜੀ ਬੁੱਕਸ ਲਿਖ ਰਹੇ ਹੈਗੇ ਆ, ਜਿਹੜਾ ਕਿ ਬਹੁਤ ਹੀ ਸਾਡੇ ਵਾਸਤੇ ਬੜਾ ਮੈਨੂੰ ਅੱਛਾ ਫੀਲ ਹੁੰਦਾ ਹੈ ਕਿ ਸਾਨੂੰ ਬਹੁਤ ਸਾਰੀ ਨੌਲੇਜ ਉਹਦੇ ਤੋਂ ਮਿਲਦੀ ਹੈ। ਪਿਛਲੀ ਬੁੱਕ ਵੀ ਮੈਂ ਪੜ੍ਹੀ ਸੀ, ਟਿਪਸ ਐਂਡ ਬਿਟਸ ਐਂਡ ਪੀਸਿਸ, ਵਿਚ ਵਾਜ਼ ਰਿਲੇਟਿਡ ਵਿਦ ਡਿਪਲੋਮੈਟਿਕ ਕਰੀਅਰ। And I was looking forward for this book jehdi inna ne hun likhi hai, main wait kar rahi si kadon eh book launch hove, kadon main padha ainu aur kadon meri knowledge hor zyada vadha hove. Though I belong to a missionary family of Bhutanandi, Seth Kishan Sanji mere dada ji gaye han, ਉਹਨਾਂ ਦੇ ਮਿਸ਼ਨਰੀ ਕਰਕੇ ਸਾਡਾ ਸਾਰਾ ਪਰਿਵਾਰ ਮਿਸ਼ਨਰੀ ਹੈ ਔਰ ਬੂਟਾ ਮੰਡੀ ਬਾਰੇ ਔਰ ਸਾਡਾ ਜਿਹੜਾ ਆਧਰਮ ਮੋਰਚਾ ਉਸ ਬਾਰੇ ਬਹੁਤ ਸਾਰੀ ਨੌਲੇਜ ਹੈਗੀ ਸਾਡੇ ਕੋਲ, ਬਟ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਇਹ ਘੱਟਦੀ ਜਾ ਰਹੀ ਹੈ। ਬਟ ਸਰ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਕਿ ਉਹ ਬੁੱਕਸ ਦੇ ਵਿੱਚ ਔਰ ਡਿਜੀਟਲ ਪਲੈਟਫਾਰਮ ਦੇ ਵਿੱਚ ਲਿਆ ਰਹੇ ਹੈ, ਜਿਹੜਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵੀ ਉਹਦੇ ਤੋਂ ਬਹੁਤ ਕੁਛ ਹਾਸਿਲ ਕਰ ਸਕਦੀ ਹੈ ਔਰ ਅਸੀਂ ਵੀ ਬਹੁਤ ਕੁਛ ਉਹਦੇ ਤੋਂ ਸਿੱਖ ਸਕਦੇ ਹਾਂ। ਬੂਟਾ ਮੰਡੀ ਜਿਹੜੀ ਹੈਗੀ ਸਾਡੀ ਕਮਿਊਨਿਟੀ ਦਾ ਸੈਂਟਰ ਹੈ ਐਂਡ ਥਰੂ ਆਊਟ ਦਾ ਵਰਲਡ ਜਦੋਂ ਵੀ ਕੋਈ ਕ੍ਰਾਈਸਿਸ ਆਉਂਦਾ ਹੈ ਸਾਡੀ ਕਮਿਊਨਿਟੀ ਦੇ ਆਲਵੇਜ਼ ਲੁੱਕ ਫੋਰਵਰਡ ਟੂ ਬੂਟਾ ਮੰਡੀ। ਇੱਥੋਂ ਦੀ ਲੀਡਰਸ਼ਿਪ ਵੀ ਇਸ ਕ੍ਰਾਈਸਿਸ ਨੂੰ, ਇਸ ਚੀਜ਼ ਨੂੰ ਕਿਵੇਂ ਟੈਕਲ ਕੀਤਾ ਜਾਂਦਾ ਹੈ ਐਂਡ ਵੀ ਫੀਲ ਰੀਲੀ ਪ੍ਰਾਊਡ ਆਫ ਬੂਟਾ ਮੰਡੀ ਔਰ ਬੂਟਾ ਮੰਡੀ ਦੇ ਜਿੰਨੇ ਡਿਗਨਿਟਰੀਜ਼ ਸਾਡੇ ਸਾਹਮਣੇ ਬੈਠੇ ਔਰ ਸਟੇਜ 'ਤੇ ਜਿਹੜੇ ਵਿਰਾਜਮਾਨ ਹਨ, ਮੈਂ ਬਹੁਤ ਖੁਸ਼ੀ ਦੇ ਨਾਲ ਅੱਜ ਇੱਥੇ ਫੰਕਸ਼ਨ ਦੇ ਵਿੱਚ ਆਈ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਮਿਲਾਂਗੀ ਔਰ ਮੈਂ ਉਮੀਦ ਕਰਦੀ ਹਾਂ ਕਿ ਆਪਾਂ ਸਾਰੇ ਅੱਗੇ ਵੱਧ ਕੇ ਆਪਣੀ ਕਮਿਊਨਿਟੀ ਦੀ, ਆਪਣੀ ਬੂਟਾ ਮੰਡੀ ਦੀ ਸ਼ਾਨ ਵਧਾਈਏ ਔਰ ਇੱਕ ਦੂਜੇ ਦੀ ਹੈਲਪ ਕਰੀਏ। ਕਿਸੇ ਨੂੰ ਵੀ ਕੋਈ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਹੈ, ਕੋਈ ਡਿਸਕਸ਼ਨ ਦਾ ਮੈਟਰ ਹੈ, ਕੋਈ ਲਾਅ ਬਾਰੇ ਪੁੱਛਣਾ ਹੈ, ਤਾਂ ਜੇ ਐਜ਼ ਐਡਮਿਨਿਸਟ੍ਰੇਟਰ ਆਈ ਐਮ ਪ੍ਰੈਜੈਂਟ, ਯੂ ਕੈਨ ਕਾਲ ਮੀ, ਤੁਸੀਂ ਮੈਨੂੰ ਕੋਂਟੈਕਟ ਕਦੇ ਵੀ ਕਰ ਸਕਦੇ ਹਾਂ, ਅਸੀਂ ਬੈਠ ਕੇ ਆਪਣੀ ਸਮੱਸਿਆਵਾਂ ਵੀ ਸੁਲਝਾ ਸਕਦੇ ਹਾਂ। ਇਹਨਾਂ ਸ਼ਬਦਾਂ ਦੇ ਨਾਲ ਮੈਂ ਅੱਜ ਥੈਂਕ ਯੂ ਕਰਦੀ ਹਾਂ ਕਿ ਇਟਸ ਬੀਇੰਗ ਐਨ ਆਨਰ ਫੋਰ ਮੀ ਟੂ ਬੀ ਪ੍ਰੈਜੈਂਟ ਹੇਅਰ ਔਨ ਦਿਸ ਆਸਪੀਸ਼ੀਅਸ ਓਕੇਜ਼ਨ ਜਦੋਂ ਕਿ ਬੁੱਕ ਲਾਂਚ ਹੋਈ ਹੈ ਉਹ ਵੀ ਸਾਡੀ ਬੂਟਾ ਮੰਡੀ ਬਾਰੇ। ਸੋ ਆਈ ਫੀਲ ਰੀਲੀ ਪ੍ਰਾਊਡ ਐਂਡ ਆਈ ਫੀਲ ਗ੍ਰੇਟ ਟੂਡੇ ਬੀਇੰਗ ਹੇਅਰ ਅਮੰਗ ਦਿਸ ਆਗਸਟ ਪ੍ਰੈਜੈਂਸ। ਥੈਂਕ ਯੂ ਵੈਰੀ ਮੱਚ ਸਰ ਐਂਡ ਆਈ ਰੀਲੀ ਐਪਰੀਸ਼ੀਏਟ ਹਿਜ਼ ਐਫਰਟਸ ਜਿਹੜੇ ਕਿ ਇਹ
ਪੂਰਾ ਦੇਸ਼ ਵਿਦੇਸ਼ ਘੁੰਮਣ ਤੋਂ ਬਾਅਦ ਬੂਟਾ ਮੰਡੀ ਆ ਕੇ ਸੈਟਲ ਹੋ ਗਿਆ ਔਰ ਬੂਟਾ ਮੰਡੀ ਨੂੰ ਪ੍ਰੋਮੀਨੈਂਸ ਦਿਵਾਉਣ ਵਾਸਤੇ ਇੱਥੋਂ ਦੇ ਬੂਟਾ ਮੰਡੀਆਂ ਬਾਰੇ ਦੱਸਣ ਵਾਸਤੇ ਜਿਹੜਾ ਐਫਰਟ ਕਰ ਰਹੇ ਹੈਗੇ ਆ ਰੀਲੀ ਐਪਰੀਸ਼ੀਏਟ ਥੈਂਕ ਯੂ ਵੈਰੀ ਮਚ ਐਂਡ ਕੰਗ੍ਰੈਚੁਲੇਸ਼ਨ ਸਰ ਜੈ ਹਿੰਦ ਬਹੁਤ ਬਹੁਤ ਸ਼ੁਕਰੀਆ ਮੈਡਮ ਜੀ ਤੁਹਾਡਾ ਲੋਕ ਪ੍ਰੋਗਰਾਮ ਦੇ ਵਿੱਚ ਆਉਣਾ ਸਾਡੇ ਲਈ ਬਹੁਤ ਸਨਮਾਨ ਦੀ ਗੱਲ ਹੈ ਅਤੇ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਸ਼ੁਕਰੀਆ ਅਤੇ ਨਾਲ ਹੀ ਮੈਂ ਬੇਨਤੀ ਕਰਾਂ ਸ਼੍ਰੀ ਅਵਤਾਰ ਨਾਥ ਜੀ ਰਿਟਾਇਰਡ ਜੀ ਜੀ ਕਿ ਉਹ ਵੀ ਮੰਚ 'ਤੇ ਆਉਣ ਅਤੇ ਅੱਜ ਦੇ ਬੁੱਕ ਲੌਂਚ ਪ੍ਰੋਗਰਾਮ ਦੇ ਲਈ ਆਪਣਾ ਸੰਬੋਧਨ ਕਰ ਇਸ ਮੁਬਾਰਕ ਮੌਕੇ 'ਤੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਇਸ ਸਮਾਗਮ ਦਾ ਹਿੱਸਾ ਬਣਿਆ ਰਮੇਸ਼ ਚੰਦਨ ਜੀ ਅੰਮ੍ਰਿਤਸਰ ਸਾਹਿਬ ਨੇ ਕਿਤਾਬ ਲਿਖੀ ਬੂਟਾਬੰਦੀ ਨਰਵ ਸੈਂਟਰ ਆਫ ਤਰਤ ਚੇਤਨਾ ਮਨ 'ਤੇ ਰਾਜਮਾਨ ਸਤਿਕਾਰ ਜੋ ਖੁਸ਼ੀ ਤਾਂ ਔਰ ਮੇਰੇ ਜਿਹੜੇ ਸਾਥੀ ਇੱਥੇ ਆਏ ਨੇ ਮੈਂ ਇਸ ਮੌਕੇ 'ਤੇ ਸੁਰੇਸ਼ ਚੰਦਰ ਜੀ ਨੂੰ ਅੰਮ੍ਰਿਤ ਸਾਹਿਬ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਸ ਕਿਤਾਬ ਲਿਖਣ ਦੇ ਮੌਕੇ 'ਤੇ ਇਹ ਉਹਨਾਂ ਦੀ ਤੀਸਰੀ ਕਿਤਾਬ ਹੈ ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਨੇ ਜੋ ਲਿਖਿਆ ਨਰਵ ਸੈਂਟਰ ਆਫ ਤਰਤ ਚੇਤਨਾ ਬਹੁਤ ਹੀ ਸੋਚ ਸਮਝ ਕੇ ਲਿਖਿਆ ਗਿਆ ਟਾਈਟਲ ਹੈ ਬੂਟਾਬੰਦੀ ਨਰਵ ਸੈਂਟਰ ਆਪਣੇ ਸਰੀਰ ਦੀਆਂ ਨਰਵ ਹੁੰਦੀਆਂ ਨੇ ਚਲਦੀਆਂ ਨੇ ਔਰ ਦਲਿਤ ਚੇਤਨਾ ਦੀ ਨਬਜ ਕਿਵੇਂ ਚੱਲਦੀ ਹੈ ਉਹਦਾ ਸੈਂਟਰ ਐਪਿਕ ਸੈਂਟਰ ਬੂਟਾਬੰਦੀ ਹੈ ਇਹਦੇ ਵਿੱਚ ਕੋਈ ਗਲਤ ਕਰਨੀ ਨਹੀਂ ਹੈ ਮੈਂ ਪੰਜਾਬ ਦੇ ਵਿੱਚ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਦਿੱਲੀ ਮੇਘਾਲਿਆ ਤੱਕ ਨੌਕਰੀ ਕੀਤੀ ਆਪਣੀ ਜ਼ਿੰਦਗੀ ਦੇ ਵਿੱਚ ਕਰਨ ਦਾ ਮੌਕਾ ਮਿਲਿਆ ਮੈਂ ਤੁਹਾਨੂੰ ਮਿਸਾਲ ਦੇਣੀ ਚਾਹੁੰਦਾ ਕਿ ਬੂਟਾਬੰਦੀ ਬਾਰੇ ਬੂਟਾਬੰਦੀ ਸਿਰਫ ਪੰਜਾਬ ਨੂੰ ਨਹੀਂ ਪਤਾ ਬੂਟਾਬੰਦੀ ਦਿੱਲੀ ਨੂੰ ਵੀ ਪਤਾ ਹੈ ਬੂਟਾਬੰਦੀ ਤਾਮਿਲਨਾਡੂ ਨੂੰ ਵੀ ਪਤਾ ਹੈ ਮੇਰੇ ਕੁਲੀਗ ਨੇ ਤਾਮਿਲਨਾਡੂ ਦੇ ਜਦੋਂ ਤੰਨਲ ਕਾਂਡ ਹੋਇਆ ਬੂਟਾਬੰਦੀ ਦੇ ਅਗਵਾਈ ਉਸ ਕਾਂਡ ਨੂੰ ਜਿਹੜੀ ਅਗਵਾਈ ਮਿਲੀ ਆ ਬੂਟਾਬੰਦੀ ਦੇ ਵੱਲੋਂ ਬੱਲਾ ਵਾਲੀ ਸੰਤਾਂ ਦਾ ਦਰਦਨਾਕ ਕਤਲ ਜੋ ਆਸਟ੍ਰੇਲੀਆ ਦੇ ਵਿੱਚ ਹੋਇਆ ਸੀਗਾ ਉਹ ਸਾਰੇ ਉਸ ਤੋਂ ਵਾਕਫ ਹੋ ਉਹਨੇ ਦੱਸਿਆ ਕਿ ਮੇਰੇ ਕੁਲੀਗ ਤਾਮਿਲਨਾਡੂ ਦੇ ਰੈਵੋਲੂਸ਼ਨ ਜੇ ਕਿਤੇ ਦੇਖਣੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਦੇਖੋ ਬੂਟਾਬੰਦੀ ਦੇ ਵਿੱਚ ਦੇਖੋ ਕਿ ਦਿੱਲੀ ਵਿੱਚ ਮੇਰੀ ਗੁਫ਼ਤਗੂ ਹੋ ਰਹੀ ਉਸ ਬੰਦੇ ਨਾਲ ਉਹ ਬੂਟਾਬੰਦੀ ਕਦੀ ਆਇਆ ਨਹੀਂ ਉਹ ਤੰਨਲ ਕਦੀ ਆਇਆ ਨਹੀਂ ਬੱਲਾ ਕਦੀ ਆਇਆ ਨਹੀਂ ਲੇਕਿਨ ਗੱਲ ਕਰ ਰਹੇ ਆ ਕਿ ਜੇ ਦੇਸ਼ ਦੇ ਵਿੱਚ ਮੂਵਮੈਂਟ ਇਹ ਕੋਈ ਚਲਾਉਣੀ ਹੈ ਤੇ ਚੱਲ ਰਹੀ ਆ ਉਹ ਬੂਟਾਬੰਦੀ ਦੀ ਖਾਤਰ ਚੱਲ ਰਹੀ ਹੈ ਜੋ ਚੇਤਨਾ ਇਸ ਧਰਤੀ ਦੇ ਨਸੀਬ ਹੋਈ ਆ ਜੋ ਇਸ ਧਰਤੀ ਦੇ ਬੂਟਾਬੰਦੀ ਧਰਤੀ
ਇੱਕ ਮਸ਼ੀਨ ਵਾਲੀ ਧਰਤੀ ਹੈ, ਇੱਕ ਰੈਵੋਲੂਸ਼ਨ ਵਾਲੀ ਧਰਤੀ ਹੈ, ਜੋ ਜਿਹਦੇ ਕਿ ਪੂਰੇ ਇੰਡੀਆ ਦੇ ਵਿੱਚ ਔਰ ਪੂਰੀ ਦੁਨੀਆਂ ਦੇ ਵਿੱਚ ਆਪਣਾ ਨਾਮ ਰੋਸ਼ਨ ਕੀਤਾ। ਸਾਨੂੰ ਮਾਣ ਹੈ ਕਿ ਅੱਜ ਅਸੀਂ ਉਸ ਧਰਤੀ ਦੇ ਬਾਰੇ, ਉਸ ਲੋਕਾਂ ਦੇ ਬਾਰੇ, ਉਸ ਚੇਤਨਾ ਦੇ ਬਾਰੇ ਜੋ ਕਿਤਾਬ ਦੇ ਰੂਪ ਦੇ ਵਿੱਚ ਅੰਬੇਦਕਰ ਸਾਹਿਬ ਨੇ ਸਾਨੂੰ ਕਿਤਾਬ ਦਿੱਤੀ ਹੈ, ਇੱਕ ਬਹੁਤ ਹੀ ਸਾਨੂੰ ਮਾਣ ਵਾਲੀ ਗੱਲ ਹੈ। ਦੂਸਰੀ ਗੱਲ ਮੈਂ ਇਹ ਕਹਿ ਚਾਹੁੰਦਾ ਕਿ ਜਿੰਨੀਆਂ ਵੀ ਕੌਮਾਂ ਨੇ ਇਤਿਹਾਸ ਬਣਨਾ ਤੇ ਬਣਾਉਣਾ, ਇਤਿਹਾਸ ਤੋਂ ਸਿੱਖਣਾ ਵੀ ਬਹੁਤ ਜ਼ਰੂਰੀ ਹੈ ਤੇ ਇਤਿਹਾਸ ਬਣਾਉਣਾ ਵੀ ਬਹੁਤ ਜ਼ਰੂਰੀ ਹੈ। ਇਹ ਕਿਤਾਬ ਲਿਖ ਕੇ ਰਵਿੰਦਰ ਚੰਦਰ ਜੀ ਨੇ ਆਪਣਾ ਇੱਕ ਇਤਿਹਾਸਕ ਕਦਮ ਉਹਨਾਂ ਨੇ ਚੁੱਕਿਆ ਹੈ ਕਿ ਅਸੀਂ ਅਗਰ ਕਿਸੇ ਵੀ ਦੇਸ਼ ਦੇ ਬਾਰੇ, ਕਿਸੇ ਵੀ ਲੋਕਾਂ ਦੇ ਬਾਰੇ, ਕਿਸੇ ਵੀ ਕੌਮ ਦੇ ਬਾਰੇ, ਕਿਸੇ ਵੀ ਜਗ੍ਹਾ ਦੇ ਬਾਰੇ ਅਗਰ ਅਸੀਂ ਜਾਣਨਾ ਚਾਹੁੰਦੇ ਹਾਂ ਤੇ ਉਹ ਸਾਡੇ ਕੋਲ ਜਿਹੜਾ ਸਰੋਤ ਹੁੰਦਾ ਹੈ, ਜਿਹੜਾ ਸੋਮਾ ਹੁੰਦਾ ਹੈ, ਸੋਧ ਹੁੰਦਾ ਹੈ, ਉਹ ਇਤਿਹਾਸਕ ਲਿਖਤਾਂ ਹੁੰਦੀਆਂ ਨੇ, ਉਹ ਇਤਿਹਾਸਕ ਕਿਤਾਬਾਂ ਹੁੰਦੀਆਂ ਨੇ, ਕਿਤਾਬਾਂ ਅਸੀਂ ਪੜ੍ਹਦੇ ਹਾਂ, ਚਾਹੇ ਉਹ ਹਿਸਟਰੀ ਦੀਆਂ ਹੋਣ, ਚਾਹੇ ਕਿਸੇ ਹੋਰ ਵਿਸ਼ੇ ਬਾਰੇ ਹੋਣ। ਤੇ ਜਿਹਨੂੰ ਕਹਿੰਦੇ ਕਿ ਜਿਹੜਾ ਇਤਿਹਾਸਕਾਰ ਹੈ ਜਾਂ ਸਾਹਿਤਕਾਰ ਹੈ, ਤੇ ਲੇਖਣੀ ਹਰ ਬੰਦੇ ਦੇ, ਹਰ ਬੰਦੇ ਦੇ ਹਿੱਸੇ, ਹਰ ਮਨੁੱਖ ਦੇ ਮਨ ਦੇ ਹਿੱਸੇ ਵਿੱਚ ਨਹੀਂ ਆਈ। ਇਹ ਬਹੁਤ ਬਹੁਤ ਘੱਟ ਲੋਕ ਨੇ ਜੋ ਇਤਿਹਾਸ ਦੀ ਰਚਨਾ ਕਰਦੇ ਨੇ, ਕਿਤਾਬਾਂ ਦੀ ਰਚਨਾ ਕਰਦੇ ਨੇ, ਔਰ ਮੈਂ ਇਹਨਾਂ ਨੂੰ ਇਸ ਕਰਕੇ ਵਧਾਈ ਦਿੰਦਾ ਕਿ ਕਿਸੇ ਵੀ ਚੀਜ਼ ਤੋਂ ਲਿਖਣਾ, ਕਿਤਾਬ ਨੂੰ ਲਿਖਣਾ ਇੱਕ ਬਹੁਤ ਹੀ ਵੱਡਾ ਔਰ ਬਹੁਤ ਹੀ ਮਿਹਨਤ ਦਾ ਕੰਮ ਹੈ। ਬਹੁਤ ਉਹਦੇ ਵਿੱਚ ਸੋਚ ਹੋਣੀ ਚਾਹੀਦੀ ਹੈ ਔਰ ਲਿਖਣ ਦੀ ਤਾਕਤ ਹੋਣੀ ਚਾਹੀਦੀ ਹੈ। ਔਰ ਮੈਂ ਮਹਿਸੂਸ ਕਰਦਾ ਕਿ ਉਹਨਾਂ ਨੇ ਇਸ ਤੋਂ ਪਹਿਲਾਂ ਵੀ ਦੋ ਕਿਤਾਬਾਂ ਲਿਖੀਆਂ ਨੇ ਔਰ ਕਿਤਾਬ ਹੈ, ਔਰ ਉਹ ਬਲੌਗ ਵੀ ਲਗਾਤਾਰ ਲਿਖਦੇ ਰਹਿੰਦੇ ਨੇ, ਔਰ ਇੱਕ ਜਾਗਰੂਕ ਮਨੁੱਖ ਦੀ ਨਿਸ਼ਾਨੀ ਹੈ, ਜਾਗਰੂਕ ਇਨਸਾਨ ਦੀ ਨਿਸ਼ਾਨੀ ਹੈ, ਜਾਗਰੂਕ ਕੌਮ ਦੀ ਨਿਸ਼ਾਨੀ ਹੈ ਕਿ ਜਿਹੜੇ ਆਪਣੇ ਸਮਾਜ ਦੀ ਅਗਵਾਈ ਕਰਦੇ ਨੇ। ਮੈਂ ਬਧਾਈ ਦਿੰਦਾ ਇੱਕ ਵਾਰੀ ਕਿ ਉਹ ਇੱਕ ਐਸੇ ਸੱਚ ਦੇ ਤੌਰ ਦੇ ਉੱਪਰ ਕਿ ਸਾਡੇ ਸਾਹਮਣੇ ਆਏ ਨੇ ਕਿ ਜਿਹਨਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਆਪਣੀ ਕੌਮ ਦੀ ਅਗਵਾਈ ਕੀਤੀ ਜਾਵੇ। ਇਹਦੇ ਲਈ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਬੂਟਾ ਮੰਡੀ ਦਸ ਸੈਂਟਰ ਦੀ ਆਪਾਂ ਗੱਲ ਕਰਦੇ ਹਾਂ ਕਿ ਦੋ ਹੀ ਕੀਤਾ ਜਾਂ ਜਥੇਬੰਦੀਆਂ ਜਾਂ ਸੰਘਰਸ਼ ਜਿੰਨੇ ਵੀ ਹੋਏ ਨੇ ਬੂਟਾ ਮੰਡੀ ਦੋ ਪੈਦਾ ਹੋਏ ਨੇ, ਬੂਟਾ ਮੰਡੀ ਉਹਨਾਂ ਤੋਂ ਅਗਵਾਈ ਦਿੱਤੀ ਰਹੀ ਔਰ ਅੱਗੇ ਤੋਂ ਵੀ ਇਸ ਅਗਵਾਈ ਦਿੱਤੀ ਰਹੇਗੀ। ਔਰ ਜਦੋਂ ਵੀ ਕਿਤੇ ਗੱਲ ਹੁੰਦੀ ਹੈ ਤੇ ਜਿਹੜੀ ਨਜ਼ਰਾਂ ਨੇ, ਜਿਹੜੀ ਸੋਚ ਹੈ, ਜਿਹੜੀ ਸਾਡਾ ਅੱਖਾਂ ਨੇ, ਉਹ ਬੂਟਾ ਮੰਡੀ ਵੱਧ ਲੱਗੀਆਂ ਹੁੰਦੀਆਂ ਨੇ ਕਿ ਉੱਥੋਂ ਕਿਹੜਾ ਸੁਨੇਹਾ ਆਉਂਦਾ, ਕਿਹੜਾ ਸੁਨੇਹਾ ਲੱਗੇ ਹੋਣਾ। ਮਿਸਟਰ ਸੁੰਦਰ ਕਹੇ ਜੀ ਅੱਜ ਸਾਡੇ ਵਿੱਚ ਨਹੀਂ ਹੈ, ਮੈਂ ਉਹਨਾਂ ਦੇ ਨਾਲ ਬਹੁਤ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ, ਬੜੇ ਮਿੱਤਰਾਂ ਵਿੱਚੋਂ ਸੀਗੇ, ਉਹ ਜਨਰਲ ਸਾਹਿਬ ਦੇ ਜਿੰਨੇ ਵੀ ਰਹੇ ਰਾਜਨੀਤਿਕ ਲੀਡਰਸ਼ਿਪ ਵੀ ਉਹਨਾਂ ਨੇ ਦਿੱਤੀਆਂ ਜੀ, ਬਹੁਤ ਕੰਮ ਕੀਤਾ। ਇਹਦੇ ਵਿੱਚ ਜਾਣੂ ਲੋਕ ਸਿਰ ਕਿਸੇ ਤਰ੍ਹਾਂ ਦੀ ਜੇ ਮੁਨਸ਼ੀ ਰਾਮ ਜੀ ਔਰ ਖੁਸ਼ੀ ਰਾਮ ਜੀ ਔਰ ਹੋਰ ਬਹੁਤ ਸਾਰੇ ਜਿਹੜੇ ਸ਼ਖਸੀਅਤਾਂ ਨੇ ਉਹ ਇਸ ਜਗ੍ਹਾ ਨੂੰ ਬਿਲੋਂਗ ਕਰਦੇ ਨੇ ਔਰ ਇਸ ਜਗ੍ਹਾ ਦਾ ਨਾਮ ਉਹਨਾਂ ਨੇ ਰੋਸ਼ਨ ਕੀਤਾ ਹੈ। ਮੈਡਮ ਬਬੀਤਾ ਜੀ ਨੇ, ਅਰਜੁਨ ਜੀ ਨੇ, ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਇਹਨੇ ਸਿਰਫ ਜਿਵੇਂ ਕਿ ਪ੍ਰੋਫੈਸਰ ਗੋਲ ਸਾਹਿਬ ਨੇ ਦੱਸਿਆ ਕਿ ਇਹ ਸਿਰਫ ਇਹ ਬਹੁਤ ਪੱਕੀ ਸ਼ਖਸੀਅਤ ਬੁੱਢਾ ਮੰਦਿਰ ਦੇ ਵਿੱਚ ਸਾਨੂੰ ਮਿਲਦੀ ਹੈ। ਇਹਨੂੰ ਆਰਥਿਕ ਰਾਜਧਾਨੀ ਦਾ ਦਰਜਾ ਉਹਨੇ ਦਿੱਤਾ। ਮੈਂ
ਇਹ ਵੀ ਆਖਿਆ ਗਿਆ ਕਿ ਉਹਨਾਂ ਨੇ ਬਹੁਤ ਹੀ ਵਧੀਆ ਸ਼ਬਦਾਂ ਦੇ ਵਿੱਚ ਇਸ ਦੀ ਵਿਆਖਿਆ ਕੀਤੀ ਹੈ। ਬੜੇ ਲੰਬਾ ਉਹਨਾਂ ਦਾ ਐਕਸਪੀਰੀਅੰਸ ਹੈ, ਬੜੀ ਖੋਜ ਕਰਕੇ ਬਹੁਤ ਕੁਛ ਕੀਤੇ, ਪੜ੍ਹਦੇ ਰਹਿੰਦੇ ਆ। ਕਿੱਥੇ ਉਹਨਾਂ ਨੇ 1948 ਦੀ ਗੱਲ ਕੀਤੀ, 65 ਦੀ ਗੱਲ ਕੀਤੀ, 67 ਦੀ ਗੱਲ ਕੀਤੀ, ਬਾਣੀ ਸਾਹਿਬ ਦਾ ਕੰਮ ਕੀਤਾ, ਵਿਕਟ ਸਾਹਿਬ ਦਾ ਕੰਮ ਕੀਤਾ, ਗੁਰਦਾਸ ਪ੍ਰਗਟ ਕੱਢੀ। ਇਹ ਜਿਹੜੀ ਜਿਹੜਾ ਵਡਿਆਈ ਆ ਜਾਂ ਲਿਖਣ ਦਾ ਕੰਮ ਹੈ, ਉਹ ਹਰ ਇੱਕ ਧੀ ਸਿੰਘ ਹੁੰਦਾ। ਇਹ ਆਰਥਿਕ ਰਾਜ ਦਾ ਦੀਨ ਦੇ ਤੌਰ ਤੇ ਕੰਮ ਕਰ ਰਹੀ ਹੈ, ਰਾਜਨੀਤਿਕ ਰਾਜਧਾਨੀ ਤੌਰ ਤੇ ਕੰਮ ਕਰ ਰਹੀ ਹੈ, ਸਮਾਜਿਕ ਧਾਰਮਿਕ ਰਾਜਧਾਨੀ ਤੌਰ ਤੇ ਕੰਮ ਕਰ ਰਹੀ ਹੈ। ਇਹ ਪੰਜਾਬ ਦੇ ਹੋਰ ਕਿਸੇ ਵੀ ਸ਼ਹਿਰ ਕਿਸੇ ਵੀ ਜਗ੍ਹਾ ਦੇ ਵਿੱਚ ਇਹ ਗੱਲਾਂ ਨਹੀਂ ਆਈਆਂ। ਔਰ ਮੈਂ ਇਸ ਗੱਲ ਦੀ ਫਿਰ ਮੁਬਾਰਕਬਾਦ ਦਿੰਦਾ ਕਿ ਇੱਦਾਂ ਦੀਆਂ ਲਿਖਤਾਂ, ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ, ਵਿਸੰਦੇ ਨੇ, ਜਿਹਨੂੰ ਕਹਿੰਦੇ ਆਪਣੇ ਇੱਕ ਮੀਰ ਪੱਥਰ ਦੀ ਜ਼ਿੰਦਗੀ ਦੇ ਵਿੱਚ ਉਹ ਪੈਦਾ ਕਰਨ ਵਾਲੇ ਇਨਸਾਨ ਹੈ, ਉਹਨਾਂ ਅੱਗੇ ਸਾਡਾ ਸਿੱਧ ਹੁੰਦਾ ਕਿ ਉਹਨਾਂ ਨੇ ਸਾਨੂੰ ਇਹ ਚੀਜ਼ਾਂ ਦਿੱਤੀਆਂ ਨੇ, ਲਿਖਣ ਲਈ ਪੜ੍ਹਨ ਲਈ ਦਿੱਤੀਆਂ ਨੇ, ਔਰ ਅੱਗੇ ਆਉਣ ਵਾਲੀ ਕਿਹੜੀ ਕੌਮਾਂ ਲਈ ਉਹ ਪੜ੍ਹ ਰਹੀ ਆ। ਮਨੁੱਖ ਚਲਾ ਜਾਂਦਾ ਹੈ, ਲੇਕਿਨ ਉਹਨਾਂ ਦੀ ਤਸਵੀਰ, ਉਹਨਾਂ ਦਾ ਜਿਹੜੀ ਯੋਗਦਾਨ ਹੈ, ਉਹਨਾਂ ਦੀ ਜਿਹੜੀ ਦੇਣ ਹੈ ਸਮਾਜ ਨੂੰ, ਚਾਹੇ ਉਹ ਕੋਈ ਵੀ ਨੇਤਾ ਹੋਣ, ਬਾਬਾ ਸਾਹਿਬ ਨੇ ਅਗਰ ਕਹਿੰਦੇ ਅੱਜ ਬਾਬਾ ਸਾਹਿਬ ਨੂੰ ਦੇਖਣਾ ਹੋਵੇ, ਪੜ੍ਹਨਾ ਹੋਵੇ, ਸਮਝਣਾ ਹੋਵੇ, ਔਰ ਅਗਵਾਈ ਲੈਣੀ ਹੋਵੇ, ਤਾਂ ਉਹਦੀ ਕਿਤਾਬਾਂ ਉਹ ਕਿਤਾਬਾਂ ਨਹੀਂ ਮਿਲਦੇ ਤੁਹਾਨੂੰ। ਜ਼ਿਕਰ ਕੀਤਾ ਬਹੁਤ ਸਾਰੇ ਸਾਥੀਆਂ ਨੇ ਜੋ ਇੱਥੇ ਆਏ ਸੀਗੇ, ਉਹਦੇ ਗੱਲਾਂ ਦਾ ਕਿਉਂ ਜ਼ਿਕਰ ਆਉਣਾ, ਜਦੋਂ ਕੌਂਸਲ ਦਾ ਜ਼ਿਕਰ ਕੀਤਾ, ਡੀ ਏ ਵੀ ਕਾਲਜ ਇਸ ਤੋਂ ਬਾਅਦ ਗਏ। ਉਹ ਸੀ ਕਿੰਨੇ ਵੱਡੇ ਮਹਾਨ ਸ਼ਖਸੀਅਤ ਸਾਡੀ ਜ਼ਿੰਦਗੀ ਦੇ ਵਿੱਚ, ਉਹਨਾਂ ਦਾ ਯੋਗਦਾਨ ਸ਼ਾਇਦ ਮੇਰਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਉਹਨਾਂ ਦੀ ਜਿਹੜੀ ਚਿਣਕ ਅੱਗੇ ਬੂਟਾ ਮੰਡੀਆਂ 'ਚ ਨੇ, ਅੱਗੇ ਵਧਾਈ, ਅੱਗੇ ਚਿਣਕ ਪੂਰੇ ਪੰਜਾਬ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਇਹ ਚਿਣਕ ਅੱਗੇ ਲਗਾਈ, ਔਰ ਜਿਹਦੇ ਸਦਕਾ ਸਾਡਾ ਪੰਜਾਬ, ਪੰਜਾਬ ਦੇ ਵਸਿੰਦੇ, ਸਾਡੇ ਲੋਕ ਆਰਥਿਕ ਤੌਰ 'ਤੇ ਵੀ ਅੱਗੇ ਵਧੇ, ਬੌਧਿਕ ਪੱਧਰ 'ਤੇ ਵੀ ਅੱਗੇ ਵਧੇ, ਰਾਜਨੀਤਿਕ ਤੌਰ 'ਤੇ ਵੀ ਅੱਗੇ ਵਧੇ। ਔਰ ਇੱਕ ਆਪਣੇ ਆਪ ਦੇ ਇੱਕ ਬਹੁਤ ਇਤਿਹਾਸਿਕ ਮੀਲ ਪੱਥਰ ਹੈ ਕਿ ਅਗਰ ਕੋਈ ਰਾਜਨੀਤਿਕ ਸ਼ਕਤੀ ਜਾਂ ਕੋਈ ਹੋਰ ਚੀਜ਼ਾਂ ਕਿ ਇੱਥੇ ਹੌਸਲੇ ਵਾਲੀ ਗੱਲ ਹੈ ਕਿ ਸਾਡੇ ਬਾਹਰ ਹੈ ਬੂਟਾ ਮੰਡੀ ਦੇ ਉੱਪਰ ਕਿ ਲੋਕ ਇਸ ਸੰਬੰਧ ਨੂੰ ਦੇਖਦੇ ਆ, ਔਰ ਬੂਟਾ ਮੰਡੀ ਦੇ ਵਿੱਚ, ਬੂਟਾ ਮੰਡੀਆਂ ਦੇ ਵਿੱਚ ਇਸ ਦੇਸ਼ ਦੀ ਧਰਤੀ ਦੇ ਇਹ ਪਸੰਦਾਂ ਦੇ ਉੱਪਰ ਤਾਕਤ ਔਰ ਸ਼ਕਤੀ ਆ ਕਿ ਉਹ ਲੋਕਾਂ ਦੀ ਅਗਵਾਈ ਕਰ ਸਕਦੇ ਆ। ਔਰ ਮੈਂ ਉਮੀਦ ਕਰਦਾ ਕਿ ਹਮੇਸ਼ਾ ਹੀ ਬੂਟਾਬੰਦੀ ਦੇ ਲੋਕ ਔਰ ਬੂਟਾਬੰਦੀ ਆਪਣੇ ਦੇਸ਼ ਦੀ, ਸੂਬੇ ਦੀ, ਸਮਾਜ ਦੀ ਵਿੱਚ ਦੀ ਅਗਵਾਈ ਕਰਦੀ ਰਹੇ। ਔਰ ਇਹ ਜੋ ਬਾਬਾ ਸਾਹਿਬ ਨੇ ਦੱਸਿਆ ਨਾ ਕਿ ਵੀ ਮੈਂ ਗੱਲ ਕੀਤੀ, ਅਗਰ ਸ਼ਾਇਦ ਉਹ ਨਾ ਹੁੰਦੇ, ਅਗਰ ਬੂਟਾਬੰਦੀ ਵਾਲੇ ਨਾ ਹੁੰਦੇ, ਤੇ ਸ਼ਾਇਦ ਸਾਡੇ ਦੇਸ਼ ਦੀ, ਸਾਡੇ ਸਮਾਜ ਦੀ ਜਿਹੜੀ ਤਸਵੀਰ ਹੈ, ਜੋ ਹਾਲਤ ਹੈ, ਉਹ ਇੰਨੀ ਅੱਛੀ ਨਾ ਹੁੰਦੀ। ਹਾਲਤ ਹਮੇਸ਼ਾ ਬਦਲ ਰਹਿੰਦੀ ਹੈ, ਵੱਧਦੀ ਰਹਿੰਦੀ ਹੈ। ਔਰ ਜੋ ਯੋਗਦਾਨ ਸੰਵਿਧਾਨ ਦੇ ਤੌਰ ਤੇ ਆਪਣੇ ਜਤਨਾਂ ਦੇ ਕਰਕੇ ਰੈਜਰਵੇਸ਼ਨ ਹੋਈ ਜਾਂ ਕੋਈ ਹੋਰ ਜਿਹੜੇ ਵਿਧਾਨ ਸਭਾ ਦੇ ਵਿੱਚ ਹੋਈ, ਲੋਕ ਸਭਾ ਦੇ ਵਿੱਚ ਹੋਈ, ਈਵਨ ਬਾਬੂ ਮੋਹਨ ਰਾਮ ਮੁਗਲਵਾਲੀਆ ਜੀ ਦਾ ਜ਼ਿਕਰ ਕੀਤਾ, ਔਰ ਫਿਰ ਕਿਸੇ ਦਿਨ ਵੀ MLA ਬਣੇ, ਇਹ ਉਹ ਵੀ ਆਜ਼ਾਦੀ ਤੋਂ ਪਹਿਲਾਂ ਬਹੁਤ ਇਤਿਹਾਸ ਦੇ ਬਾਰੇ ਬਹੁਤ ਜਾਣਕਾਰੀ ਉਹਨਾਂ ਨੇ ਦਿੱਤੀ। ਕੌਲ ਸਾਹਿਬ ਨੇ, ਅੰਮ੍ਰਿਤਸਰ ਸਾਹਿਬ ਨੇ, ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਨਹੀਂ ਪਤਾ। ਇਸ ਕਰਕੇ
ਸਿਆਣੇ ਨੇ ਕਿਹਾ ਕਿ ਕਿਤਾਬਾਂ ਪੜ੍ਹਨੀਆਂ ਬੜੀਆਂ ਜ਼ਰੂਰੀ ਨੇ, ਸਾਹਿਤ ਪੜ੍ਹਨਾ ਇਤਿਹਾਸ ਪੜ੍ਹਨਾ ਬੜਾ ਜ਼ਰੂਰੀ ਹੈ। ਇਹਦੇ ਤੋਂ ਤੁਹਾਨੂੰ ਪਤਾ ਲੱਗਦਾ ਕਿ ਸਾਡਾ ਦੇਸ਼ ਕੀ ਹੈ, ਸਾਡਾ ਕੌਮ ਕੀ ਹੈ, ਸਾਡਾ ਸਮਾਜ ਕੀ ਹੈ, ਇਸ ਬੰਦੇ ਨੇ ਕੀ ਯੋਗਦਾਨ ਦਿੱਤਾ ਹੈਗਾ। ਸੋ ਮੈਂ ਕਹਿੰਦਾ ਵੀ ਜਿਹੜੇ ਸਾਹਿਤਕਾਰ ਹੈ ਇਹ ਤਾਂ ਬਹੁਤ ਬੰਦੇ ਬਿਰਲੇ ਬਿਰਲੇ ਦੇ ਹੱਥਾਂ ਵਿੱਚ ਜਾਂ ਕਿਸਮਤ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ। ਮੈਂ ਕਵਿਤਾ ਨਹੀਂ ਲਿਖ ਸਕਦਾ, ਮੈਂ ਨਾਵਲ ਨਹੀਂ ਕਦੇ ਲਿਖਿਆ, ਮੈਂ ਕਦੀ ਕਹਾਣੀ ਨਹੀਂ ਲਿਖੀ, ਇਹਨਾਂ ਨੇ ਚਿਰ ਕਿਤਾਬਾਂ ਲਿਖੀ। ਜੇ ਇੰਨਾ ਦੂਸਰਾ ਕੰਮ ਹੋਵੇ ਕਿਤਾਬਾਂ ਲਿਖਣ ਦਾ ਜਾਂ ਕਵਿਤਾ ਲਿਖਣ ਦਾ ਜਾਂ ਸਾਹਿਤ ਰਚਨਾ ਦਾ, ਤੇ ਅਸੀਂ ਤੇ ਤੁਸੀਂ ਸਾਰੇ ਸਾਹਿਤਕਾਰ ਹੁੰਦੇ। ਔਰ ਇਸ ਕਰਕੇ ਵਿਲੱਖਣ ਜਿਹੜੀ ਦੇਣ ਆ ਅੰਬੈਸਡਰ ਸਾਹਿਬ ਦੀ, ਮੈਂ ਉਹਨੂੰ ਸਲਾਮ ਕਰਦਾ। ਔਰ ਇਸ ਸੰਬੰਧ ਦੇ ਵਿੱਚ ਵੀ ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਨੇ ਇਸ ਸਮਾਜ ਸੇਵਾ ਦਾ ਬੀੜਾ ਆਪਣੇ ਸਿਰ ਤੇ ਚੁੱਕਿਆ ਹੋਇਆ। ਔਰ ਕਿਸੇ ਵੀ ਗੱਲ ਨੂੰ ਜਿਹਨੂੰ ਕਹਿੰਦੇ ਆਰਟੀਕੁਲੇਟ ਕਰਨਾ, ਆਪਣੀ ਗੱਲ ਕਹਿਣਾ, ਬਚਾਉਣਾ, ਇਹ ਕੋਈ ਸੌਖੀ ਗੱਲ ਨਹੀਂ ਹੁੰਦੀ। ਔਰ ਉਹਨਾਂ ਦੀ ਲਾਸਟ ਪੋਸਟਿੰਗ 2010 ਦੇ ਵਿੱਚ ਰਿਟਾਇਰ ਹੋਏ, ਅੱਜ 2024 ਹੈ। ਪਹਿਲਾਂ ਉਹ ਸਿਵਲ ਡਿਫੈਂਸਰ ਹੈ, ਟੋਕੀਓ ਦੇ ਵਿੱਚ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ, ਇੰਗਲੈਂਡ ਦੇ ਵਿੱਚ, ਸਕੋਟਲੈਂਡ ਦੇ ਵਿੱਚ ਦਿੱਤੀਆਂ, ਚੈੱਕ ਰਿਪਬਲਿਕ ਦੇ ਵਿੱਚ ਦਿੱਤੀਆਂ, ਔਰ ਉਸ ਤੋਂ ਨਾਲ ਹੀ ਉਹਨਾਂ ਨੇ ਆਪਣੇ ਭਾਰਤ ਸਰਕਾਰ ਦੇ ਵਿੱਚ, ਆਪਣੇ ਮਹਿਕਮੇ ਦੇ ਵਿੱਚ ਹੋਰ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ। ਔਰ ਅੱਜ ਵੀ ਉਹ ਫਰਕ ਨਹੀਂ ਰਹੇ, ਉਹਨਾਂ ਨੂੰ ਕੋਈ ਥਕੇਵਾ ਨਹੀਂ ਹੈ। ਇਸ ਉਮਰ ਦੇ ਦੌਰਾਨ ਦੇ ਵਿੱਚ ਵੀ ਉਹ ਲਗਾਤਾਰ ਆਪਣੀ ਜਿੱਤ ਯਾਤਰਾ ਕਰਦੇ ਆ ਰਹੇ। ਮੈਨੂੰ ਮਾਣ ਹੈ ਕਿ ਵੀ ਇੱਦਾਂ ਦੀ ਸ਼ਖਸੀਅਤ ਸਾਡੇ ਲਈ ਇੱਕ ਬਹੁਤ ਚੜ੍ਹਨ ਬੁਲਾਰੇ ਦਾ ਕੰਮ ਕਰ ਰਹੀ ਆ। ਔਰ ਸਾਡੇ ਬੱਚਿਆਂ ਨੂੰ, ਸਾਡੇ ਸਮਾਜ ਨੂੰ, ਉਹਨਾਂ ਤੋਂ ਹੋਰ ਵੀ ਉਮੀਦਾਂ ਨੇ ਕਿ ਇਹ ਹਮੇਸ਼ਾ ਹੀ ਸਾਡੇ ਸਮਾਜ ਦੀ ਅਗਵਾਈ ਕਰਦੇ ਰਹਿਣਗੇ। ਔਰ ਜੋ ਉਹਨਾਂ ਨੇ ਗੁੰਡਾਬੰਦੀ ਦੇ ਬਾਰੇ ਲਿਖਿਆ ਹੈ, ਅਗਰ ਅੱਜ ਅਸੀਂ ਜਿਵੇਂ ਕਿ ਮੇਰੇ ਸਾਥੀ ਨੇ ਕਿਹਾ, ਗੂਗਲ ਕਰਦਾ ਹੋਵੇ, ਡਿਜੀਟਲ ਦੀ ਗੱਲ ਹੈ, ਜਾਂ ਕੋਈ ਕੰਪਿਊਟਰ 'ਤੇ ਗੱਲ ਕਰਨੀ ਹੋਵੇ, ਇੰਟਰਨੈਟ 'ਤੇ ਗੱਲ ਕਰਨੀ ਹੋਵੇ, ਕਿਸੇ ਚੀਜ਼ ਦੇ ਬਾਰੇ ਪਤਾ ਕਰਨਾ ਹੋਵੇ, ਅੱਜ ਕੱਲ੍ਹ ਅਸੀਂ ਫਟਾਫਟ ਗੂਗਲ ਕਰਦੇ, ਇੰਟਰਨੈਟ ਕਰਦੇ, ਅਤੇ ਅੱਜ ਕੱਲ੍ਹ ਚੈਟ GPT ਆ ਗਿਆ। ਵੀ ਮੈਨੂੰ ਬੂਟਾਬੰਦੀ ਦੇ ਬਾਰੇ ਜਾਣਕਾਰੀ ਦੇਣੀ ਆ, ਲੈਣੀ ਆ, ਤਾਂ ਆਹ ਗੱਲਾਂ ਤੁਹਾਨੂੰ ਸਾਹਮਣੇ ਬਣਾਉਣੀ ਜਿਹੜੀਆਂ ਮੈਂ ਕਿਤਾਬਾਂ ਲਿਖੀਆਂ ਆ, ਉਹ ਮੈਨੂੰ ਮੀਟਿੰਗ ਦੇ ਕਰਨ ਦੇ ਬਾਰੇ ਪਤਾ ਕਰਨਾ ਆ, ਜਾਂ ਫਰਾਂਸ ਦੇ ਬਾਰੇ ਪਤਾ ਕਰਨਾ, ਅਮਰੀਕਾ ਦੇ ਬਾਰੇ ਪਤਾ ਕਰਨਾ। ਅਤੇ ਉਹ ਸਿਰਫ ਸਾਹਿਤ ਹੀ ਹੈ, ਕਿਤਾਬਾਂ ਇਹ ਹਨ ਜਿਹੜੀਆਂ ਕਿ ਸਾਨੂੰ ਕਿਸੇ ਦੇਸ਼ ਦੇ ਬਾਰੇ, ਉਹਦੀਆਂ ਸਮੱਸਿਆ ਬਾਰੇ, ਲੋਕਾਂ ਦੇ ਬਾਰੇ, ਇਤਿਹਾਸ ਬਾਰੇ, ਆਰਥਿਕਤਾ ਬਾਰੇ ਜੋ ਵੀ ਗੱਲਾਂ ਬਾਤਾਂ ਕਰਦੀਆਂ ਨੇ, ਇਹ ਕਿਤਾਬਾਂ ਹੀ ਹਨ। ਔਰ ਬਹੁਤ ਮਹਾਨ ਉਹ ਲੋਕ ਹਨ, ਬਹੁਤ ਮਹਾਨ ਬਸ਼ਿੰਦੇ ਹਨ, ਜਿਹਨਾਂ ਦੇ ਹਿੱਸੇ ਇਹ ਆਇਆ ਕਿ ਉਹਨਾਂ ਨੇ ਆਪਣੀ ਕਰਮ ਦੇ ਰਾਹੀਂ, ਆਪਣੇ ਦਿਮਾਗ ਦੇ ਰਾਹੀਂ, ਸੋਚ ਦੇ ਰਾਹੀਂ ਸਾਨੂੰ ਸਾਹਿਤ ਦਿੱਤਾ। ਔਰ ਸਾਹਿਤਕਾਰਾਂ ਦੇ ਵਿੱਚ ਇਹਨਾਂ ਦਾ ਨਾਮ ਹੋਇਆ। ਕੱਲੇ ਅੰਬੈਸਡਰ ਹੀ ਕਹਿੰਦੇ, ਕੱਲੇ ਇਹਨਾਂ ਸਿਰਫ ਆਪਣੀ ISS ਦੀ ਨੌਕਰੀ ਨਹੀਂ ਕੀਤੀ, ਇਹਨਾਂ ਦਾ ਸ਼ੁਮਾਰ, ਇਹਨਾਂ ਦਾ ਨਾਮ ਸਾਹਿਤਕਾਰਾਂ ਦੇ ਵਿੱਚ ਵੀ ਸ਼ੁਮਾਰ ਹੋ ਗਿਆ ਹੈ। ਇਹਦੇ ਲਈ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੇ ਸਭ ਦਾ ਬਹੁਤ ਬਹੁਤ ਮਸ਼ਹੂਰ ਹਾਂ। ਔਰ ਇਸ ਦੇ ਨਾਲ ਇਹਨਾਂ ਨੇ ਪਰਸੋਂ ਆਏ ਸੀਗੇ, ਮੇਰੀ ਇਹਨਾਂ ਨਾਲ ਗੁਫ਼ਤਗੂ ਹੁੰਦੀ ਰਹਿੰਦੀ ਹੈ, ਕੰਟੈਕਟ ਬਣਿਆ ਰਹਿੰਦਾ ਹੈ। ਪਰਸੋਂ ਵਿੱਚੋਂ ਗੈਰ ਜ਼ਰੂਰੀ ਹੈ ਕਿ ਪਰਸੋਂ ਤੋਂ ਜ਼ਰੂਰ ਆਉਣਾ, ਪਰਸੋਂ ਨਹੀਂ ਜਿੱਤਿਆ ਪਰਸੋਂ ਅਤੇ ਅੱਜ ਵਾਲਾ, ਮੈਂ ਕਿਹਾ ਮੈਂ ਬਿਲਕੁਲ ਆਵਾਂਗਾ, ਮੈਂ ਫਿਰ ਚੱਲਿਆ ਚੰਡੀਗੜ੍ਹ ਤੋਂ, ਅਤੇ ਮੈਂ ਆਪਣੇ ਆਪ ਖੁਸ਼ ਨਸੀਬ ਮੰਨਦਾ ਕਿ ਮੈਂ ਅੱਜ ਇਸ ਫੰਕਸ਼ਨ ਦੇ ਵਿੱਚ ਸ਼ਾਮਿਲ ਹੋ ਸਕਿਆ। ਔਰ ਮੈਨੂੰ ਇਸ ਫੰਕਸ਼ਨ ਨੂੰ ਆਪਣੇ ਵਿਅਕਤੀਗਤ ਤੌਰ 'ਤੇ ਮੈਂ ਲਿਖਿਆ ਔਰ ਇਹਦੇ ਵਿੱਚ ਸ਼ਾਮਿਲ ਹੋਇਆ, ਮੈਨੂੰ ਬਹੁਤ ਖੁਸ਼ੀ ਦਾ ਅਹਿਸਾਸ ਹੋ ਰਿਹਾ। ਬਹੁਤ ਬਹੁਤ ਧੰਨਵਾਦ।
ਥੈਂਕ ਯੂ ਸਰ ਤੁਹਾਡੇ ਇਹਨਾਂ ਪ੍ਰਭਾਵਸ਼ਾਲੀ ਸ਼ਬਦਾਂ ਦੇ ਲਈ, ਅਤੇ ਤੁਸੀਂ ਬਹੁਤ ਦੂਰ ਤੋਂ ਚੱਲ ਕੇ ਆਏ ਹੋ, ਇਸ ਦੇ ਲਈ ਤੁਹਾਡਾ ਹੋਰ ਵੀ ਧੰਨਵਾਦ। ਅਤੇ ਸਮੇਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਹੁਣ ਬੇਨਤੀ ਕਰਾਂ ਸ਼੍ਰੀ ਪ੍ਰੋਫੈਸਰ ਰਣਜੀਤ ਚੰਦਰ ਜੀ, ਵਾਈਸ ਪ੍ਰੈਜੀਡੈਂਟ ਅੰਬੇਡਕਰ ਮਿਸ਼ਨ ਸੁਸਾਇਟੀ, ਫੋਰਮਰ ਐਚ ਓ ਡੀ ਮੈਡੀਕਲ ਸਾਇੰਸ ਡਿਪਾਰਟਮੈਂਟ ਬਾਬਾ ਕਾਲਜ ਜਲੰਧਰ, ਪਰਿਵਾਰ ਦੇ ਵਿੱਚ ਸਦੱਸ ਨੇ, ਅਤੇ ਉਹ ਅੱਜ ਦੇ ਇਸ ਫੰਕਸ਼ਨ ਵਿੱਚ ਉਹਨੇ
ਉਹਨਾਂ ਨੇ ਇੰਟਰਨੈਸ਼ਨਲ ਲੈਵਲ ਦੀ, ਉਹਨਾਂ ਨੇ ਇਕਨੋਮਿਕ ਲੈਵਲ ਦੀ, ਉਹਨਾਂ ਨੇ ਸੋਸ਼ਲ ਲੈਵਲ ਦੀ, ਹੁਣ ਉਹਨਾਂ ਨੇ ਕੋਈ ਆਸਪੈਕਟ ਨਹੀਂ ਛੱਡਿਆ ਜ਼ਿੰਦਗੀ ਦਾ ਜਿਹਨੂੰ ਉਹਨਾਂ ਨੇ ਟੱਚ ਨਹੀਂ ਕੀਤਾ। ਇਸ ਲਈ ਇਹਨਾਂ ਨੇ ਜਿਹੜੀ ਉਹ ਬੁੱਕ ਲਿਖੀ ਆ ਉਹਦੇ 'ਚ ਮਤਲਬ ਇੰਨੇ ਗੱਲਾਂ ਨੂੰ ਟੱਚ ਕੀਤਾ, ਇੰਨੇ ਵਿਸ਼ਿਆਂ ਨੂੰ ਟੱਚ ਕੀਤਾ, ਉਹਦੇ 'ਚ ਸਮਾਜਿਕ ਵੀ ਨੇ, ਉਹਦੇ 'ਚ ਰਾਜਨੀਤਿਕ ਵੀ ਨੇ, ਉਹਦੇ 'ਚ ਆਰਥਿਕ ਵੀ ਨੇ, ਉਹਦੇ 'ਚ ਸਾਡੇ ਡੇਲੀ ਕਰਪਸ਼ਨ ਦੇ ਮੁੱਦੇ ਵੀ ਨੇ, ਸੋਸ਼ਲ ਇਵਲਸ ਦੇ ਨਾਲ ਵੀ, ਪੋਲੀਟੀਕਲ ਪਾਰਟੀਜ਼ ਦੇ ਨਾਲ ਵੀ, ਮਤਲਬ ਬਹੁਤ ਡਿਟੇਲ ਦੇ ਵਿੱਚ ਉਹ ਬੁੱਕ ਜਿਹੜੀ ਆ ਉਹ ਲਿਖੀ ਆ। ਔਰ ਦੂਸਰੀ ਜਿਹੜੀ ਬੁੱਕ ਆ ਉਹ ਡਾਕਟਰ ਸਾਹਿਬ ਦੇ ਬਾਰੇ ਸੀ, ਅੰਬੇਦਕਰ ਸਾਹਿਬ ਦੇ ਬਾਰੇ ਸੀ। ਔਰ ਅੱਜ ਜਿਹੜੀ ਕਿਤਾਬ ਜਿਹੜੀ ਆ ਉਹ ਫਿਰ ਬੁੱਢਾ ਮੰਡੀ ਦੇ ਬਾਰੇ, ਜਿਹੜਾ ਕਹਿੰਦੇ ਨਰਵ ਸੈਂਟਰ ਆਫ ਜਿਹੜੇ ਅੰਦਰ ਪੋਲੀਟਿਕਸ ਦੇ ਬਾਰੇ, ਐਕਚੁਲੀ ਜਿਹੜਾ ਬੁੱਢਾ ਮੰਡੀ ਆ, ਅਗਰ ਮੈਨੂੰ ਇਹਦੇ ਬਾਰੇ ਕੋਈ ਪੁੱਛੇ ਤਾਂ ਮੈਂ ਸਮਝਦਾ ਕਿ ਬੁੱਢਾ ਮੰਡੀ ਜਿਹੜੀ ਆ ਸਾਡੇ ਦਲਿਤਾਂ ਦੀ ਕੈਪੀਟਲ ਆ, ਜਿਹੜਾ ਹਾਰਟ ਆ, ਦਿਲ ਆ। ਕਿਉਂਕਿ ਕੋਈ ਵੀ ਘਟਨਾ ਕਿਤੇ ਵੀ ਵਾਪਰ ਜਾਵੇ, ਲੋਕੀ ਬੁੱਢਾ ਮੰਡੀ ਦਾ ਐਕਸ਼ਨ ਰਿਐਕਸ਼ਨ ਦੇ ਵੀ ਉਹਨਾਂ ਦਾ ਇਹਦੇ ਬਾਰੇ ਕੀ ਰਾਏ ਆ, ਉਹ ਲੋਕੀ ਕੀ ਕਹਿੰਦੇ ਨੇ। ਕਿਉਂਕਿ ਬੁੱਢਾ ਮੰਡੀ ਨੇ ਹੁਣੇ ਨਹੀਂ, ਅੱਜ ਨਹੀਂ, ਅੱਜ ਸਾਨੂੰ ਬਹੁਤ ਮਾਣ ਆ ਕਿ ਸਾਡੇ ਆਈ ਐਸ ਅਫਸਰ, ਪੀ ਸੀ ਐਸ ਅਫਸਰ, ਮੈਜਿਸਟਰੇਟ, ਸਾਡੇ ਜਿਹੜੇ ਪੋਲੀਟੀਕਲ ਲੀਡਰ ਇੱਥੇ ਬੈਠੇ ਨੇ, ਪਿੱਛੇ ਤੋਂ ਹੀ ਬੈਠੇ ਨੇ। ਅਗਰ ਆਪਾਂ ਪਿੱਛੇ ਦੇਖੀਏ 1937 ਤੋਂ ਪਿਛਲਾ ਇਤਿਹਾਸ, ਉਹ ਸਾਨੂੰ ਕਿੱਥੋਂ ਪਤਾ ਲੱਗਦਾ? ਸਾਨੂੰ ਕਿਤਾਬਾਂ ਤੋਂ ਪਤਾ ਲੱਗਦਾ, ਬੁੱਕਸ ਤੋਂ ਪਤਾ ਲੱਗਦਾ। ਕੋਈ ਵੀ ਰਿਸਰਚ ਕਰਨੀ ਹੋਵੇ, ਤੁਹਾਡੀ ਰਿਸਰਚ ਉਦੋਂ ਤੱਕ ਵੈਲਿਡ ਨਹੀਂ ਜਦੋਂ ਤੱਕ ਤੁਹਾਡੇ ਕੋਲ ਡਾਕੂਮੈਂਟਰੀ ਪ੍ਰੂਫ ਨਹੀਂ। ਹੁਣ ਕੋਈ ਵੀ ਬੰਦਾ ਰਿਸਰਚ ਕਰੇਗਾ, ਉਹ ਲਿਖੇ ਲਿਖ ਦੇਗਾ ਕਿ ਮੈਂ ਜੀ ਰਮੇਸ਼ ਚੰਦਰ ਦੀ ਕਿਤਾਬ ਤੋਂ ਮੈਂ ਰੈਫਰੈਂਸ ਲੈ ਰਿਹਾ, ਉਹ ਵੈਲਿਡ ਆ। ਮੈਂ ਖੂਹ ਜਵਾਨੀ ਜੋ ਮਰਜ਼ੀ ਗੱਲਾਂ ਕਰੀ ਜਾਵਾਂ, ਉਹ ਵੈਲਿਡ ਨਹੀਂ, ਉਹ ਲਿਖ ਪ੍ਰੂਫ ਚਾਹੀਦਾ। ਇਸ ਲਈ ਜਿਹੜੀ ਬੁੱਢਾ ਮੰਡੀ ਨੇ ਬਹੁਤ ਕੁਛ ਦਿੱਤਾ ਸਮਾਜ ਨੂੰ, ਸਾਡੇ ਦਲਿਤ ਸਮਾਜ ਨੂੰ ਬਹੁਤ ਕੁਛ ਦਿੱਤਾ। ਔਰ ਅੱਜ ਵੀ ਮੈਂ ਇਹ ਕਹਿ ਸਕਦਾ ਕਿ ਲੋਕਾਂ ਨੂੰ, ਸਾਨੂੰ ਵੀ, ਕਿਉਂਕਿ ਮੈਂ ਵੀ ਪਰਸਨਲ ਤੌਰ 'ਤੇ, ਕਿਉਂਕਿ ਮੇਰੀ ਵਾਈਫ ਬੁੱਢਾ ਮੰਡੀ ਦੀ ਆ, ਔਰ ਮੈਂ ਵੀ ਜੋ ਅੱਜ ਹੈਗਾ ਆ ਉਹ ਮੇਰੀ ਵਾਈਫ ਸੁਨੀਤਾ ਬੁੱਢਾ ਮੰਡੀ ਦੀ, ਉਹਦੇ ਕਰਕੇ ਹੀ ਆ। ਇਸ ਲਈ ਮੈਂ ਇਹ ਗੱਲ ਇੱਥੇ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਆ, ਔਰ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਆਦਤ ਪਾਉਣੀ ਚਾਹੀਦੀ ਆ, ਖਾਸ ਤੌਰ 'ਤੇ ਬੁੱਕਸ। ਰਮੇਸ਼ ਚੰਦਰ ਜੀ ਨੇ ਕਿਹਾ, ਇਹ ਗੱਲ ਬਿਲਕੁਲ ਠੀਕ ਆ ਕਿ ਕਈ ਬੰਦਿਆਂ ਨੂੰ ਕੁਛ ਕੀਤਾ ਲਿਖਣ ਵਾਸਤੇ, ਮੈਂ ਵੀ ਉਹਨਾਂ ਤੋਂ ਇੱਕ ਮੁਜਰਮ ਹੈਗਾ ਆ, ਮੈਨੂੰ ਇਹ ਕੋਈ ਲੀਡਰ ਤੋਂ ਉਹਦਾ ਮੁਜਰਮ ਕਿਉਂ ਆ, ਮੈਂ ਉਹ ਵੀ ਦੱਸਣਾ ਚਾਹੁੰਦਾ ਕਿ ਮੈਨੂੰ ਜਦੋਂ ਇਹਨਾਂ ਨੇ ਕਿਹਾ, ਮੈਂ ਇਹਨਾਂ ਨੂੰ ਇਹ ਕਿਹਾ ਕਿ ਭਰਾ ਜੀ ਮੈਂ ਬੜਾ ਹੀ ਸਧਾਰਨ ਵਿਦਿਆਰਥੀ ਹੈਗਾ ਰਾਜਨੀਤੀ ਵਿਗਿਆਨ ਦਾ, ਤੁਸੀਂ ਹੈਗੇ ਰਾਜਦੂਤ, ਮੈਂ ਉਹ ਬੰਦਾ ਨਹੀਂ ਜਿਹੜਾ ਤੁਹਾਡੇ ਨਾਲ ਜਸਟਿਸ ਕਰ ਸਕਾਂ, ਤੁਹਾਨੂੰ ਕੋਈ ਮੇਰੇ ਤੋਂ ਉੱਪਰਲਾ ਹੁੰਦਾ ਚਾਹੀਦਾ ਆ, ਕੋਈ ਜਿਹੜਾ ਤੁਹਾਡੇ ਉਹਦੇ ਨਾਲ ਨਿਆਂ ਕਰੇ, ਮੈਂ ਜੋ ਸਮਝਦਾ ਇਸ ਚੀਜ਼ ਲਈ। ਮੈਨੂੰ ਇਹਨਾਂ ਨੇ ਕਿਹਾ ਕਿ ਮੈਨੂੰ ਕੋਈ ਇਹਦਾ ਮਤਲਬ ਕਿਸ ਤਰ੍ਹਾਂ ਦਾ ਕੋਈ ਬੁਰਾ ਨਹੀਂ, ਜਿਹੜੀ ਗੱਲ ਸੱਚੀ ਆ ਉਹ ਸੱਚੀ ਆ, ਪਰ ਮੈਨੂੰ ਕਹਿਣ 'ਚ ਕੋਈ, ਕਿਉਂਕਿ ਆਪਣੇ ਕਦੀ ਵੀ ਕਦੇ ਨੂੰ ਮਨ 'ਚ ਗੱਲ ਨਹੀਂ ਰੱਖਣੀ ਚਾਹੀਦੀ ਕਿ ਕੋਈ ਆਈ ਐਸ ਕੋਈ ਅਫਸਰ ਕੋਈ ਆਈ ਏ ਐਸ ਜਿਹੜਾ ਆ ਉਹ ਤੁਹਾਡਾ ਅਗਰ ਪ੍ਰੋਫੈਸ ਲਿਖੇ ਮੈਨੂੰ ਜ਼ਿਆਦਾ ਅੱਛਾ ਲੱਗਦਾ, ਅਤੇ ਮੈਂ ਤਾਂ ਜਸਟ ਪ੍ਰੋਫੈਸਰ ਹਾਂ, ਔਰ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰੋਫੈਸਰ ਨੇ, ਮਤਲਬ ਮੈਂ ਜੋ ਆਪਣੀ ਗੱਲ ਸੀ ਇਹਨਾਂ ਨੂੰ ਜ਼ਰੂਰ ਨਿਵੇਕ ਕੀਤੀ, ਇਹਨਾਂ ਨੂੰ ਚੰਗੀ ਲੱਗੀ ਮਾੜੀ ਲੱਗੀ ਮੈਂ ਇਹ ਗੱਲ ਕੁਛ ਵੀ ਨਹੀਂ ਕਹਿ ਸਕਦਾ, ਕੋਈ ਇਹ ਜਾਣਦੇ ਨਹੀਂ ਜ਼ਿਆਦਾ। ਇਸ ਲਈ ਮਤਲਬ ਜਿਹੜੀ ਬੁੱਕ ਹੈਗੀ ਆ ਇਹਨਾਂ ਨੇ ਜਿਹੜੀ ਲਿਖੀ ਹੈਗੀ ਆ ਉਹ ਬਹੁਤ ਹੀ ਵਧੀਆ ਕਿਤਾਬ ਆ ਬੁੱਢਾ ਮੰਡੀ ਦੇ ਬਾਰੇ, ਕਿਉਂਕਿ ਜੋ ਸਾਨੂੰ ਗਿਆਨ ਆ, ਜੋ ਸਾਨੂੰ ਨੌਲੇਜ ਆ ਇੱਥੋਂ ਹੀ ਮਿਲੇਗਾ। ਤੋ ਮੈਂ ਜ਼ਿਆਦਾ ਬੁੱਢਾ ਉਹਦੇ ਸੀ ਕਾਫ਼ੀ
ਵਕਤ ਆ ਜਿਹੜਾ ਆ ਉਹ ਟਾਈਮ ਲੈ ਚੁੱਕੇ ਨੇ ਤਾਂ ਜ਼ਿਆਦਾ ਨਾਮ ਮਿਲਦਾ ਹੋਇਆ ਇਹੀ ਕਹਾਂਗਾ ਕਿ ਸਾਨੂੰ ਜਿਹੜੀ ਆ ਬੁੱਕਸ ਆ ਉਹ ਪੜ੍ਹਨੀ ਚਾਹੀਦੀ ਆ ਕਿਉਂਕਿ ਇਹਨਾਂ ਨੇ ਬਹੁਤ ਮਿਹਨਤ ਦੇ ਨਾਲ ਕਿਤਾਬ ਲਿਖੀ ਆ ਬਹੁਤ ਵਧੀਆ ਕਿਤਾਬ ਲਿਖੀ ਹੋਏਗੀ ਔਰ ਅਸੀਂ ਉਹਨੂੰ ਪੜ੍ਹ ਕੇ ਉਹਦੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਔਰ ਪਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਹੀ ਸਿਹਤਮੰਦ ਰੱਖੇ ਇਸੇ ਤਰ੍ਹਾਂ ਹੀ ਹੋਰ ਕਿਤਾਬਾਂ ਜਿਹੜੀਆਂ ਨੇ ਉਸ ਮਾਰਗ ਦੀ ਝੋਲੀ ਪਾਉਂਦੇ ਰਹਿਣ ਥੈਂਕ ਯੂ ਵੈਰੀ ਮਚ ਜੈ ਸ਼੍ਰੀ ਜੀ ਜੈ ਹਾਂ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਬਲਬੀਰ ਚੰਦਰ ਜੀ ਜਿਨ੍ਹਾਂ ਨੇ ਆਪਣੀ ਸਪੀਚ ਦੇ ਵਿੱਚ ਦੱਸਿਆ ਕਿ ਸਭ ਉਹਨਾਂ ਦੀ ਕਾਮਯਾਬੀ ਦੇ ਪਿੱਛੇ ਵੀ ਉਹਨਾਂ ਦੀ ਵਾਈਫ ਮਤਲਬ ਭੂਆ ਜੀ ਉਹਨਾਂ ਦਾ ਹੱਥ ਹੈ ਅਤੇ ਅੱਜ ਦਾ ਜੋ ਬੈਨਰ ਹੈ ਉਹ ਵੀ ਅਗਰ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਤਾਂ ਰਮੇਸ਼ ਚੰਦਰ ਜੀ ਦੇ ਨਾਲ ਮੇਰੀ ਤਾਈ ਜੀ ਜੋ ਕਿ ਪਿੱਛੇ ਦਸੰਬਰ ਦੇ ਵਿੱਚ ਸਾਨੂੰ ਵਿਛੋੜਾ ਦੇ ਗਏ ਉਹ ਉਹਨਾਂ ਦੀ ਉਹਨਾਂ ਨੇ ਲਿਖਿਆ ਹੋਇਆ ਕਿ ਲਵਿੰਗ ਮੈਮਰੀ ਦੇ ਵਿੱਚ ਪਰ ਉਹ ਪ੍ਰੇਰਣਾ ਦੇ ਸਰੋਤ ਵੀ ਸਨ ਉਹ ਅਕਸਰ ਸਾਨੂੰ ਵੀ ਪਰਿਵਾਰ ਦੇ ਵਿੱਚ ਕਿਹਾ ਕਰਦੇ ਸਨ ਕਿ ਬੇਟਾ ਅਗਰ ਜਦੋਂ ਕੋਈ ਵੀ ਪੜ੍ਹ ਰਿਹਾ ਹੈ ਪੜ੍ਹ ਲਿਖ ਰਿਹਾ ਹੈ ਕੋਈ ਬੱਚਾ ਪੜ੍ਹ ਲਿਖ ਰਿਹਾ ਹੈ ਜਾਂ ਕੋਈ ਵੱਡਾ ਪੜ੍ਹ ਲਿਖ ਰਿਹਾ ਹੈ ਕੋਈ ਬਹੂ ਪੜ੍ਹ ਲਿਖ ਰਹੀ ਹੈ ਜਾਂ ਕੋਈ ਧੀ ਪੜ੍ਹ ਲਿਖ ਰਹੀ ਹੈ ਉਹਨੂੰ ਕਦੇ ਵੀ ਡਿਸਟਰਬ ਨਾ ਕਰੋ ਕੋਈ ਹੋਰ ਕੰਮ ਕਰਨ ਦੇ ਲਈ ਫੋਰਸ ਨਾ ਕਰੋ ਜਦੋਂ ਤੱਕ ਕਿ ਕੋਈ ਬੱਚਾ ਜਾਂ ਕੋਈ ਵੀ ਪੜ੍ਹ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਤਾਇਆ ਦੀ ਜਦੋਂ ਵੀ ਪੜ੍ਹਦੇ ਸੀ ਕਿਉਂਕਿ ਬਹੁਤ ਸਾਰੀ ਤਰੱਕੀ ਜਿਹੜੀ ਆ ਉਹਨਾਂ ਨੇ ਸ਼ਾਦੀ ਤੋਂ ਬਾਅਦ ਕੀਤੀ ਵਿਆਹ ਤੋਂ ਬਾਅਦ ਜੋ ਉਹਨਾਂ ਦੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਤਰੱਕੀ ਹੋਈ ਹੈ ਅਤੇ ਉਹ ਕਿਹਾ ਕਰਦੇ ਸੀ ਕਿ ਮੈਂ ਕਦੀ ਵੀ ਉਹਨਾਂ ਨੂੰ ਡਿਸਟਰਬ ਨਹੀਂ ਕੀਤਾ ਘਰ ਦੀਆਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਉਹ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ ਵੀ ਤੋ ਸ਼ਾਇਦ ਉਸੇ ਸਦਕਾ ਉਹ ਅੱਜ ਇਸ ਮੁਕਾਮ 'ਤੇ ਪਹੁੰਚੇ ਨੇ ਅਸੀਂ ਹੁਣ ਪ੍ਰੋਗਰਾਮ ਦੀ ਸਮਾਪਤੀ ਵੱਲ ਹਾਂ ਇਸ ਤੋਂ ਪਹਿਲਾਂ ਕਿ ਸ਼੍ਰੀ ਪਰਮ ਨਾਂ ਤੋਂ ਰੱਖਿਆ ਕਿ ਬੂਟਾ ਮੰਡੀ ਇਸਦਾ ਨਰਮ ਸੈਂਟਰ ਆਫ ਚੇਤਨਾ
ਸੋ ਅਗਰ ਅਸੀਂ ਪੰਜਾਬ ਦੇ ਅੰਦਰ ਇੱਕ ਦਲਿਤਾਂ ਦੀ ਪਹਿਚਾਣ ਨੂੰ ਬਣਾਉਣਾ ਜਾਂ ਮਜ਼ਬੂਤ ਵੀ ਇਹ ਤਾਂ ਬਹੁਤ ਬੜਾ ਕੰਮ ਆ ਜਿਹੜਾ ਅਸੀਂ ਹੱਥ ਵਿੱਚ ਲੈ ਲਿਆ। ਇਹ ਇੱਕ ਕਿਤਾਬ ਲਿਖਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ। ਬੂਟਾ ਮੰਡੀ ਜਿਹੜੀ ਹੈ 100 ਸਾਲ ਦਾ ਹੋ ਗਿਆ। ਮੈਂ ਇਸ ਤੋਂ ਵੀ ਅੱਗੇ ਜਦੋਂ ਮੈਂ ਲੋਕਾਂ ਨਾਲ ਮਿਲਿਆ ਦੇਖਿਆ ਕਿ ਇਹ 100 ਸਾਲ ਪੂਰੇ ਕਰ ਗਈ ਹੈ, ਲੇਕਿਨ ਇਸ ਤੋਂ ਵੀ ਜ਼ਿਆਦਾ ਜਿਹੜੀ ਬੂਟਾ ਮੰਡੀ ਦੀ ਵਸੋਂ ਹੈਗੀ ਹੈ, ਇਹਦਾ ਜਿਹੜਾ ਮੁੱਢ ਵੱਜਿਆ ਹੈਗਾ ਉਹ 100 ਤੋਂ ਵੀ ਉੱਪਰ ਚਲੇ ਜਾਂਦਾ। ਕਿਉਂਕਿ ਮੈਂ ਬੂਟਾ ਮੰਡੀ ਦੀ ਇੱਕ ਰਜਿਸਟਰੀ ਦੇਖੀ ਹੈ ਜਿਹੜੀ 1921 ਦੇ ਅੰਦਰ ਬਣੀ ਹੋਈ ਹੈ। ਤੋ ਕਹਿਣ ਦਾ ਮਤਲਬ ਕਿ ਬੂਟਾ ਮੰਡੀ ਜਿਹੜੀ ਹੈਗੀ ਆ, ਮੇਰੇ ਹਿਸਾਬ ਨਾਲ ਇਹਨੂੰ ਲਿਖਾਂਗੇ ਅੱਗੇ ਹੋਰ ਬੂਟਾ ਮੰਡੀ ਦਾ ਇਤਿਹਾਸ ਲਿਖਾਂਗੇ ਕਿ ਅੱਜ 100 ਸਾਲ ਨਹੀਂ, ਇਹਨੂੰ 125 ਸਾਲ ਹੋ ਗਿਆ ਬਸਤੀ ਨੂੰ। ਇਹ ਡਾਕੂਮੈਂਟਡ ਹੈ। ਤੋ ਇਹ ਡਾਕੂਮੈਂਟ ਜਿਹੜੇ ਹੈਗੇ ਆ ਆਉਣ ਵਾਲੇ ਸਮੇਂ ਦੇ ਅੰਦਰ ਬੂਟਾ ਮੰਡੀ ਦੇ ਬਾਰੇ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ। ਦੂਸਰੀ ਗੱਲ ਇਹ ਜਿਹੜਾ ਮੈਂ ਇਹਦੇ ਵਿੱਚ ਆਰਟੀਕਲ ਲਿਖਿਆ, ਇੱਥੇ ਬੜੀ ਮਿਹਨਤ ਕੀਤੀ ਹੈ। ਇਹਨੂੰ ਮੈਂ 3 ਵਾਰੀ ਲਿਖਿਆ ਤਾਂ ਜਾ ਕੇ ਫਾਈਨਲ ਹੋਇਆ ਔਰ ਇਹਨੂੰ ਮੈਂ ਚੱਲਦਾ ਰੱਖਿਆ। ਇਹ ਖਤਮ ਨਹੀਂ ਹੈਗਾ, ਇਹਦੀ ਪਹਿਲੀ ਕਿਸ਼ਤ ਹੈ। ਤੋ ਇਸੇ ਕਰਕੇ ਮੈਂ ਆਰਟੀਕਲ ਦੇ ਵਿੱਚ ਲਿਖਿਆ ਕਿ ਅਗਰ ਕੋਈ ਸਾਥੀ ਬੂਟਾ ਮੰਡੀ ਦੇ ਬਾਰੇ ਕੁਛ ਜਾਣਦਾ ਤੇ ਮੇਰਾ ਫੋਨ ਨੰਬਰ ਹੈਗਾ, ਕਿਰਪਾ ਕਰਕੇ ਮੈਨੂੰ ਫੋਨ ਦੇ ਉੱਤੇ ਇੱਕ ਮਿਸ ਕਾਲ ਦਿਓ, ਮੈਂ ਤੁਹਾਡੇ ਕੋਲ ਆਵਾਂਗਾ ਔਰ ਬੂਟਾ ਮੰਡੀ ਦਾ ਜਿਹੜਾ ਇਤਿਹਾਸ ਹੈ, ਜਿਹੜੇ ਇਹਦੇ ਹੋਰ ਬਹੁਤ ਸਾਰੇ ਪੱਖ ਹੈ, ਉਹ ਵੀ ਲੋਕਾਂ ਸਾਹਮਣੇ ਲੈ ਕੇ ਆਵਾਂਗੇ। ਤੋ ਮੇਰੇ ਸਾਥੀ ਇਕਲੋ ਨਾਲ ਜੀ ਬੈਠੇ ਹੈ, ਇਹ ਵੀ ਸਾਡੇ ਬੁੱਧੀਜੀਵੀ ਹੈ, ਬੂਟਾ ਮੰਡੀ ਤੋਂ ਹੀ ਹੈ। ਤੋ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਆਓ ਆਪਾਂ ਇੱਕ ਸਿਰ ਜੋੜ ਕੇ ਬੈਠੀਏ ਤੇ ਬੂਟਾ ਮੰਡੀ ਤੇ ਪੰਜਾਬ ਦਾ ਸਾਰਾ ਜਿਹੜਾ ਦਲਿਤ ਹੈ, ਦਲਿਤ ਰਾਜਨੀਤੀ ਹੈ, ਦਲਿਤ ਚੇਤਨਾ ਹੈਗੀ ਹੈ, ਉਹ ਬੂਟਾ ਮੰਡੀ ਤੋਂ ਜਿਸ ਤਰ੍ਹਾਂ ਪਹਿਲਾਂ ਅਗਵਾਈ ਲੈਂਦੀ ਸੀ ਅੱਜ ਅਗਵਾਈ ਲੈਂਦੀ ਆ, ਸਮੇਂ ਆਉਣ ਵਾਲੇ ਸਮੇਂ ਦੇ ਵਿੱਚ ਬੂਟਾ ਮੰਡੀ ਤੋਂ ਅਗਵਾਈ ਲੈਂਦੀ ਰਹੇ। ਇਹਦੇ ਲਈ ਸਾਨੂੰ ਬੂਟਾ ਮੰਡੀ ਦਾ ਇਤਿਹਾਸ ਜਿਹੜਾ ਇਹ ਪਹਿਲੀ ਕਿਸ਼ਤ ਜਿਹੜੀ ਰਮੇਸ਼ ਚੰਦਰ ਜੀ ਨੇ ਸਾਹਮਣੇ ਲਿਆਉਂਦੀ ਹੈ, ਇਹਦੀਆਂ ਅਗਲਾ ਕਿਸ਼ਤਾਂ ਜਿਹੜੀਆਂ ਉਹਦੀ ਤਿਆਰੀ ਕਰਕੇ ਔਰ ਉਸਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਈਏ। ਇਹਦੇ ਲਈ ਮੈਂ 2 ਮਿੰਟ ਲੈ ਕੇ ਇੱਕ ਗੱਲ ਲਾਸਟ ਗੱਲ ਮੈਂ ਕਰਕੇ ਤੁਹਾਡਾ ਮਾਫੀ ਚਾਹਾਂ ਕਿ ਬੂਟਾ ਮੰਡੀ ਜਿਹੜਾ ਮੈਂ ਆਰਟੀਕਲ ਲਿਖਿਆ ਵਾ ਕਿ ਉਹਦੇ ਵਿੱਚ ਇੰਨੀ ਕੁ ਜਾਣਕਾਰੀ ਮੈਂ ਦੇਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਬੈਠਾ ਸੁਣ ਰਿਹਾ ਸੀ ਬੁਲਾਰਿਆਂ ਨੂੰ, ਤੇ ਮੈਂ ਆਪਣੇ ਆਰਟੀਕਲ ਨੂੰ ਹੀ ਤੋਲ ਰਿਹਾ ਸੀਗਾ ਕਿ ਉਹ ਕਿੱਥੇ ਖੜਾ ਆ। ਤੇ ਮੈਨੂੰ ਖੁਸ਼ੀ ਹੋ ਰਹੀ ਹੁਣ ਆਪਣੇ ਆਰਟੀਕਲ ਤੋੜ ਕੇ ਕਿ ਜਿੰਨੇ ਵੀ ਬੁਲਾਰੇ ਬੋਲੇ ਹੈ ਅਜੇ ਤੱਕ ਕੋਈ ਬੁਲਾਰਾ ਬੂਟਾ ਮੰਡੀ ਹੋਣ ਦੇ ਬਾਵਜੂਦ ਬੂਟਾ ਮੰਡੀ 'ਚ ਪੈਦਾ ਹੋਏ, ਲੇਕਿਨ ਇਸ ਪੱਖ ਨੂੰ ਜਿਹੜਾ ਰਮੇਸ਼ ਚੰਦਰ ਜੀ ਨੇ ਅੱਗੇ ਹੋ ਕੇ ਚੁੱਕਿਆ, ਇਸ ਪੱਖ ਨੂੰ ਅਸੀਂ ਇਸ ਕਰਕੇ ਦੋਸ਼ੀ ਹਾਂ ਕਿ ਅਸੀਂ ਅੱਜ ਨਹੀਂ ਅਣਗੌਲੀ ਰੱਖਿਆ। ਤੋ ਇਹ ਜਿਹੜਾ ਅਣਗੌਲਿਆ ਪੱਖ ਹੈ ਇਹਨੂੰ ਅਸੀਂ ਲੋਕਾਂ ਦੇ ਸਾਹਮਣੇ ਲਿਆਵਾਂਗੇ। ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਸੈਕਟਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ 2 ਮਿੰਟ ਮੈਨੂੰ ਆਖਰੀ ਜਵਾਬ ਦਾ ਮੌਕਾ ਦਿੱਤਾ ਔਰ ਰਮੇਸ਼ ਚੰਦਰ ਜੀ ਸਾਡਾ ਬਹੁਤ ਬਹੁਤ ਸਭ ਤੋਂ ਪਹਿਲਾਂ ਮੇਰਾ ਮੈਂ ਇਸ ਗੱਲ ਦਾ ਬਹੁਤ ਧੰਨਵਾਦ ਕਰਦਾ ਕਿ ਮੇਰੇ ਬਹੁਤ ਸਾਰੇ ਮਿੱਤਰ ਹੀ ਨਹੀਂ ਅਸੀਂ ਗ੍ਰੈਜੂਏਟ ਕਰ ਰਹੇ ਹਾਂ। ਅਗਰ ਸਰ ਰਮੇਸ਼ ਚੰਦਰ ਜੀ ਨੇ
ਆਪਣੇ ਰੂਟੀਨ ਤੋਂ ਵੱਧ ਡੈਵੀਏਟ ਕਰਕੇ ਜ਼ਰੂਰ ਹੋਏਗਾ ਡਾਕਟਰ ਮਾਰਕ ਜੈਕਬਸਨ ਨੂੰ ਮੈਂ
ਜਿਹੜੇ ਕੈਲੀਫੋਰਨੀਆ ਦੇ ਹੈ ਉਸ ਵੇਲੇ ਹੈਡ ਆਫ ਦ ਡਿਪਾਰਟਮੈਂਟ ਸੀਗੇ ਸੋਸ਼ਲ ਵਾਲੇ ਸੀਗੇ ਉਹ ਜਦੋਂ ਅਸੀਂ ਗ੍ਰੈਜੂਏਸ਼ਨ ਕਰਦੇ ਸੀ 70-71 ਦੇ ਵਿੱਚ ਉਹ ਇੰਡੀਆ 'ਚ ਆਏ ਇਸੇ ਜਗ੍ਹਾ ਤੋਂ ਪਾਕਿਸਤਾਨ ਨੂੰ ਮਿਲੇ ਮਾਇਡੋ ਦੇ ਪਾਕਿਸਤਾਨ ਦੀ ਗੱਲ ਹੋਈ ਸੀ ਮੰਗੂ ਰਾਮ ਜਸ ਪਾਰਟ ਦਾ ਨਾਂ ਸੀ ਉਹਨਾਂ ਨੂੰ ਮਿਲੇ ਮੈਨੂੰ ਵੀ ਮਿਲੇ ਔਰ ਮੈਨੂੰ ਖੁਸ਼ੀ ਆ ਕਿ ਚਾਰ ਲਾਭ ਜਿਹੜੇ ਉਹ ਬ੍ਰਿਟਿਸ਼ 'ਚ ਦਿੱਤੇ ਉਹਦੇ ਇੱਕ ਮੇਰਾ ਲਾਭ ਸੀ ਕਿਉਂਕਿ 3.5 ਸਾਲ ਉਹਨਾਂ ਨੇ ਆਇਆ ਤਾਂ ਕੋਵਰ ਚੈੱਕਅਪ ਕੀਤਾ ਤਾਂ ਇਸ ਬੁੱਕ ਦੇ ਵਿੱਚ ਮੈਂ ਦੇਖਦੇ ਇਹ ਕਹਿ ਸਕਦਾ ਕਿ ਉਹ ਇੱਕ ਐਸੀ ਪਹਿਲੀ ਕਿਤਾਬ ਸੀ ਜਿਹੜੀ ਦਲਿਤ ਚੇਤਨਾ ਦੇ ਉੱਤੇ ਜਾਂ ਬੂਟਾ ਮੰਡੀ ਦੇ ਉੱਤੇ ਵੀ ਚੈਪਟਰ ਇੱਕ ਬਣਾਇਆ ਟਾਈਟਲ ਆਫ ਦਾ ਬੋਟ ਟਾਈਟਲ ਸੀਗਾ ਉਹਦਾ ਮੋਡੈਲਿਟੀ ਮਾਡਲ ਆਫ ਮੋਡੈਲਿਟੀ ਉਹਦਾ ਨਹੀਂ ਟਾਈਟਲ ਜਿਹੜਾ ਬੁੱਕ ਦਾ ਟਾਈਟਲ ਆ ਰਿਲੀਜੀਅਸ ਐਜ ਸੋਸ਼ਲ ਰੀਜ਼ਨ ਉਹ ਰੀਪ੍ਰਿੰਟ ਹੋਇਆ ਬਾਅਦ ਦੇ ਵਿੱਚ ਸਾਰਾ ਹੈ ਬਾਅਦ ਵਿੱਚ ਰੀਪ੍ਰਿੰਟ ਹੋਇਆ ਗਿਆ ਚੀਫ ਮਿਨਿਸਟਰ ਦੁਆਰਾ ਰਿਲੀਜੀਅਸ ਰਿਬੈਲ ਆਫ ਮੰਡੀਆ ਮੈਨੂੰ ਖੁਸ਼ੀ ਆ ਬਈ 45 ਸਾਲ ਦੇ ਬਾਅਦ ਫਿਰ ਵੀ ਮੈਨੂੰ ਮਿਲਣਾ ਹੈ ਅੱਜ ਵੀ ਮੈਂ ਉਹਨਾਂ ਦਾ ਇੰਤਜ਼ਾਰ ਹੈ ਮੈਡਮ ਬਬੀਤਾ ਕਲੇਰ ਜੀ ਨੇ ਬਹੁਤ ਹੀ ਗੰਭੀਰ ਵਿਸ਼ੇ ਜਿਹੜੇ ਆ ਆਪਣੇ ਐਡਰੈਸ ਦੇ ਵਿੱਚ ਉਠਾਏ ਆ ਜੇ ਕਿਸੇ ਦੇ ਰਹਿਣ ਉਹ ਵੇਖ ਕੇ ਮੇਰਾ ਕੱਲ੍ਹ ਤਿੰਨ ਚਾਰ ਐਸੀ ਗੱਲਾਂ ਉਹਨਾਂ ਨੇ ਕਹੀਆਂ ਕਿ ਪਿਛੋਕੜ ਆਪਣਾ ਯਾਦ ਰੱਖਣਾ ਜਾਂ ਉਹਨੂੰ ਸੰਭਾਲਣਾ ਆਪਣੇ ਵਿਰਸੇ ਨੂੰ ਉਹ ਵੀ ਬਹੁਤ ਜ਼ਰੂਰੀ ਆ ਲੇਕਿਨ ਉਹਦੇ ਨਾਲ ਨਾਲ ਪ੍ਰੈਜੈਂਟ ਸਿਚੁਏਸ਼ਨ ਦੇ ਵਿੱਚ ਕਿੱਥੇ ਖੜ੍ਹੇ ਹਾਂ ਅਸੀਂ ਸਾਡੀ ਜਿਹੜੀ ਅਗਲੀ ਜਨਰੇਸ਼ਨ ਆ ਉਹ ਕੀ ਉਹ ਟੈਂਪੋ ਮੇਨਟੇਨ ਕਰ ਰਹੀ ਹੈ ਜਿੱਦਾਂ ਰਮੇਸ਼ ਜੀ ਨੇ ਕਿਤੇ ਜ਼ਾਹਰ ਕੀਤਾ ਇਸ ਤਰ੍ਹਾਂ ਸਾਰੇ ਦੇ ਵਿੱਚ ਹੀ ਹੈ ਸਾਡੇ ਦੇ ਵੀ ਚੰਗਾ ਕਰ ਕਿਉਂਕਿ ਯੂਨਿਟੀ ਇੱਕ ਐਸੀ ਗੱਲ ਹੈ ਜਿੰਨਾ ਏਰੀਆ ਛੋਟਾ ਹੋ ਜਾਂਦਾ ਹੈ ਇੱਕ ਬੜੀ ਪ੍ਰੋਬਲਮ ਆ ਪ੍ਰੈਕਟੀਕਲ ਪ੍ਰੋਬਲਮ ਹੈ ਕਿ ਓਨੀ ਜਿਹੜੀ ਆ ਪਰਸਨਲਾਈਜ਼ਡ ਜਿਹੜਾ ਗੱਲ ਹੈ ਉਹ ਜ਼ਿਆਦਾ ਇਸ਼ੂ ਆ ਜਾਂਦੇ ਆ ਉਹ ਸਾਡਾ ਜਿਹੜਾ ਇੱਕ ਤੋਂ ਜ਼ਿਕਰ ਕੀਤਾ ਕਿਸੇ ਗੱਲ ਦੇ ਉਹਦੇ 'ਚ ਇੱਦਾਂ ਦਾ ਵੀ ਕੋਈ ਗੱਲ ਨਹੀਂ ਐਨੀਵੇ ਟੋਟਲ ਬਣਾ ਕੇ ਬਹੁਤ ਵੱਡਾ ਇਹਨਾਂ ਦਾ ਪ੍ਰਸ਼ਾਂਤ ਹੈ ਇਸ ਉਮਰ ਦੇ ਵਿੱਚ ਲਗਾਤਾਰ ਕੋਈ ਕੰਮ ਕਰਨਾ ਕੰਟੀਨਿਊਟੀ ਰੱਖਣੀ ਕਿਸੇ ਕੰਮ ਦੇ ਵਿੱਚ ਆਪਣੇ ਆਪ ਬਹੁਤ ਵੱਡੀ ਗੱਲ ਹੈ ਬਸ ਇਸ ਗੱਲ ਦੇ ਬਾਵਜੂਦ ਕਿ ਉਹਨਾਂ ਦੇ ਜੀਵਨ ਸਾਥੀ ਉਹ ਚਲੇ ਗਏ ਇਹਨਾਂ ਨੇ ਆਪਣਾ ਕੰਮ ਜਿਹੜਾ ਉਸ ਦੁੱਖ ਤੋਂ ਥੋੜ੍ਹਾ ਬਾਹਰ ਤਾਂ ਨਹੀਂ ਨਿਕਲ ਸਕਦੇ ਕਿਉਂਕਿ ਜੀਵਨ ਭਰ ਤਾਂ ਰਹਿਣਾ ਲੇਕਿਨ ਫਿਰ ਵੀ ਇਹ ਕੰਮ ਨੂੰ ਕੰਪਲੀਟ ਕੀਤਾ ਮੈਂ ਬਹੁਤ ਬਹੁਤ ਵਧਾਈ ਦਿੰਦਾ ਔਰ ਉਮੀਦ ਕਰਦਾ ਇਸ ਬੁੱਕ ਦੇ ਉੱਤੇ ਮੈਨੂੰ ਕੰਮ ਹੋਏਗਾ ਜਿੱਦਾਂ ਦਸ਼ਰਤ ਜੀ ਨੇ ਕਿਹਾ ਵੈਸੇ 100 ਸਾਲ ਹੀ ਆ ਇਹ ਮੈਂ ਕਹਿ ਰਿਹਾ ਕਿ ਅੱਜ ਤੱਕ ਦੀ ਜਿਹੜੀ ਹਿਸਟਰੀ ਔਰ ਐਵੀਡੈਂਸ ਆ ਉਹ ਬਾਅਦ ਦੀ ਬੁੱਕ ਦੇ ਵਿੱਚ ਕਈ ਜਗ੍ਹਾ ਦੇਖਿਆ ਗਿਆ ਜਾਤੀ ਤੌਰ 'ਤੇ ਕੋਈ ਜ਼ਮੀਨ ਲੈਣੀ ਹੋਰ ਗੱਲ ਦੱਸਦੇ ਆ ਕਿ ਕਲੋਨੀ ਜਾਂ ਏਰੀਆ ਬਣਾਉਣਾ ਜਿਹੜਾ ਉਹ 2 ਫੈਮਲੀਆਂ ਇੱਕ ਫੈਮਲੀ ਦੇ ਤਲਾਬ ਵਿੱਚ ਬੈਠੇ ਆ ਖੁਦ ਦੀ ਆਏ ਫੈਮਲੀ ਤੋਂ ਕਲੇਅਰ ਫੈਮਲੀ ਸੇਖ ਕਿਸ਼ਨ ਦਾਸ ਜੀ ਉਹਨਾਂ ਦੇ ਬਜ਼ੁਰਗ ਸੇਖ ਗੁਲਾਬ ਦਾਸ ਜੀ
ਔਰ ਸਾਡੇ ਬਜ਼ੁਰਗ ਮਹਿਰ ਫੈਮਿਲੀ ਸ਼ੇਖ ਸੁੰਦਰ ਦਾਸ ਜੀ ਔਰ ਉਹਨਾਂ ਦੇ ਭਾਈ ਇਹ ਉਦੋਂ ਪਰਿਵਾਰ ਸੀਗੇ ਜਿਹੜੇ ਹਾਲਾਂਕਿ ਸਾਡਾ ਪਰਿਵਾਰ ਸਿੰਘ ਬਾਅਦ 'ਚ ਆਇਆ ਸੀ ਇਹ ਪਰਿਵਾਰ ਉੱਥੇ ਪਹਿਲਾਂ ਆਇਆ ਸੀ ਅਤੇ 24-25 ਦੇ ਆਸ ਪਾਸ ਸੀਗਾ 100 ਸਾਲਾਂ ਬਣਾ ਲਈਏ ਫਿਰ 125 ਸਾਲਾਂ ਦਾ ਤੁਹਾਡਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਔਰ ਮੈਂ ਖਾਸ ਕਰਕੇ ਫਿਰ ਇੱਕ ਵਾਰੀ ਸਰਵੇ ਜੀ ਦਾ ਖਾਸ ਕਰਕੇ ਉਹਨਾਂ ਨੂੰ ਵਧਾਈ ਦਿੰਦੇ ਹੋਏ ਧੰਨਵਾਦ ਕਰਦਾ ਕਿ ਉਹਨਾਂ ਨੇ ਜੋੜੇ ਮੰਚ ਤੋਂ ਤੁਹਾਡੇ ਨਾਲ ਰੋਕਣ ਦਾ ਮੌਕਾ ਦਿੱਤਾ ਜੈ ਪੀਓ ਜੈ ਭਾਰਤ ਬਹੁਤ ਬਹੁਤ ਸ਼ੁਕਰੀਆ ਸ਼੍ਰੀ ਮਨੋਹਰ ਲਾਲ ਜੀ ਜੀ ਬੂਟਾ ਮੰਡੀ ਤੋਂ ਹੀ ਰਮੇਸ਼ ਚੰਦਰ ਜੀ ਦੇ ਨਾਲ ਜਿਹਦੇ ਤੋਂ ਬਚਪਨ ਤੋਂ ਹੀ ਸਾਥੀ ਰਹੇ ਨੇ ਅਤੇ ਮੈਂ ਕਿਉਂਕਿ ਸਮਾਂ ਬਹੁਤ ਹੋ ਚੁੱਕਾ ਹੈ ਔਰ ਅੰਬੈਸਡਰ ਰਮੇਸ਼ ਚੰਦਰ ਜੀ ਹਮੇਸ਼ਾ ਹੀ ਸਮੇਂ ਦੇ ਪਾਬੰਦ ਦੇ ਤੌਰ 'ਤੇ ਉਹ ਜਾਣੇ ਜਾਂਦੇ ਨੇ ਅਤੇ ਐਚ ਐਮ ਬਿਰਦੀ ਜੀ ਉਹਨਾਂ ਨੂੰ ਇੱਕ ਦੋ ਮਿੰਟ ਲਈ ਰਿਕੁਐਸਟ ਕਰਾਂ ਅਤੇ ਉਸ ਤੋਂ ਬਾਅਦ ਅਸੀਂ ਕਰਮਜੀਤ ਮੇਰੇ ਜੀ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਐਚ ਐਮ ਬਿਰਦੀ ਜੀ ਸੈਕਟਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਕੰਗਰੈਚੁਲੇਸ਼ਨ ਮੈਂ ਰਮੇਸ਼ ਚੰਦਰ ਜੀ ਨੂੰ ਪਾਸ ਨਹੀਂ ਕਰਿਆ ਸੀ ਮੈਂ ਸਕੂਲ ਤੋਂ ਕਹਿ ਰਿਹਾ ਔਰ ਇਹ ਬਹੁਤ ਅੱਛੀ ਗੱਲ ਹੈ ਕਿਉਂਕਿ ਮੈਂ ਅੰਗਰੇਜ਼ਾਂ ਨੂੰ ਕਹਿੰਦਾ ਪਿਛਲੇ 56 ਸਾਲ ਤੋਂ ਅੰਗਰੇਜ਼ਾਂ ਦੀ ਖੂਬੀ ਆ ਕਿ ਉਹ ਹਰ ਗੱਲ ਨੂੰ ਡਾਕੂਮੈਂਟ ਕਰਦੇ ਕੋਈ ਛੋਟੀ ਮੋਟੀ ਗੱਲ ਹੋਵੇ ਉਹਨੂੰ ਡਾਕੂਮੈਂਟ ਕਰਦੇ ਔਰ ਕਿਉਂਕਿ ਸਾਡੇ ਕੋਲ ਐਜੂਕੇਸ਼ਨ ਨਹੀਂ ਸੀ ਅਸੀਂ ਆਪਣੀ ਹਿਸਟਰੀ ਦੀਆਂ ਉਹ ਡਾਕੂਮੈਂਟ ਨਹੀਂ ਕਰ ਸਕੇ ਸੋ ਰਮੇਸ਼ ਚੰਦਰ ਜੀ ਜਿਹੜਾ ਬੂਟਾ ਮੰਡੀ ਦਾ ਇਤਿਹਾਸ ਲੱਗਿਆ ਇੱਕ ਬਹੁਤ ਵੱਡਾ ਕੰਮ ਆ ਆਮ ਆਦਮੀ ਨਹੀਂ ਕਰ ਸਕਦਾ ਜੇਕਰ ਅਗਰ ਆਪਾਂ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ 'ਤੇ ਬਹੁਤ 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 ਪੁਰਾਣਾ ਹੈ ਇਹ ਠੀਕ ਆ ਕਿ ਜਿਹਨਾਂ ਦੇ ਹੱਥ ਵਿੱਚ ਕਲਮ ਸੀ ਉਹਨੇ ਇਹ ਦੱਸ ਦਿੱਤਾ ਵੀ ਜਿਹੜਾ ਜਾਦਮ ਹਾਰਿਆ ਉਹ ਕਿਸੇ ਰਿਸ਼ੀ ਦੇ ਨਾਂ ਦੇ ਉੱਤੇ ਆ ਲੇਕਿਨ ਨਹੀਂ ਜਿਹੜਾ ਜਲੰਧਰ ਆ ਇਹ ਸਿੰਧੂ ਘਾਟੀ ਦੇ ਸਮੇਂ ਦਾ ਜ਼ਿਆਦਾ ਹੱਥ ਨਾਂ ਹੁੰਦਾ ਸੀਗਾ ਜਿਹੜਾ ਆਖਰੀ ਬੁੱਧ ਸਵਰਾਜ ਹਰਸ਼ ਵਰਧਨ ਅਸੀਂ ਸੁਣਿਆ ਉਹਨਾਂ ਵਿਦਵਾਨ ਦਾ ਨਾਂ ਹਿਮੂਨ ਸਾਹਿਬ ਜਦੋਂ ਉਹ ਦਲੰਦਰਾ ਤੋਂ ਪੜ੍ਹ ਕੇ ਚੀਨ ਵਾਪਸ ਜਾਣਾ ਸੀਗਾ ਅਤੇ ਹਰਸ਼ ਵਰਧਨ 643 ਈਸਵੀ ਦੇ ਵਿੱਚ ਉਹਨਾਂ ਨੂੰ ਜਲੰਧਰ ਤੱਕ ਜਦੋਂ ਜਾਣਾ ਦਾ ਸੀਗਾ ਉਹ ਛੱਡਣ ਆਏ ਸੀਗੇ ਔਰ ਉਹ ਹਿਮੂਨ ਸਾਹਿਬ ਆਪਣੀ ਕਿਤਾਬ ਵਿੱਚ ਲਿਖਦੇ ਆ ਕਿ ਮੈਂ ਜਾਣਾ ਦਾਸ ਦੇ ਵਿੱਚ 100 ਬੁੱਧ ਵਿਹਾਰ ਵਿਜ਼ਿਟ ਕੀਤਾ ਉਹ ਕਿਤਾਬ ਹਿੰਦੀ ਵਿੱਚ ਬਹੁਤ ਬਹੁਤ ਦੂਰ ਤੋਂ ਛਪ ਚੁੱਕੀ ਆ ਸੋ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਸੀ ਇਹਨਾਂ ਨੂੰ ਵਧਾਈਆਂ ਦਿੱਤੀਆਂ ਸੀ ਅਤੇ ਪਹਿਲੀ ਮੁਲਾਕਾਤ ਇਹਨਾਂ ਦੇ ਨਾਲ 2 ਸਾਲ ਪਹਿਲਾਂ ਜਦੋਂ ਸਾਡੇ ਫੈਡਰੇਸ਼ਨ ਦੇ ਪ੍ਰਧਾਨ ਸੰਤੋਸ਼ ਦਾਸ ਨੇ ਅੰਬੇਡਕਰ ਦੀ ਲੰਡਨ ਕੀਤੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਇੰਡੀਆ ਆ ਰਿਹਾ ਅਤੇ ਉਹਨਾਂ ਨੂੰ ਕਿਤਾਬ ਦਿੱਤੀ ਇੱਕ ਕਿਤਾਬ ਐਲਆਰ ਬਾਈ ਨੂੰ ਭੇਟ ਕਰਨੀ ਆ ਇੱਕ ਕਿਤਾਬ ਰਮੇਸ਼ ਚੰਦਰ ਜੀ ਨੂੰ ਭੇਟ ਕਰਦੀ ਹਾਂ ਅਤੇ ਮੈਂ ਉਹਨੂੰ ਪਿਛਲੇ ਮੀਟਿੰਗ ਦੇ ਵਿੱਚ ਬੈਠਾ ਸੀ ਔਰ ਬੜੀ ਖੁਸ਼ੀ ਅਤੇ ਸੰਤੋਸ਼ ਦਾਸ ਵੀ ਆ ਤੁਹਾਡਾ ਜ਼ਿਕਰ ਕਰਦੇ ਰਹਿੰਦੇ ਸੀਗੇ ਰਮੇਸ਼ ਚੰਦਰ ਜੀ ਅਤੇ ਮੈਂ ਬਹੁਤ ਛੋਟੀ ਉਮਰ 'ਚ ਇੰਗਲੈਂਡ ਚਲੇ ਗਿਆ ਸੀਗਾ ਜਦੋਂ ਜਲੰਧਰ ਆਉਂਦੇ ਸੀ ਸੀਗੇ ਪਹਿਲੀ ਵਾਰੀ ਦਾ ਮੈਂ ਆਪਣੀ ਲਾਈਫ ਵਿੱਚ 1977 ਵਿੱਚ ਜਲੰਧਰ ਬਾਣੀ ਤੁਹਾਨੂੰ ਮੈਂ ਅਤੇ ਇਸ ਕਰਕੇ ਮੈਂ ਜੀਵਨ ਜਲੰਧਰ ਦੇ ਬਾਰੇ ਜਿਹੜੀ ਥੋੜ੍ਹੀ ਬਹੁਤ ਨੌਲੇਜ ਆ ਹਜ਼ਾਰਾਂ ਸਾਲ ਪਹਿਲਾਂ ਉਹ ਮੈਂ ਤੁਹਾਨੂੰ ਦੱਸ ਦਿੱਤੀ ਆ ਔਰ ਮੈਂ ਕਹਿੰਦਾ ਹਰ ਸ਼ਹਿਰ ਦੇ ਉੱਤੇ ਰਿਸਰਚ ਕਰਕੇ ਜਿਹੜੀ ਸਾਡੀ ਹਿਸਟਰੀ ਆ ਉਹ ਨਹੀਂ ਚਾਹੀਦੀ ਆ ਲੇਕਿਨ ਉਹ ਜਿਹੜੀ ਹਿਸਟਰੀ ਸਾਡੀ ਆ ਉਹ ਦਬਾ ਦਿੱਤੀ ਆ ਸਾਡੇ ਵਿਰੋਧੀਆਂ ਨੇ ਉਹ ਬੜੀ ਮੁਸ਼ਕਲ ਨਾਲ ਸਾਨੂੰ ਸੂਦ ਦੇ ਨਾਲ ਕਹਿੰਦੇ ਪੈਂਦੀਆਂ ਤਾਂ ਪਤਾ ਵੀ ਇਹਨਾਂ ਨੂੰ ਡੈਮੇਜ ਹੋ ਸਕਦੀ ਆ ਤਾਂ ਮੈਂ ਤਾਂ ਸਿਰਫ ਬਹੁਤ ਬਹੁਤ ਧੰਨਵਾਦ ਕਰਦਾ ਹਾਲਾਂਕਿ ਅੱਜ ਲੁਧਿਆਣੇ ਵੀ ਪ੍ਰੋਗਰਾਮ ਸੀਗਾ ਲੇਕਿਨ ਮੈਂ ਕਿਹਾ ਨਹੀਂ
ਮੈਂ ਸਮਝ ਦਿੰਦਾ ਕਿ ਤੁਹਾਡੀ ਪ੍ਰੋਗਰਾਮ ਵਿੱਚ ਕਿਤਾਬ ਨੂੰ ਭੇਜੂਗੀ ਨਾ, ਮੈਂ ਵਿਦਿਆਰਥੀ ਦਾ ਪ੍ਰੋਗਰਾਮ ਕੈਸਲ ਕਰ ਰਿਹਾ। ਬਹੁਤ ਬਹੁਤ ਮੇਰੀਆਂ ਵਧਾਈਆਂ ਔਰ ਆਪਣੀ ਕਿਸਮਤ ਆਪਣੀ ਜਿਹੜੀ ਕਿਤਾਬ ਕੱਢ ਲਿਆ ਉਹਨੂੰ ਇਸੇ ਤਰ੍ਹਾਂ ਚਲਾਉਣ ਲੱਗਾ। ਬਾਰ ਬਾਰ ਇਹ ਕੰਮ ਰਹਿਣ ਦੀ ਜ਼ਰੂਰਤ ਹੈ ਕਿ ਇਸ ਉਮਰ ਦੇ ਵਿੱਚ ਕੀ ਗੱਲ ਬਣ ਰਹੀ ਹੈ ਹੈ ਜਾਣ ਬੁੱਝ ਕੇ ਅਸੀਂ ਉਹਨਾਂ ਨੂੰ ਬੜੇ ਬਣਾਈ ਜਾਂਦੇ ਹਾਂ। ਅੱਗੇ ਦਾ ਦਿਲ ਜਿਹੜਾ ਉਹ ਜਵਾਬ ਹੋਣਾ ਚਾਹੀਦਾ, ਉਮਰ ਦਾ ਕੁਛ ਵੀ ਹੁੰਦਾ ਹੈ। ਮੇਰੀ ਉਮਰ 72 ਸਾਲ ਦੀ ਆ, 72। ਮੈਂ ਆਪਣੇ ਆਪ ਨੂੰ ਕਦੇ ਵੀ ਘਬਰਾਇਆ ਨਹੀਂ ਹੈ ਬੰਦਿਆਂ ਨੂੰ ਜਾਣਦਾ। ਉਹ ਜਦੋਂ 40 ਕਰਦੇ ਆ ਉਹ ਆਪਣੀ ਘਰਵਾਲੀ ਨੂੰ ਨਿਆਣੇ ਨੂੰ ਕਹਿਣਾ ਸ਼ੁਰੂ ਕਰ ਦਿੰਦੇ ਆ ਅਤੇ ਕਾਕਾ ਮੈਂ ਬੋੜਾ ਹੋ ਗਿਆ। ਇਹ 72 ਸਾਲ ਦਾ ਮੈਂ ਤਾਂ ਬੋੜਾ ਨਹੀਂ ਹੋਇਆ ਔਰ ਅੱਗੇ 15-20 ਸਾਲ ਦਾ ਬੋੜਾ ਬੋੜਾ ਨਹੀਂ ਹੈ। ਬਹੁਤ ਬਹੁਤ ਸ਼ੁਕਰੀਆ ਸਰ। ਬਹੁਤ ਹੀ ਆਪਣੇ ਬਿਜ਼ੀ ਸ਼ਡਿਊਲ ਦੇ ਬਾਵਜੂਦ ਤੁਸੀਂ ਇੰਗਲਿਸ਼ ਪ੍ਰੋਗਰਾਮ ਨੂੰ ਤਰਜੀਹ ਦਿੱਤੀ ਅਤੇ ਮੈਂ ਹੁਣ ਰਿਕੁਐਸਟ ਕਰਾਂ ਸ਼੍ਰੀ ਪਰਮਜੀਤ ਸਿੰਘ ਜੀ ਕਿ ਉਹ ਮੰਚ 'ਤੇ ਹੋਣ ਅਤੇ ਆ ਕੇ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕਰਨ। ਸ਼੍ਰੀ ਪਰਮਜੀਤ ਸਿੰਘ ਜੀ ਜਨਰਲ ਭੇਜਿਆ ਸੀ ਸਕਾਟਲੈਂਡ ਦੇ ਵਿੱਚ
ਬਾਬਾ ਰਾਮਦੇਵ ਦਾ ਹੀ ਸ਼ੁਕਰ ਕਰਦਾ ਜਿਹਨਾਂ ਦੀ ਓਪਨਿੰਗ ਅੰਬੈਸਰ ਸਾਹਿਬ ਨੇ ਕੀਤੀ ਅਤੇ ਅਚਾਨਕ ਹੀ ਅਸੀਂ ਟੈਲੀਵਿਜ਼ਨ ਖੋਲ ਲਿਆ ਅਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਪਿਛਲਾ ਦਿਨ ਮੈਨੂੰ ਆਵਾਜ਼ ਮਾਰਤੀ ਪਰ ਤਾਂ ਇੱਕ ਭਾਜੀ ਬੋਲ ਰਹੇ ਭਾਜੀ ਬੋਲ ਰਹੇ ਜਦੋਂ ਮੈਂ ਉਹਨਾਂ ਦੇ ਬੋਲਣ ਦਾ ਲਹਿਜਾ ਉਸ ਵੇਲੇ ਥੋੜ੍ਹੇ ਧੱਕੇ ਨਹੀਂ ਸੀਗੇ ਧੱਕੇ ਤਾਂ ਅੱਜ ਵੀ ਆ ਚੰਗੇ ਆ ਹੈਂ ਔਰ ਜਦੋਂ ਉਹਨਾਂ ਨੇ ਬਖਸ਼ੀ ਬਹੁਤ ਸੋਹਣਾ ਹਿੰਦੀ ਦੇ ਵਿੱਚ ਬੜਾ ਭਾਸ਼ਣ ਹੋਇਆ ਬਾਬਾ ਰਾਮਦੇਵ ਨੇ ਉਸ ਸਿਫਰ ਦੇ ਵਿੱਚ ਕਹਿਣ ਕਿਹਾ ਗਣਪਤੀ ਤੁਸੀਂ ਤਾਂ ਬਹੁਤ ਅੱਛੇ ਵਕਤਾ ਬਹੁਤ ਸੋਹਣਾ ਬੋਲਦੇ ਬੜੀ ਅੱਛੀ ਹਿੰਦੀ ਦਾ ਲਹਿਜਾ ਹੈ ਪਰ ਗੁਰੂ ਦੇ ਕੋਈ ਪਕੜ ਹੈ ਚੰਗੀ ਸਰੋਚਾਰੀ ਤਾਂ ਅੱਜ ਵੀ ਕਰ ਰਹੇ ਨੇ ਸਰੋਚਾਰੀ ਹੁਣ ਵਿਰਾਸਤ ਪ੍ਰੋਗਰਾਮ ਵਿੱਚ ਵਿਰਾਸਤ ਦੇ ਵਿੱਚ ਜਦੋਂ ਕੋਈ ਮੰਗਾਇਆ ਤੋਂ ਕਹਿ ਸੀ ਤਾਂ ਉੱਥੇ ਉਹਨਾਂ ਨੇ ਜ਼ਰੂਰ ਦੇਖਣਾ ਪੂਰਾ ਕਰ ਰਾਮਦੇਵ ਜੀ ਨੇ ਕਿਹਾ ਕਿ ਅੱਜ ਓਪਨਿੰਗ ਤੁਸੀਂ ਕਰ ਦਿੱਤੀ ਹੈ ਕਲੋਜਿੰਗ ਵੀ ਤੁਸੀਂ ਕਰ ਲਈ ਕਲੋਜਿੰਗ ਜਦੋਂ ਕੀਤੀ ਉਹ ਪ੍ਰੋਗਰਾਮ ਦੇਖਣ ਵਾਲਾ ਸੀ ਇਹਨਾਂ ਦੀ ਸਿਰੋਚਾਰੀ ਦਾ ਅੰਦਾਜ਼ ਵੱਖਰਾ ਸੀ ਬੜਾ ਸੋਹਣਾ ਲੱਗ ਰਿਹਾ ਸੀ ਤਾਂ ਮੈਂ ਸਮਝਦਾ ਹਾਂ ਕਿ ਇਹਨਾਂ ਨੇ ਮਿਊਜ਼ਿਕ ਦੇ ਵਿੱਚ ਮੋਟਾਮੋਟੀ ਤੇ ਮੈਂ ਲੰਬਾ ਚੌੜਾ ਬੋਲਣਾ ਵੀ ਚਾਹੁੰਦਾ ਸੀ ਪਰ ਸਮੇਂ ਨਹੀਂ ਮਿਲਾ ਸਕਦਾ ਕਿਉਂਕਿ ਰਮੇਸ਼ ਚੰਦਰ ਜੇ ਰਮੇਸ਼ ਚੰਦਰ ਹੈ ਤਾਂ ਅੱਜ ਮੋਟਾਮੋਟੀ ਦੀ ਮਾਰ ਕਰੀ ਕਿਉਂਕਿ ਸਾਡੇ ਪੂਰਵਜਾਂ ਦਾ ਸਾਡੇ ਬਜ਼ੁਰਗਾਂ ਨੂੰ ਮੇਰੀ ਸੋਚ ਸੀ ਕਿ ਸਾਡੇ ਬੱਚੇ ਖੇਡਾਂ ਤਰੱਕੀਆਂ ਕਰਨ ਮੈਨੂੰ ਵਾਕਿਆ ਯਾਦ ਹੈ ਸਾਡੇ ਪਿਤਾ ਜੀ ਸਾਡੇ ਕੋਲੋਂ ਅਕਸਰ ਅਖਬਾਰਾਂ ਦੇ ਆਰਟੀਕਲ ਐਡੀਟੋਰੀਅਲਸ ਆਉਂਦੇ ਹੁੰਦੇ ਜੋ ਪੜ੍ਹੇ ਲਿਖੇ ਸੀ ਪਰ ਸਾਨੂੰ ਜਾਣ ਕੇ ਕਹਿੰਦੇ ਸੀ ਕਿ ਆਹ ਕਾਕਾ ਸੁਣਾ ਪੜ੍ਹ ਕੇ ਤਾਂ ਕਿ ਇੱਥੋਂ ਵੀ ਕੁਛ ਗਿਆਨ ਹੋ ਜਾਵੇ ਅਤੇ ਅਸੀਂ ਸੁਣਾਉਂਦੇ ਸੀ ਕੋਈ ਦਾਤੋਂ ਮਿਲਕਰ ਵੀ 1950 'ਚ ਮੁੱਦਾ ਮੰਡੀ ਆਏ ਜਦੋਂ ਇਸ ਧਰਤੀ ਦੇ ਆ ਰਹੇ ਇੰਸਟੀਟਿਊਸ਼ਨ ਚੱਲਦੀ ਅਤੇ ਕਾਰੋਬਾਰ ਅਤੇ ਬਜ਼ੁਰਗ ਸਾਡੇ ਸੁਣਾਉਂਦੇ ਹੁੰਦੇ ਸੀ ਜਿਹੜੇ ਲੋਕ ਬਾਬਾ ਸਾਹਿਬ ਨੂੰ ਉਸ ਵੇਲੇ ਉਹਨਾਂ ਦੇ ਦਰਸ਼ਨਾਂ ਨੂੰ ਸਵਾਰੇ ਲਾਉਂਦੇ ਨੇ ਸੇਠੀ ਸੁਣਦਾ ਦਾ ਕੁਆਰਾ ਅਤੇ ਸੇਠ ਖੁਸ਼ੀ ਰਾਮ ਦਾ ਕੁਆਰਾ ਬੂਟਾ ਮੰਡੀ ਦੇ ਦੋ ਬੜੇ ਅਤੇ ਉਹ ਸਥਾਨ ਹੋਇਆ ਅਸਲ ਲੋਕ ਸਵਾਰੇ ਦੇ ਨਾਲ ਜਾਣ ਦੇ ਜਿਹਦੇ ਸ਼ਹਿਰ ਤੋਂ ਆਲੇ ਦੁਆਲੇ ਨੂੰ ਮਾਸਕ ਪਾਉਣਾ ਤਾਂ ਤੁਸੀਂ ਕਿੱਥੇ ਜਾਣਾ ਉਹ ਕਹਿੰਦੇ ਸੇਠ ਖੁਸ਼ੀ ਰਾਮ ਦੇ ਸਵਾਰੇ ਲਾ ਕੇ ਉਤਰਨਾ ਕਿੱਥੇ ਉਤਰਨਾ ਕਿਸਮ ਚੰਦ ਦੇ ਸਵਾਰੇ ਦੇ ਲੱਗ ਪਾਉਣਾ ਸਵਾਰੇ ਬੜੇ ਮਸ਼ਹੂਰ ਸੀ ਉਸ ਵੇਲੇ ਬੂਟਾ ਮੰਡੀ ਦਾ ਸਿਆਸਤ ਦਾ ਗੜ ਅਤੇ ਮੰਜੇ ਮੂਹਰੇ ਗਾਹ ਕੇ ਬੈਠੇ ਸੀ ਸਿਆਸਤਗੜ ਸਿਆਸੀ ਗੱਲਾਂ ਸਮਾਜ ਦੀਆਂ ਗੱਲਾਂ ਸਾਡੇ ਲੋਕ ਕਿੱਦਾਂ ਤਰੱਕੀ ਕਰਨ ਕਿ ਅਕਸਰ ਉਹਨਾਂ ਮੂਹਰੇ ਮੁੰਡਿਆਂ ਦੇ ਬੈਠ ਕੇ ਮੈਂ ਆਪਣੀ ਗੱਲ ਬਹੁਤ ਚੰਗਾ ਮੈਂ ਗੱਲ ਕਰ ਰਿਹਾ ਸੀ ਕਿ ਸਟੇਟ ਪਿੱਛੋਂ ਚੱਲ ਪਈ ਦੇ ਬਾਰੇ ਸਾਡੇ ਪਿਤਾ ਜੀ ਸਮਾਜ ਉਹਨਾਂ ਨੇ ਸੁਣਾਇਆ ਕਿ ਰਾਤ ਬਾਬਾ ਸਾਹਿਬ ਇਹਨਾਂ ਦੇ ਘਰ ਹੈ ਲੋਕ ਮਿਲਣ ਆ ਰਹੇ ਆ ਜਾ ਰਹੇ ਆ ਹਰ ਕੋਈ ਸੇਠ ਕਿਸ਼ਨ ਚੰਦ ਜੀ ਨੂੰ ਸੇਠ ਜੀ ਕਹਿ ਕੇ ਬੁਲਾ ਰਿਹਾ ਸੇਠ ਜੀ ਨੋਟ ਕਰ ਦੇਗਾ ਦੂਜੇ ਦਿਨ ਇੱਥੇ ਪਬਲਿਕ ਮੀਟਿੰਗ ਸੀ 27 ਅਕਤੂਬਰ 1950 ਬਾਬਾ ਸਾਹਿਬ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਪ੍ਰੋਫੈਸਰ ਕੌਲ ਜੀ ਕਿਹਾ ਅਤੇ ਬਾਬਾ ਸਾਹਿਬ ਜੀ ਨੇ ਕਿਹਾ ਕਿ ਸੇਠ ਕਿਸ਼ਨ ਚੰਦ ਜੀ ਨੂੰ ਮੈਂ ਰਾਤ ਦੇਖਿਆ ਕਿ ਲੋਕ ਸਾਡੇ ਕੋਲ ਆਉਂਦੇ ਸੀ ਸਾਨੂੰ ਸੇਠ ਜੀ ਕਹਿ ਕੇ ਬੁਲਾਓ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਪੈਸੇ ਦਾ ਸਾਡੇ ਕੁਛ ਮਿਹਨਤ ਲੋਕਾਂ ਨੂੰ ਕੋਈ ਆਰਾਮ ਹੈ ਕੋਈ ਫਾਇਦਾ ਹੋ ਰਿਹਾ ਜੇ ਤੁਹਾਡੇ ਇਸ ਪੈਸੇ ਦਾ ਸਾਡੇ ਸਮਾਜ ਨੂੰ
ਉਹਨਾਂ ਦੀ ਐਜੂਕੇਸ਼ਨ ਲਈ, ਉਹਨਾਂ ਦੀ ਤਰੱਕੀ ਲਈ, ਉਹਨਾਂ ਦੇ ਰੁਜ਼ਗਾਰ ਲਈ ਕੁਛ ਫਾਇਦਾ ਹੋ ਰਿਹਾ ਆ ਅਤੇ ਤੁਸੀਂ ਰੀਅਲ ਲਾਈਫ ਦੇ ਵਿੱਚ ਸੇਧ ਪਾਉਣ ਦੇ ਹੱਕਦਾਰ ਹੋ। ਜੇ ਤੁਹਾਡੇ ਪੈਸੇ ਦਾ ਤੁਹਾਨੂੰ ਨਾਮ ਹੈ ਤਾਂ ਤੁਸੀਂ ਸੇਧ ਪਾਉਣ ਦੇ ਹੱਕਦਾਰ ਨਹੀਂ ਆ, ਇਹ ਬਾਬਾ ਸਾਹਿਬ ਨੂੰ ਉਸ ਵੇਲੇ ਦਾ ਪਾ। ਅਤੇ ਅੱਜ ਦੇਖ ਕੇ ਹੋਰ ਜ਼ਿਆਦਾ ਚੰਗਾ ਲੱਗਿਆ ਕਿ ਉਸੇ ਪਰਵਾੜੀ ਦੇ ਵਿੱਚੋਂ ਕਲੇਵ ਜੀ ਆ, ਅਨੁਪਮ ਕਲੇਵ ਜੀ ਆ, ਤਰੱਕੀ ਬਹੁਤ ਕੰਪਨੀ ਦੇ ਲੋਕਾਂ ਨੇ ਕੀਤੀ ਆ। ਖਾਸ ਕਰਕੇ ਮੈਂ ਸਮਝਦਾ ਹਾਂ ਕਿ ਰਮੇਸ਼ ਚੰਦਰ ਜੀ ਨੇ ਮਾਈ ਪਹਿਲੋ ਬੂਟਾ ਮੰਡੀ ਤੇ ਜੋ ਅਫਸਰ ਆਰਟੀਕਲ ਲਿਖੇ ਆ ਉਹਦੇ ਵਿੱਚ ਬੂਟਾ ਮੰਡੀ ਦੇ ਬੜੇ ਆਪਣੇ ਮਿੱਤਰਾਂ ਦੇ ਬਾਰੇ ਵੀ ਤਾਂ ਲਿਖਿਆ ਹੀ ਆ ਜਿਹੜੇ ਕਿਹੜੇ ਬੜੇ ਤਰੱਕੀ ਜਾਪਦਾ ਹੋਏ ਨੇ, ਬੜੀਆਂ ਤਰੱਕੀਆਂ ਕੀਤੀਆਂ। ਜਿਹੜੇ ਜਿਹੜੇ ਸਟੂਡੈਂਟ ਹੋ ਗਿਆ, ਪ੍ਰਦੀਪ ਹੋ ਗਿਆ, ਪ੍ਰਵੀਨ ਹੋ ਗਿਆ, ਮੈਡਮ ਜਿਹੜੀ ਸ਼ਾਮ ਜੀ ਦੀ ਨੌਂ ਆ, ਮੈਡਮ ਪੁਸਤਕ ਦੇ ਰਿਹਾ ਅੱਜ ਦੀ ਜੁਡੀਸ਼ੀਅਲ ਮੈਜਿਸਟਰੇਟ ਨੇ ਨਾਲ ਜਾਣ ਦੀ ਲੜਕੀ, ਉਹ ਕੀ ਬੱਚੇ ਹੁਣ ਵਿਰੋਧ ਕੌਲ ਦਾ ਲੜਕਾ, ਇਹ ਬੱਚੇ ਨਿਕਲੇ ਨੇ ਜੁਡੀਸ਼ੀਅਲ ਤਰੱਕੀ ਦੇ ਵਿੱਚ ਤਾਂ ਹੋਰ ਚੰਗਾ ਲੱਗ ਰਿਹਾ। ਇਹਨਾਂ ਨੇ ਉਹਨਾਂ ਬੱਚਿਆਂ ਦੇ ਬਾਰੇ ਤੁਸੀਂ ਉਹ ਸਮਾਜ ਦੇ ਹਰ ਉੱਪਰ ਦੇ ਸਤਾਰੇ ਦੇ ਬਾਰੇ ਲਿਖ ਕੇ ਉਹਨਾਂ ਨੂੰ ਹੋਰ ਉਜਾਗਰ ਕੀਤਾ ਕਿ ਇਹਨਾਂ ਦੀ ਬਹੁਤ ਵੱਡੀ ਵਡਿਆਈ ਆ। ਬਾਕੀ ਹੋਰ ਮੈਂ ਜ਼ਿਆਦਾ ਸਮਾਂ ਨਹੀਂ ਬੋਲਣਾ, ਤੁਹਾਡਾ ਬਹੁਤ ਬਹੁਤ ਇੱਥੇ ਆਉਣ 'ਤੇ ਗਿਰਦਿਆਂ ਗਿਰਦਾਰੀਆਂ ਦਾ ਧੰਨਵਾਦ ਹੈ। ਰਮੇਸ਼ ਚੰਦਰ ਜੀ ਅਨੁਸ਼ਾਸਨ ਦੇ ਬੜੇ ਪਾਬੰਦ ਹੈ, ਪਰ ਚਲੋ ਅੱਜ 15-20 ਮਿੰਟ ਪ੍ਰੋਗਰਾਮ ਥੋੜ੍ਹਾ ਲੇਟ ਹੋ ਗਿਆ, ਇਹਨਾਂ ਨੇ ਕਿਹਾ 11:30 ਔਰ 1 ਵਜੇ ਤੱਕ ਪ੍ਰੋਗਰਾਮ ਚੱਲੇਗਾ। ਅਨੁਸ਼ਾਸਨ ਇਸ ਤਰੀਕੇ ਦੇ ਨਾਲ ਇਹਨਾਂ ਨੇ ਜਿੱਤਿਆ ਵੀ ਲਗਭਗ 3 ਵਜੇ ਤੋਂ ਲੈ ਕੇ 5 ਵਜੇ ਤੱਕ ਲੰਚ ਤੋਂ ਬਾਅਦ ਸੌਂਦੇ ਆ, ਘਰ ਰੈਸਟ ਕਰਦੇ ਆ। ਇਹ ਵੀਡੀਓ ਅਸੀਂ ਕਦੀ ਵੀ ਸਾਨੂੰ ਕੋਈ ਫੋਨ 'ਤੇ ਗੱਲ ਕਰਨੀ ਪੈ ਰਹੀ ਹੈ ਤਾਂ ਅਸੀਂ ਕਈ ਨਾ ਭਾਜੀ ਨੂੰ ਯਾਦ ਛਕਾਉਣ ਦੇ ਸਰ ਪਹਿਲਾਂ ਉੱਤੇ ਆ ਰਹੇ ਹਾਂ। ਤਾਂ ਇੱਕ ਦਿਨ ਕੀ ਹੋਇਆ ਕਿ 4:45 ਮੈਂ ਚਲਾ ਗਿਆ ਘਰ, ਭਾਜੀ ਉੱਠ ਕੇ ਸਾਰੇ ਮੁੰਡੇ ਫੋਨ ਨਹੀਂ, ਪਤਾ ਨਹੀਂ ਮੈਂ 5 ਵਜੇ ਤੱਕ ਸੌਂਗਾ। ਬੜਾ ਜ਼ਰੂਰੀ ਆ, ਬੜਾ ਚੰਗਾ ਲੱਗਦਾ ਹੈ ਕਿ ਸਾਰਿਆਂ ਨੇ ਅੰਬੈਸਰ ਸਾਹਿਬ ਨੂੰ ਸਿਰੋਂ ਤਰੀਫ ਕੀਤੀ, ਵਾਕਿਆ ਤਰੀਫ ਦੇ ਕਾਬਲ ਹੈ। ਮੈਂ ਕਹਿੰਦਾ ਸਮਾਂ ਇੱਦਾਂ ਦਾ ਆਉਣਾ ਹੈ ਸਾਡੇ ਲੋਕ ਸਾਡੀ ਜਿੱਦਾਂ ਮੰਡੀ ਜਦੋਂ ਪਿਛਲੀਆਂ ਉਦਾਹਰਣਾਂ ਦੇ ਵਿੱਚ ਗੁਜਰਾਤ ਮੰਡੀ ਜਗਤਾਂ ਦੀ ਰਾਜਧਾਨੀ ਰਿਕਾਰਡ ਕਰਕੇ ਵੀ ਭੇਜੀ ਤੇ ਉਹ ਕਿਤਾਬ ਦੇ ਵਿੱਚ ਵੀ ਆ। ਤੇ ਕਈ ਤਰੀਕੇ ਦੇ ਨਾਲ ਚਾਹੇ ਬਲਿੰਦਰ ਜਾਂ ਸਿੰਘ ਬਨਾਲੀਆ ਸੀ, ਸੀ ਮਾਰ ਸੀ, ਭਗਤ ਸੀ ਜਾਂ ਗੌਰ ਸੀ, ਉਹਨਾਂ ਨੇ ਸਾਂਭ ਦਾ ਉਹਨਾਂ ਨੇ ਮਹਾਨ ਸ਼ਾਇਦ ਗੱਡੀ ਤੋਂ ਜਾਏ ਰਾਜਾ ਸਾਂਸੀ ਏਅਰਪੋਰਟ ਤੋਂ ਬਾਬਾ ਸਾਹਿਬ ਨੂੰ ਜਾਏ ਕਰਕੇ ਜਲੰਧਰ ਲੈ ਕੇ ਆਏ। ਉਹਨਾਂ ਨੇ ਇੱਕ ਪੰਪਲੇਟ ਲਿਖਿਆ ਸੀ ਮੁਕਤੀ ਦਾਤਾ ਦੇ ਦਰਸ਼ਨ, ਜਲੰਧਰ ਦਾ ਡਿਸਟੈਂਸ ਅੰਮ੍ਰਿਤਸਰ ਦਾ ਹਾਲ ਹੀ ਕੋਈ 1.5 ਘੰਟੇ ਦਾ, ਲੇਕਿਨ ਪ੍ਰੀਤਮ ਰਾਮਦਾਸ ਜੀ ਨੂੰ 6 ਘੰਟੇ ਲੱਗੇ।
ਕਰਕੇ ਡਾਕਟਰ ਅੰਬੇਦਕਰ ਨੂੰ ਜਲੰਧਰ ਲਿਆ, ਰੋਕ ਕੇ ਸਵਾਗਤ ਕਰ ਰਹੇ ਸੀ। ਉਹ ਲਿਖਦੇ ਆ ਕਿ ਬਾਬਾ ਸਾਹਿਬ ਦਾ ਨਾਂ ਸੁਣ ਲਿਆ ਅਸੀਂ ਇੰਨਾ ਪ੍ਰਭਾਵਿਤ ਹੋ ਜਾਂਦੇ ਹਾਂ, ਜਿਹੜਾ ਬੰਦਾ ਬਾਬਾ ਸਾਹਿਬ ਦੇ ਚਰਨਾਂ ਦੇ ਵਿੱਚ 6 ਘੰਟੇ ਬੈਠ ਕੇ ਕਾਰ ਡਰਾਈਵ ਕਰਕੇ ਲਿਆ ਹੈ ਉਹ ਕਿੰਨਾ ਪ੍ਰਭਾਵਿਤ ਹੋਏਗਾ। ਉਹਨਾਂ ਦੇ ਸ਼ੇਰ ਨਾਲ ਮੈਂ ਤੁਹਾਡਾ ਦਿੱਤੇ ਧੰਨਵਾਦ ਕਰਦਾ ਹਾਂ। ਤੁਸੀਂ ਬੜਾ ਕੀਮਤੀ ਸਮਾਂ ਦਿੱਤਾ ਹੈ, ਉਹ ਸਾਨੂੰ ਚੰਗਾ ਲੱਗਿਆ ਹੈ। ਜਿੱਦੀਆਂ ਜਗ੍ਹਾਈਆਂ ਤੋਂ ਤੁਹਾਡਾ ਧੰਨਵਾਦ। ਉਹ ਕਹਿੰਦੇ ਸੀ ਕਿ ਵਕਤ ਬਦਲੂਗਾ, ਨਵੇਂ ਸਮਾਨ ਪੈਦਾ ਹੋਣਗੇ, ਇੱਕ ਨਵੀਂ ਧਰਤੀ, ਨਵੇਂ ਅਸਮਾਨ ਪੈਦਾ ਹੋਣਗੇ। ਆਉਣ ਵਾਲਾ ਹੈ ਅਜਿਹਾ ਇੱਕ ਇਨਕਲਾਬ ਹੈ ਦੋਸਤੋ, ਹੁਣ ਪੀੜ੍ਹੀਆਂ ਦੇ ਪਹੁੰਚ ਤੋਂ ਸੁਲੇਮਾਨ ਪੈਦਾ। ਸੋਚਿਆ ਜਦੋਂ ਅੰਬੈਸਡਰ ਸਾਹਿਬ ਨੂੰ ਪੜ੍ਹਨਗੇ, ਇਹਨਾਂ ਦੇ ਆਰਟੀਕਲ ਪੜ੍ਹਨਗੇ, ਇਹਨਾਂ ਦੇ ਬਲੌਗਸ ਨੂੰ ਪੜ੍ਹਨਗੇ, ਅਤੇ ਸੁਲੇਮਾਨ ਆਪਣੇ ਆਪ ਬਣ ਕੇ ਉੱਭਰੂਗੇ। ਕਿਉਂਕਿ ਸੁਲੇਮਾਨ ਇੱਕ ਇਨਕਲਾਬ ਪਸੰਦ ਰਾਜਾ ਸੀ, ਅਤੇ ਅੱਜ ਰਾਜੇ ਡਾਕਟਰ ਅੰਬੇਦਕਰ ਨੇ ਵੋਟਾਂ ਦੇ ਵਿੱਚੋਂ ਪੈਦਾ ਕਰ ਦਿੱਤੇ ਨੇ, ਬੋਕਸ ਦੇ ਵਿੱਚ ਪੈਦਾ ਕਰ ਦਿੱਤੇ ਨੇ। ਅਮੀਰ ਗਰੀਬ ਦਾ ਬਰਾਬਰੀ ਇੱਕ ਬੋਰਡ ਦੇ ਵਿੱਚ ਬੰਨ ਕੇ ਰੱਖ ਦਿੰਦੀ ਆ, ਅਤੇ ਸਮਾਂ ਇੱਦਾਂ ਦਾ ਆਇਆ ਕਿ ਹੁਣ 24 ਦਾ ਇਲੈਕਸ਼ਨ ਦੀ ਅਸਲ ਚੱਲ ਜਿਹਨਾਂ ਨੇ ਮਾੜਾ ਜਿਹਾ ਡੰਗ ਮਾਰ ਦੇਣਾ। ਇਹਨਾਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਹੈ। ਜੇ ਬਾਬਾ ਸਾਹਿਬ ਦੀ ਸਹੀ ਬੋਰਡ ਦਾ ਆਪਾਂ ਇਸਤੇਮਾਲ ਕਰ ਲਿਆ ਤਾਂ ਆਪਾਂ ਦੁਸ਼ਮਣ ਕਤਲ ਕਰ ਦਿਆਂਗੇ, ਜੇ ਨਹੀਂ ਕਰ ਸਕੇ ਤਾਂ ਖੁਦ ਕਤਲ ਹੋ ਜਾਵਾਂਗੇ। ਇਸ ਸਮੇਂ ਦੀ ਮਜ਼ਾਕਤ ਨੂੰ ਸਮਝਦੇ ਹੋਇਆਂ ਆਪਾਂ ਨੂੰ ਇਸ ਤਰੀਕੇ ਨਾਲ ਅੱਗੇ ਵਧਣਾ ਚਾਹੀਦਾ ਹੈ। ਇਹਨਾਂ ਲਫਾਜ਼ਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿੱਦੀਆਂ ਗਹਾਈਆਂ ਤੋਂ ਜੈ ਭੀਮ ਜੈ ਭਾਰਤ ਮਹਿਮਾਨਾਂ ਦਾ ਇੱਕ ਵਾਰ ਫਿਰ ਤੋਂ ਹੋ ਚੁੱਕੀ ਆ। ਮੈਂ ਖਾਸ ਤੌਰ 'ਤੇ ਧੰਨਵਾਦ ਕਰਦਾ ਅੰਬੇਦਕਰ ਭਵਨ ਟਰੱਸਟ ਦਾ, ਜਿਨ੍ਹਾਂ ਨੇ ਕਿ ਇਹ ਸਾਰੇ ਪ੍ਰੋਗਰਾਮ ਨੂੰ ਸੁਚਾਰੂ ਤੱਕ ਚਲਾਉਣ ਦੇ ਲਈ ਅਰੇਂਜਮੈਂਟ ਕੀਤੇ। ਖਾਸ ਤੌਰ 'ਤੇ ਦੇਵਰਾਜ ਭਾਰਦਵਾਜ ਜੀ, ਉਹਨਾਂ ਦਾ ਬਹੁਤ ਸਹਿਯੋਗ ਰਿਹਾ, ਉਹਨਾਂ ਦਾ ਖਾਸ ਧੰਨਵਾਦ। ਸਾਰੇ ਹੀ ਮਹਿਮਾਨਾਂ ਨੂੰ ਬੇਨਤੀ ਹੈ ਕਿ ਕੀ ਸਨੈਕਸ ਜਿਹੜੇ ਨੇ ਉਹ ਹੁਣ ਲੱਗ ਚੁੱਕੇ ਨੇ, ਔਰ ਸਾਰਿਆਂ ਨੇ ਉਹ ਜਿਹੜੇ ਹੈ ਉਹ ਸਰਵਿਸ ਪਿੱਛੇ ਅਵੇਲੇਬਲ ਹੈ, ਸਾਰਿਆਂ ਨੇ ਖਾਤੇ ਜਾਣਾ ਹੈ। ਸੋ ਇਹਨਾਂ ਸ਼ਬਦਾਂ ਦੇ ਨਾਲ ਆਏ ਸਾਰੇ ਸ਼ੋਤਿਆਂ ਦਾ ਮਹਿਮਾਨਾਂ ਦਾ ਧੰਨਵਾਦ।